ਸਤਿ ਸ਼੍ਰੀ ਅਕਾਲ ਡਾਕਟਰ ਜਿੰਦਰ। ਅਨਮਿਊਟ ਹੈ ਵੈਸੇ। ਸਤਿ ਸ਼੍ਰੀ ਅਕਾਲ ਰਾਜਿੰਦਰ ਸਰ, ਮੈਂ ਤੁਹਾਨੂੰ ਮਾਰਨਿੰਗ ਦੇਖਿਆ ਸੀ ਸਰ, ਵੈਰੀ ਨਾਈਸ ਟੂ ਸੀ ਯੂ ਅਗੇਨ ਸਰ। ਹਾਂਜੀ ਇੱਥੇ ਹੀ ਹੈ। ਹਾਂਜੀ ਮਰਵਿੰਦਰ ਜੀ, ਬਸ ਲਾਸਟ ਮਿੰਟ ਸ਼ੁਰੂ ਕਰ ਦੇਣਾ ਬਸ ਇਹਦੇ ਬਾਅਦ।
ਜੋਗਿੰਦਰ ਜੀ ਤੁਸੀਂ ਆਪਣੇ ਆਪ ਨੂੰ ਮਿਊਟ ਕਰ ਲਓ। ਓਕੇ ਜੀ, ਹਾਂਜੀ ਮਰਵਿੰਦਰ ਜੀ ਸ਼ੁਰੂ ਕਰ ਲਓ ਤੁਸੀਂ। ਓਕੇ, ਮੈਂ ਹੈਲੋ, ਹਾਂ ਮੈਂ ਮਲਵਿੰਦਰ ਸਿੰਘ ਮੱਲੀ, ਪ੍ਰੋਜੈਕਟ ਮੈਨੇਜਰ, ਪੰਜਾਬ ਸਿੰਜੈਂਟਾ ਫਾਊਂਡੇਸ਼ਨ। ਸਾਰਿਆਂ ਨੂੰ, ਸਾਰੇ ਕਿਸਾਨ ਵੀਰਾਂ ਨੂੰ, ਜਿੰਨੇ ਵੀ ਕਿਸਾਨ ਵੀਰ ਜੁੜੇ ਹੋਏ, ਹਜ਼ਾਰਾਂ ਕਿਸਾਨ ਵੀਰਾਂ ਨੂੰ, ਮੈਂ ਕਨਫੈਡਰੇਸ਼ਨ ਆਫ ਇੰਡੀਆ ਇੰਡਸਟਰੀ ਵੱਲੋਂ ਅੱਜ ਸੈਮੀਨਾਰ ਵਿੱਚ ਸ਼ਾਮਲ ਹੋਏ ਸਾਰੇ ਕਿਸਾਨ ਮਹਿਲਾਂ ਅਤੇ ਕਿਸਾਨ ਭਰਾਵਾਂ ਦਾ, ਭੈਣਾਂ ਦਾ ਸਵਾਗਤ ਕਰਦਾ ਹਾਂ। ਅੱਜ ਦਾ ਸੈਮੀਨਾਰ ਦਾ ਵਿਸ਼ਾ ਹੈ ਕਿਸਾਨ ਸੈਮੀਨਾਰ, ਪੰਜਾਬ ਵਿੱਚ ਮੱਕੀ ਦੀ ਸਥਿਤੀ, ਚੁਣੌਤੀਆਂ, ਮੌਕੇ। ਇਸ ਕਿਸਾਨ ਕਾਨਫਰੰਸ ਵਿੱਚ ਹੇਠ ਲਿਖੀਆਂ ਗੱਲਾਂ ਦਾ ਚਰਚਾ ਕਰਾਂਗੇ। ਪੰਜਾਬ ਵਿੱਚ ਫਸਲੀ ਵਿਭਿੰਨਤਾ, ਮੱਕੀ ਨੂੰ ਇੱਕ ਵਿਕਲਪ ਅਤੇ ਚੁਣੌਤੀਆਂ, ਮੱਕੀ ਉੱਤੇ ਕੀੜਿਆਂ ਦਾ ਹਮਲਾ ਉੱਤੇ ਕਿਵੇਂ ਆਪਾਂ ਨੂੰ ਕਾਬੂ ਕਰਨਾ ਹੈ, ਮਾਰਕੀਟ ਦਾ ਸਕੋਪ ਕੀ ਹੈ, ਕਿਵੇਂ ਆਪਾਂ ਇਹਨੂੰ ਮਾਰਕੀਟ ਵਿੱਚ, ਮਾਰਕੀਟ 'ਚ ਲੈ ਕੇ ਜਾਣਾ, ਕੀ ਲਿੰਕੇਜ ਆਪਾਂ ਅਪਣਾਉਣਾ ਚਾਹੀਦਾ, ਪੰਜਾਬ ਵਿੱਚ ਮੱਕੀ ਦੀ ਫਸਲ ਨੂੰ, ਕਾਸ਼ਤ ਨੂੰ ਉਤਸ਼ਾਹ ਕਰਨ ਲਈ ਕੀ ਆਪਾਂ ਨੂੰ ਉਪਰਾਲੇ ਕਰਨੇ ਚਾਹੀਦੇ ਹੈ, ਮੱਕੀ ਦੀ ਕਾਸ਼ਤ ਦਾ ਤਜਰਬਾ ਵੀ ਸ਼ੇਅਰ ਹੋਏਗਾ ਇਸ ਵਿੱਚ। ਇਸ ਕਿਸਾਨ ਸੈਮੀਨਾਰ ਸਾਡੇ ਮਾਹਰ ਤੁਹਾਨੂੰ ਕਈ ਸੰਬੰਧਿਤ ਵਿਸ਼ਿਆਂ ਬਾਰੇ ਜਾਣਕਾਰੀ ਦੇਣਗੇ। ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਇਸ ਪ੍ਰੋਗਰਾਮ 'ਚ ਮੋਬਾਈਲ ਤੁਹਾਡਾ ਮਿਊਟ ਰਹੇਗਾ ਜਾਂ ਬੰਦ ਰਹੇਗਾ, ਕੋਈ ਰੁਕਾਵਟ ਨਾ ਹੋ ਸਕੇ। ਜੇ ਪ੍ਰੋਗਰਾਮ ਦੌਰਾਨ ਕਿਸੇ ਕਿਸਾਨ ਭਰਾ ਦਾ ਕੋਈ ਕੁਐਸਚਨ ਹੋਵੇ, ਉਹ ਵਟਸਐਪ 'ਤੇ ਸਾਨੂੰ ਨੰਬਰ 'ਤੇ, ਇਹ ਨੰਬਰ ਹੈ 8284 90 0501, ਨੰਬਰ ਦੁਬਾਰਾ ਨੋਟ ਕਰ ਲਓ, 8284 90 0501 'ਤੇ ਭੇਜਣ। ਪ੍ਰੋਗਰਾਮ ਦੇ ਅੰਤ 'ਤੇ ਤੁਹਾਨੂੰ ਸਾਡੇ ਤਜਰਬੇ ਦਾ ਜਵਾਬ ਦੇਣਗੇ। ਕਿਸਾਨ ਭਰਾਵਾਂ ਲਈ ਇੱਕ ਵਿਸ਼ੇਸ਼ ਨੋਟਸ ਹੈ ਵੀ ਧਾਨੁਕਾ ਐਗਰੋ ਲਿਮਿਟਡ ਕੰਪਨੀ ਆ, ਉਹ 15 ਚੁਣੇ ਹੋਏ ਕਿਸਾਨਾਂ ਵੱਲੋਂ ਤੋਹਫੇ ਦਾ ਕੂਪਨ ਦੇਣਗੇ ਤੁਹਾਨੂੰ। ਤੁਸੀਂ ਇਸ ਕੂਪਨ ਵਰਤੋਂ ਨੂੰ ਐਮਾਜ਼ਾਨ ਦੀ ਸਾਈਟ 'ਤੇ ਖਰੀਦ ਕਰਦੇ ਹੋ, ਜਿਵੇਂ ਅੱਜ ਕੱਲ੍ਹ ਐਮਾਜ਼ਾਨ ਸਾਈਟ 'ਤੇ ਕੋਈ ਖਰੀਦਦਾਰੀ ਹੋ ਰਹੀ ਹੈ, ਉਹਨਾਂ ਦਾ ਡੇ ਚੱਲ ਰਿਹਾ, ਉਹਦੇ 'ਤੇ ਉਹ ਕੂਪਨ ਅਵੇਲ ਕਰ ਸਕਦੇ ਨੇ। ਮੈਂ ਸਾਰੇ ਕਿਸਾਨਾਂ ਦਾ ਧੰਨਵਾਦ ਕਰਦਾ, ਮੈਂ ਬੇਨਤੀ ਕਰਦਾ ਕਿ ਸੈਮੀਨਾਰ ਨੂੰ ਬਹੁਤ ਧਿਆਨ ਨਾਲ ਅਟੈਂਡ ਕਰੋ। ਇਹਦੇ ਨਾਲ ਮੈਂ ਇਸ ਸੈਮੀਨਾਰ ਦੀ ਸ਼ੁਰੂਆਤ ਕਰਦਾ ਹਾਂ। ਸਭ ਤੋਂ ਪਹਿਲਾਂ ਚਾਵਲਾ ਜੀ ਦਾ ਮੈਂ ਸਵਾਗਤ ਕਰਦਾ ਅਤੇ ਉਹ ਤੁਹਾਨੂੰ ਜਾਣਕਾਰੀ ਦੇਣ। ਡਾਕਟਰ ਜੀ ਚਾਵਲਾ ਸਾਡੇ PAU ਤੋਂ ਪ੍ਰਿੰਸੀਪਲ ਮੇਜ ਬਿਲਡਰ ਨੇ, ਕ੍ਰੋਪ ਡਾਇਵਰਸੀਫਿਕੇਸ਼ਨ ਬਾਰੇ ਤੁਹਾਨੂੰ ਜਾਣਕਾਰੀ ਦੇਣ। ਬਹੁਤ ਬਹੁਤ ਧੰਨਵਾਦ ਮੱਲੀ ਸਾਹਿਬ ਜੀ, ਪਲੀਜ਼ ਸਕਰੀਨ ਸ਼ੇਅਰ ਕਰੋ ਮੇਰੇ ਨਾਲ। ਚਾਵਲਾ ਸਾਹਿਬ ਤੁਹਾਡੀ ਆਵਾਜ਼ ਨਹੀਂ ਆ ਰਹੀ ਹੈਗੀ। ਹਾਂਜੀ ਹਾਂਜੀ, ਹੈਲੋ, ਹਾਂਜੀ ਹਾਂਜੀ, ਆਵਾਜ਼ ਆ ਰਹੀ ਹੈ ਜੀ? ਹਾਂਜੀ, ਮੈਂ ਤੁਹਾਨੂੰ ਦੇਤਾ, ਤੁਸੀਂ ਆਪਣਾ ਪ੍ਰੈਜੈਂਟ ਚਲਾ ਸਕਦੇ ਹੋ। ਹਾਂ, ਮੈਂ ਸ਼ੁਰੂ ਕਰਨ ਲੱਗਿਆ ਜੀ। ਬਿਲਕੁਲ ਜੀ, ਤੁਹਾਡੇ ਵਾਲੀ ਹੋ ਗਈ। ਹੈਲੋ, ਨਹੀਂ ਪ੍ਰੋਬਲਮ ਸਰ,
ਸਰ ਸਕਰੀਨ ਬੋਲੋ ਸਰ। ਵਿਜ਼ੀਬਲ ਹੈ ਜੀ? ਹਾਂਜੀ ਹਾਂਜੀ ਬਿਲਕੁਲ ਸਰ, ਬਿਲਕੁਲ ਵਿਜ਼ੀਬਲ ਹੈ ਸਰ। ਅੱਜ ਦੇ ਇਸ ਪ੍ਰੋਗਰਾਮ ਦੇ ਨਾਲ ਜੁੜੇ ਸਾਰੇ ਕਿਸਾਨ ਵੀਰੋ ਤੇ ਮੇਰੇ ਕੁਲੀਗ ਡਾਕਟਰ ਜਾਲਾ ਜਿੰਦਲ ਜੀ, ਹੋਰ ਮੇਰੇ ਸਾਥੀ ਸਪੀਕਰ ਸਾਹਿਬਾਨ, ਮੱਲੀ ਸਾਹਿਬ ਜੀ ਪ੍ਰੋਗਰਾਮ ਦੇ ਜੋ ਮੋਡਰੇਟਰ ਨੇ, ਮੈਂ ਅੱਜ ਕਿਸਾਨ ਵੀਰੋ ਤੁਹਾਡੇ ਸਾਰਿਆਂ ਨਾਲ ਮੱਕੀ ਦੀ ਕਾਸ਼ਤ ਬਾਰੇ ਤੇ ਖੇਤੀ ਵਿਭਿੰਨਤਾ ਦੇ ਵਿੱਚ ਮੱਕੀ ਦਾ ਕੀ ਯੋਗਦਾਨ ਹੋ ਸਕਦਾ ਹੈ ਤੇ ਕੀ ਸਾਡੀਆਂ ਮੁੱਖ ਚੁਣੌਤੀਆਂ ਨੇ, ਉਹਨਾਂ ਬਾਰੇ ਤੁਹਾਡੇ ਨਾਲ ਸਾਂਝੀ ਕਰੂੰਗਾ। ਸ਼ੁਰੂਆਤ ਕਰਦੇ ਆਪਾਂ ਦੇਖੀਏ ਪੰਜਾਬ ਦੇ ਵਿੱਚ ਜੋ ਮੱਕੀ ਦਾ ਝਾੜ ਹੈ ਇਸ ਵੇਲੇ ਕੀ ਰੁਝਾਨ ਚੱਲ ਰਿਹਾ, ਆਪਣੇ ਮੱਕੀ ਦੇ ਆਂਕੜੇ ਕੀ ਕਹਿੰਦੇ ਹੈ। ਜਿਵੇਂ ਕਿ ਆਪਾਂ ਦੇਖ ਸਕਦੇ ਹਾਂ ਸਾਉਣੀ ਦੇ ਦੌਰਾਨ ਜਿਹੜਾ 2018-19 ਦਾ ਸਾਲ ਸੀਗਾ, ਇਹਦੇ ਦੌਰਾਨ ਪੰਜਾਬ ਦੇ ਵਿੱਚ 109,000 ਹੈਕਟੇਅਰ ਰਕਬੇ ਉੱਪਰ ਮੱਕੀ ਦੀ ਕਾਸ਼ਤ ਕੀਤੀ ਗਈ, ਜਿਹਦੇ ਵਿੱਚੋਂ ਆਪਾਂ ਨੂੰ ਤਕਰੀਬਨ 396,000 ਟਨ ਜਿਹੜੀ ਪੈਦਾਵਾਰ ਹੋਈ ਤੇ ਜਿਹੜਾ ਆਪਾਂ ਔਸਤ ਝਾੜ 30 ਹੈਕਟੇਅਰ ਰਿਹਾ ਆਪਣਾ 30 ਕੁਇੰਟਲ ਰਿਹਾ। ਜੇ ਮੈਂ ਗੱਲ ਕਰਾਂ ਥੋੜ੍ਹਾ ਜਿਹਾ ਪਿੱਛੇ ਨੂੰ ਜਾਈਏ, ਆਪਾਂ ਪੂਰਾ ਜੇ ਰਿਵਿਊ ਕਰੀਏ ਇਹਨੂੰ ਦੇਖੀਏ, 1960 ਤੋਂ ਲੈ ਕੇ ਜਿਹੜੀ ਆਪਣੀ ਮੱਕੀ ਦੀ ਪੈਦਾਵਾਰ ਪੰਜਾਬ ਦੇ ਵਿੱਚ 60-61 ਦੇ ਵਿੱਚ ਜਿਹੜੀ ਸੀ 11 ਕੁਇੰਟਲ ਪ੍ਰਤੀ ਹੈਕਟਰ ਜਿਹੜਾ ਝਾੜ ਆਪਾਂ ਨੂੰ ਮਿਲਦਾ ਸੀਗਾ, ਹੌਲੀ ਹੌਲੀ ਵੱਧਦੇ ਵੱਧਦੇ ਆਪਾਂ ਪਹੁੰਚ ਗਏ 2018-19 ਦੀ ਮੈਂ ਗੱਲ ਕਰਾਂ, ਇਸ ਦਹਾਕੇ ਦੀ ਗੱਲ ਕਰਾਂ ਤਾਂ ਆਪਾਂ 37 ਕੁਇੰਟਲ ਤੇ ਪਹੁੰਚ ਗਏ, 37-38 ਕੁਇੰਟਲ ਆਪਣਾ ਔਸਤ ਝਾੜ ਹੋ ਗਿਆ ਪੰਜਾਬ ਦੇ ਵਿੱਚ। ਪਰ ਜੇ ਅਜੇ ਵੀ ਇਹਨੂੰ ਦੇਖੀਏ ਆਪਾਂ ਇੰਡੀਆ ਦੇ ਨਾਲ ਕੰਪੇਅਰ ਕਰੀਏ ਤਾਂ ਫਿਰ ਵੀ ਆਪਾਂ ਕੰਫਰਟੇਬਲ ਹੈਗੇ ਹਾਂ, ਇੰਡੀਆ ਦਾ ਝਾੜ ਜਿਹੜਾ ਹੈਗਾ 29-30 ਕੁਇੰਟਲ ਹੈਗਾ ਤਾਂ ਆਪਣਾ 37 ਕੁਇੰਟਲ 37-38 ਕੁਇੰਟਲ 'ਤੇ ਆਪਾਂ ਪਹੁੰਚ ਗਏ। ਪਰ ਜੇ ਆਪਾਂ ਦੁਨੀਆ ਦੇ ਨਾਲ ਇਹਦਾ ਮਿਲਾਨ ਕਰੀਏ, ਵਰਲਡ ਦੇ ਐਵਰੇਜ ਦੇ ਨਾਲ ਇਹਦੀ ਔਸਤ ਦੇ ਨਾਲ ਇਹਦਾ ਮਿਲਾਨ ਕਰੀਏ ਤਾਂ ਆਪਣਾ ਜਿਹੜਾ ਝਾੜ ਹੈ ਅਜੇ ਅਸੀਂ ਬਹੁਤ ਪਿੱਛੇ ਹਾਂ। ਵਰਲਡ ਲੈਵਲ 'ਤੇ ਜਿਹੜਾ ਇਹਦਾ ਝਾੜ ਹੈਗਾ 59 ਕੁਇੰਟਲ ਹੈਗਾ ਪ੍ਰਤੀ ਹੈਕਟੇਅਰ ਦਾ, ਜਿਸ ਆਪਾਂ ਅਜੇ 37-38 ਕੁਇੰਟਲ 'ਤੇ ਪਹੁੰਚੇ ਹਾਂ। ਇਹਦਾ ਮਤਲਬ ਕਿ ਸਾਨੂੰ ਬਹੁਤ ਹੀ ਇਸ ਪਾਸੇ ਨੂੰ ਸੋਚਣ ਦੀ ਲੋੜ ਹੈ ਕਿ ਅਜੇ ਬਹੁਤ ਸਕੋਪ ਹੈ ਮੱਕੀ ਦੇ ਵਿੱਚ, ਇਹਦਾ ਝਾੜ ਵਧਾ ਕੇ ਆਪਾਂ ਖੇਤੀ ਆਮਦਨ ਵਧਾ ਸਕਦੇ ਹਾਂ ਅਤੇ ਇਹ ਤੋਂ ਫਾਇਦਾ ਲੈ ਸਕਦੇ ਹੈਗੇ ਹੈ। ਹੁਣ ਥੋੜ੍ਹਾ ਜਿਹਾ ਮੈਂ ਜਿਹੜਾ ਅੱਜ ਦਾ ਵਿਸ਼ੇ ਉਹਦੇ ਬਾਰੇ ਗੱਲਬਾਤ ਕਰੂੰਗਾ ਕਿ ਇਹ ਕਿਵੇਂ ਹੋਇਆ ਕਿ ਸਾਰਾ ਜਦੋਂ ਸਾਡਾ ਰਵਾਇਤੀ ਫਸਲ ਮੱਕੀ ਸੀ ਇਹ ਕਿੱਥੇ ਗਈ, ਇਹਦਾ ਝਾੜ ਕਿਉਂ ਏਰੀਆ ਕਿਉਂ ਘੱਟ ਗਿਆ ਅਤੇ ਕਿੱਥੇ ਆਪਾਂ ਖੜ੍ਹੇ ਹਾਂ ਇਸ ਵੇਲੇ। ਤੁਸੀਂ ਇਸ ਟੇਬਲ ਵਿੱਚ ਦੇਖ ਰਹੇ ਹੈਗੇ ਕਿ ਮੱਕੀ ਦਾ ਮੈਂ ਕੰਪੇਅਰ ਕੀਤਾ ਝੋਨੇ ਦੇ ਨਾਲ, ਕਿਉਂਕਿ ਸਾਉਣੀ ਦੀ ਦੂਜੀ ਜਿਹੜੀ ਮੁੱਖ ਫਸਲ ਹੈ ਮੱਕੀ ਦੇ ਨਾਲ ਉਹ ਝੋਨਾ ਹੈ, ਝੋਨੇ ਦਾ ਨਾਲ ਇਹਦਾ ਮੁਕਾਬਲਾ ਹੈਗਾ। ਇਹਦਾ ਮੈਂ ਆਂਕੜੇ ਤੁਹਾਡੇ ਅੱਗੇ ਪ੍ਰਸਤੁਤ ਕਰ ਰਿਹਾ। ਤੁਸੀਂ ਇਸ ਟੇਬਲ 'ਤੇ ਝਾਤ ਮਾਰੋ, ਦੇਖੋ ਜਿਹੜਾ ਆਪਣਾ ਦਹਾਕਾ 1970-71 ਤੋਂ ਲੈ ਕੇ 80-81 ਦਾ ਜਿਹੜਾ ਦਹਾਕਾ ਸੀਗਾ, ਇਹ ਬੜਾ ਜਿਹੜਾ ਹੈਗਾ ਟਰਨਿੰਗ ਪੁਆਇੰਟ ਸੀਗਾ ਮੱਕੀ ਦੀ ਕਾਸ਼ਤ ਅਤੇ ਝੋਨੇ ਦੀ ਕਾਸ਼ਤ ਦੇ ਵਿੱਚ। ਤੁਸੀਂ ਦੇਖੋ 70-71 ਦੇ ਵਿੱਚ ਜਿਹੜਾ ਮੱਕੀ ਦਾ ਏਰੀਆ ਸੀਗਾ ਆਪਣਾ ਪੰਜਾਬ ਦੇ ਵਿੱਚ 555,000 ਹੈਕਟੇਅਰ ਸੀਗਾ, ਜਦਕਿ ਮੈਕਸੀਮਮ ਏਰੀਆ ਜਿਹੜਾ ਅੱਜ ਪੰਜਾਬ ਵਿੱਚ ਮੱਕੀ ਹੇਠਾਂ ਬੀਜਿਆ ਗਿਆ ਉਹ 577,000 ਹੈਕਟੇਅਰ ਬੀਜਿਆ ਗਿਆ ਸਨ 1975-76 ਦੇ ਵਿੱਚ, ਜਿਹੜਾ ਕਿ 1980-81 ਤੱਕ ਪਹੁੰਚਦੇ 382 'ਤੇ ਆ ਗਿਆ। ਜੇ ਇਹਦੇ ਦੂਜੇ ਪਾਸੇ ਆਪਾਂ ਦੇਖੀਏ ਝੋਨੇ ਦੀ ਗੱਲ ਕਰੀਏ, ਝੋਨੇ ਦਾ ਜਿਹੜਾ ਏਰੀਆ ਸੀਗਾ 70-71 ਦੇ 390,000 ਹੈਕਟੇਅਰ ਸੀਗਾ, 75-76 ਦੇ ਸਾਲ ਦੇ ਵਿੱਚ 567 ਹੋਇਆ ਅਤੇ 1980-81 ਆਉਂਦੇ ਆਉਂਦੇ 1183,000 ਹੈਕਟੇਅਰ ਤੱਕ ਪਹੁੰਚ ਗਿਆ। ਸੋ ਮੇਰਾ ਕਹਿਣ ਤੋਂ ਭਾਵ ਜਿਹੜਾ ਇਹ ਦਹਾਕਾ ਸੀਗਾ 1970 ਤੋਂ ਲੈ ਕੇ 80 ਦਾ, ਇਹ ਬੜਾ ਕਰੂਸ਼ੀਅਲ ਦਹਾਕਾ ਸੀਗਾ ਜਿਹਦੇ ਵਿੱਚ ਕੁਆਂਟਮ ਜੰਪ ਆਇਆ, ਝੋਨੇ ਦੀ ਖੇਤੀ ਵੱਲ ਨੂੰ ਰਕਬਾ ਵਧਿਆ ਅਤੇ ਜਿਹੜਾ ਸਾਡਾ ਮੱਕੀ ਦਾ ਰਕਬਾ ਸੀਗਾ ਉਹ ਡਰਾਸਟਿਕਲੀ ਥੱਲੇ ਨੂੰ ਆ ਡਿੱਗਿਆ। ਇਹਦਾ ਕਾਰਨ ਕੀ ਹੋਇਆ, ਇਹਦੇ ਆਪਾਂ ਕਾਰਨ 'ਤੇ ਦੇਖੀਏ ਇਹ ਕੀ ਗੱਲ ਬਣੀ ਕਿ ਇੱਕਦਮ ਝੋਨਾ ਵਧਿਆ ਅਤੇ ਮੱਕੀ ਘਟੀ। ਇਹਦੇ ਵਿੱਚ ਜਿਹੜਾ ਆਪਾਂ ਅੱਜ ਕੱਲ੍ਹ ਆਮ ਮੁੱਦਾ ਚੱਲਿਆ ਹੋਇਆ ਪੱਕਿਆ ਹੋਇਆ, ਕਿਸਾਨ ਵੀ ਸਾਰੇ ਇਸ ਚੀਜ਼ ਦਾ ਨੋਟਿਸ ਲੈ ਰਹੇ ਨੇ, ਜਿਹੜੀ ਆਪਣੀ ਮਿਨੀਮਮ ਸਪੋਰਟ ਪ੍ਰਾਈਸ ਸੀਗੀ। ਤੁਸੀਂ ਦੇਖੋ ਜਿਹੜਾ 1971-71 ਦੇ ਵਿੱਚ ਜਿਹੜੀ ਸਪੋਰਟ ਪ੍ਰਾਈਸ ਸੀ ਮੱਕੀ ਦੀ 55 ਰੁਪਏ ਸੀਗੀ ਪ੍ਰਤੀ ਕੁਇੰਟਲ, ਅਤੇ ਉਸੇ ਤਰ੍ਹਾਂ ਹੀ ਜਿਹੜੀ ਝੋਨੇ ਦੀ ਪ੍ਰੋਕਿਓਰਮੈਂਟ ਪ੍ਰਾਈਸ ਸੀਗੀ MSP ਸੀਗੀ ਉਹ ਸੀਗੀ 53 ਰੁਪਏ। 1980 ਤੱਕ ਆਉਂਦੇ ਆਉਂਦੇ ਜਿਹੜੀ ਪ੍ਰੋਕਿਓਰਮੈਂਟ ਪ੍ਰਾਈਸ ਸੀਗੀ MSP ਸੀਗੀ ਉਹ ਮੱਕੀ ਦੀ 105 'ਤੇ ਪਹੁੰਚੀ ਅਤੇ ਝੋਨੇ ਦੀ ਵੀ 105 'ਤੇ ਪਹੁੰਚੀ। ਪਰ ਨਾਲ ਹੀ ਜਿਹੜਾ ਅਗਲਾ ਦਹਾਕਾ ਸ਼ੁਰੂ ਹੋਇਆ 1980 ਤੋਂ ਲੈ ਕੇ 90 ਦਾ, ਇਹਦੇ ਵਿੱਚ ਜਿਹੜੀ ਮੱਕੀ ਦੀ MSP ਸੀਗੀ ਯਾਨੀ ਕਿ ਸਪੋਰਟ ਪ੍ਰਾਈਸ ਸੀ 105 ਤੋਂ 180 'ਤੇ ਪਹੁੰਚੀ, ਜਦਕਿ ਝੋਨੇ ਦੀ ਜਿਹੜੀ 105 ਤੋਂ 225 ਹੋ ਗਈ। ਸੋ ਕਹਿਣ ਤੋਂ ਭਾਵ ਇਹ ਚੀਜ਼ ਤੋਂ ਇੱਕ ਚੀਜ਼ ਬੜੀ ਕਲੀਅਰ ਹੁੰਦੀ ਹੈ, ਉਹ ਤੋਂ ਬਾਅਦ ਜੇ ਆਪਾਂ ਸਾਲ ਦੇਖੀਏ 1990-2000-2011-12-13-14 ਤੋਂ ਲੈ ਕੇ ਦੇਖੀਏ, ਲਗਾਤਾਰ ਮੱਕੀ ਦਾ ਏਰੀਆ ਘਟਦਾ ਚਲਾ ਗਿਆ, ਝੋਨੇ ਦਾ ਏਰੀਆ ਵੱਧਦਾ ਚਲਾ ਗਿਆ। ਕਾਰਨ ਜਿਹੜੀ ਪ੍ਰੋਕਿਓਰਮੈਂਟ ਪ੍ਰਾਈਸ ਸੀ ਮੱਕੀ ਦੀ
ਘੱਟ ਵਧੀ, ਝੋਨੇ ਦੀ ਜ਼ਿਆਦਾ ਵਧੀ, ਅਤੇ ਦੂਸਰਾ ਜਿਹੜਾ ਇਹਦੇ ਵਿੱਚ ਕਾਰਨ ਆਇਆ ਇੱਥੇ ਕਾ ਕੇ ਜਿਹੜਾ ਦਾਖਾ 1980-81 ਦਾ ਆਇਆ, 1970-80 ਦਾ ਜਿਹੜਾ ਦਾਖਾ ਆਇਆ ਇੱਥੇ, ਝੋਨੇ ਦੀ ਖਰੀਦ ਗੌਰਮੈਂਟ ਨੇ ਸਰਕਾਰ ਨੇ ਕਰਨੀ ਸ਼ੁਰੂ ਕਰਤੀ, ਮੱਕੀ ਦੀ ਖਰੀਦ ਸਰਕਾਰ ਨੇ ਨਹੀਂ ਕੀਤੀ। ਰੇਟ ਵੱਧ ਗਿਆ, ਅਸ਼ੋਰਡ ਪ੍ਰਕਿਓਰਮੈਂਟ ਹੋ ਗਈ, ਇਸ ਕਰਕੇ ਜਿਹੜਾ ਝੋਨੇ ਦਾ ਏਰੀਆ ਸੀ ਹਰ ਸਾਲ ਅੱਗੇ ਤੋਂ ਅੱਗੇ ਵੱਧਦਾ ਗਿਆ, 390 ਤੋਂ 560, 560 ਤੋਂ 1183, 1183 ਤੋਂ 2015, 2600, 2800 ਅਤੇ ਹੁਣ ਆ ਕੇ 3100 ਤੇ ਪਹੁੰਚ। ਸੋ ਇਹ ਜਿਹੜੀ ਇਹਦੀ ਸਟੈਟਿਸਟਿਕਸ ਰਹੀ ਕਿ ਇੱਕ ਪਾਸੇ ਪ੍ਰਕਿਓਰਮੈਂਟ ਪ੍ਰਾਈਸ ਉਹਦੀ MSP, ਦੂਜੇ ਪਾਸੇ ਜਿਹੜਾ ਸੀਗਾ ਉਹਦਾ ਏਰੀਆ ਵੱਧਦਾ ਚਲਾ ਗਿਆ, ਗਵਰਨਮੈਂਟ ਪ੍ਰਕਿਓਰਮੈਂਟ ਆ ਗਈ ਤਾਂ ਜਿਹੜਾ ਸਾਡਾ ਉਹਦਾ ਜਿਹੜਾ ਸਿੱਧਾ ਅਸਰ ਪਿਆ, ਕਿਉਂਕਿ ਕੰਪੀਟੀਟਰ ਕਰੋਪ ਸੀ ਸਾਡੀ ਮੱਕੀ ਸੀਗੀ, ਮੇਜਰ ਕਰੋਪ ਸੀ, ਰਵਾਇਤੀ ਫਸਲ ਸੀ ਮੱਕੀ ਸੀ, ਉਹਦੇ 'ਤੇ ਇਹਦਾ ਸਿੱਧਾ ਅਸਰ ਪਿਆ, ਉਹਦਾ ਏਰੀਆ ਘੱਟਦਾ ਚਲਾ ਗਿਆ ਅਤੇ ਮੱਕੀ ਦਾ ਝੋਨੇ ਦਾ ਏਰੀਆ ਅੱਗੇ ਵੱਧਦਾ ਚਲਾ ਗਿਆ। ਹੁਣ ਇਹ ਹੋਇਆ ਕਿਉਂ, ਇਹਦੇ ਕਾਰਨ ਕੀ ਸੀਗੇ, ਇਹਦੇ ਵੱਲ ਆਪਾਂ ਥੋੜ੍ਹੀ ਜਿਹੀ ਨਜ਼ਰ ਮਾਰੀਏ। ਕੀ ਹੋਇਆ ਕਿ ਮੁਫ਼ਤ ਬਿਜਲੀ ਮਿਲ ਗਈ, ਮੁਫ਼ਤ ਪਾਣੀ ਮਿਲ ਗਿਆ, ਅਸ਼ੋਰਡ ਮਾਰਕੀਟਿੰਗ ਹੋ ਗਈ, ਝੋਨੇ ਦੀ ਕਾਸ਼ਤ ਵੱਧਦੀ ਚਲੀ ਗਈ, ਏਰੀਆ ਵੱਧਦਾ ਚਲਾ ਗਿਆ, ਪਹਿਲਾ ਸਭ ਤੋਂ ਵੱਡਾ ਜਿਹੜਾ ਇਹਦੇ ਵਿੱਚ ਕਾਰਨ ਬਣਿਆ। ਦੂਸਰਾ ਸੀਗਾ ਜਿਹੜਾ ਰਾਸ਼ਟਰੀ ਖੁਰਾਕ ਸੁਰੱਖਿਆ ਲੋੜਾਂ ਅਤੇ ਨੀਤੀਆਂ ਸੀਗੀਆਂ, ਯਾਨੀ ਕਿ ਨੈਸ਼ਨਲ ਫੂਡ ਸਿਕਿਉਰਿਟੀ ਜਿਹੜੀਆਂ ਪੋਲਿਸੀ ਸੀਗੀਆਂ ਗਵਰਨਮੈਂਟ ਦੀਆਂ, ਸੈਂਟਰ ਗਵਰਨਮੈਂਟ ਦੀਆਂ, ਉਹ ਸਾਰੀਆਂ ਹੀ ਝੋਨੇ ਨੂੰ ਜਿਹੜੀਆਂ ਉਤਸ਼ਾਹਿਤ ਕਰਦੀਆਂ ਸੀ, ਕਿਉਂਕਿ ਇੱਕ ਵੇਲਾ ਸੀਗਾ ਜਦੋਂ ਆਪਾਂ ਉਹਦੇ ਦੀ ਗੱਲ ਉਸ ਏਰੀਏ ਉਸ ਟਾਈਮ ਦੀ ਗੱਲ ਕਰੀਏ ਤਾਂ ਗਵਰਨਮੈਂਟ ਦਾ ਸਲੋਗਨ ਸੀਗਾ ਗਰੋ ਮੋਰ ਫੂਡ, ਜਿਹੜੀ ਸਾਡੀ ਪਾਪੂਲੇਸ਼ਨ ਵੱਧ ਰਹੀ ਹੈ ਉਹਨੂੰ ਆਪਾਂ ਖਾਣਾ ਖਿਲਾਉਣਾ ਸੀਗਾ, ਅਤੇ ਸਾਡੀ ਇੱਕ ਨਾਰਾ ਸੀਗਾ ਕਿ ਵੱਧ ਤੋਂ ਵੱਧ ਅਨਾਜ ਪੈਦਾ ਕਰੀਏ। ਆਪਾਂ ਜਿਹੜਾ ਸੀਗਾ ਜਿਹੜੀਆਂ ਨੀਤੀਆਂ ਗਈਆਂ ਉਹ ਸਾਰੀਆਂ ਫੇਵਰ ਕੇ ਕਰ ਰਹੀਆਂ ਸੀਗੀਆਂ ਝੋਨੇ ਨੂੰ, ਇਸ ਕਰਕੇ ਮੱਕੀ ਪਿੱਛੇ ਰਹਿੰਦੀ ਚਲੀ ਗਈ, ਝੋਨਾ ਅੱਗੇ ਆ ਗਿਆ। ਫਿਰ ਸੀਗੀ ਸਸਤੀ ਪ੍ਰਵਾਸੀ ਲੇਬਰ, ਯਾਨੀ ਕਿ ਜਿਹੜੀ ਮਾਈਗ੍ਰੇਟਰੀ ਲੇਬਰ ਆਪਾਂ ਦੇਖ ਰਹੇ ਹਾਂ ਉਹ ਵੀ ਸਸਤੀ ਸੀ, ਝੋਨੇ ਲਾਉਣ ਦੇ ਵਿੱਚ ਕੋਈ ਦਿੱਕਤ ਨਹੀਂ ਆਈ, ਏਰੀਆ ਵੱਧ ਗਿਆ ਉਹਦਾ। ਇੱਕ ਜਿਹੜਾ ਸ਼ੁਰੂਆਤੀ ਉਹ ਜਮਾ ਜਿਹੜਾ ਸਮਾਂ ਸੀਗਾ 70-81 ਦਾ ਦਾਖਾ ਸੀਗਾ, ਉਦੋਂ ਇੱਕ ਸਮੱਸਿਆ ਹੋਰ ਸੀ, ਵਿਡੰਬਨਾ ਸੀਗੀ ਕਹਿ ਸਕਦਾ ਮੱਕੀ ਦੇ ਨਾਲ, ਕਿ ਸਾਡੇ ਕੋਲ ਓਨੀਆਂ ਵਧੀਆ ਕਿਸਮਾਂ ਨਹੀਂ ਸੀ ਉਸ ਵੇਲੇ ਜਿਹੜੀਆਂ ਕਿ ਝੋਨੇ ਦੇ ਬਰਾਬਰ ਝਾੜ ਦੇ ਸਕਣ, ਅਤੇ ਜਿਹੜਾ ਖੇਤੀ ਮੁਨਾਫਾ ਆਪਾਂ 80 ਯੂਨਿਟ ਏਰੀਆ ਲੈ ਸਕੀਏ ਉਹ ਝੋਨੇ ਦੇ ਬਰਾਬਰ ਲੈ ਸਕੀਏ, ਇਹ ਇੱਕ ਸਾਡੀ ਘਾਟ ਜ਼ਰੂਰ ਸੀਗੀ। ਅਤੇ ਬੀਜ ਦੀ ਸਪਲਾਈ ਵੀ ਆਪਾਂ ਜੇ ਦੇਖੀਏ, ਹੁਣ ਵੀ ਦੇਖੀਏ, ਅੱਜ ਦੇ ਟਾਈਮ ਵਿੱਚ ਵੀ ਦੇਖੀਏ ਤਾਂ ਜਿਹੜੀ ਕਣਕ ਝੋਨੇ ਦੀ ਬੀਜ ਦੀ ਸਪਲਾਈ ਬੜੀ ਨਿਯਮਿਤ ਹੈ, ਰੈਗੂਲਰ ਹੈ, ਅਤੇ ਜਿਹੜੀ ਮੱਕੀ ਦੇ ਬੀਜਾਂ ਦੀ ਸਪਲਾਈ ਹੈ, ਦੋ ਜਿਹੀਆਂ ਕਿਸਮਾਂ ਅੱਜ ਕੱਲ੍ਹ ਆ ਗਈਆਂ, ਉਹਨਾਂ ਦੀ ਸਪਲਾਈ ਬੜੀ ਹੀ ਮੁਸ਼ਕਿਲ ਨਾਲ ਹੁੰਦੀ ਹੈ, ਅਤੇ ਕੁਆਲਿਟੀ ਦੇ ਜਿਹੜੇ ਬੀਜ ਹੈ ਆਪਾਂ ਨੂੰ ਬਹੁਤ ਘੱਟ ਮਿਲਦੇ ਹੈ ਜਾਂ ਟਾਈਮ 'ਤੇ ਨਹੀਂ ਮਿਲਦੇ, ਸਮੇਂ ਤੋਂ ਬਾਅਦ ਮਿਲਦੇ ਆ। ਸੋ ਇਹ ਸਾਰੇ ਜਿਹੜੇ ਸੀਗੇ ਕਾਰਨ ਸੀਗੇ ਜਿਸ ਕਰਕੇ ਮੱਕੀ ਦਾ ਏਰੀਆ ਇੱਕ ਜਗ੍ਹਾ 'ਤੇ ਆ ਕੇ ਰੁਕ ਗਿਆ, ਥੱਲੇ ਆਉਂਦਾ ਚਲਾ ਗਿਆ, ਅਤੇ ਝੋਨੇ ਦਾ ਏਰੀਆ ਵੱਧ ਚਲਾ ਗਿਆ ਪੰਜਾਬ ਦੇ। ਜਦੋਂ ਝੋਨੇ ਦਾ ਏਰੀਆ ਵੱਧ ਗਿਆ ਇਹਦੇ ਮਾੜੇ ਅਸਰ ਸਾਨੂੰ ਦੇਖਣ ਨੂੰ ਆਏ, ਕਿਹੜੇ ਕਿਹੜੇ ਮਾੜੇ ਅਸਰ ਆਪਾਂ ਇਹਦੇ ਨੋਟ ਕੀਤੇ ਹੈਗੇ। ਕੀ ਹੋਇਆ ਕਿ ਮੱਕੀ ਦਾ ਏਰੀਆ ਤਾਂ ਘਟਿਆ ਹੀ ਘਟਿਆ, ਸਭ ਨੂੰ ਪਤਾ। ਦੂਜੀ ਗੱਲ ਇਹ ਕਿ ਪਾਣੀ ਦਾ ਜਿਹੜਾ ਸੀਗਾ ਖਪਤ ਸੀਗੀ ਮੱਕੀ ਦੇ ਮੁਕਾਬਲੇ ਝੋਨੇ ਦੇ ਵਿੱਚ ਬਹੁਤ ਜ਼ਿਆਦਾ ਸੀ, ਇਸ ਕਰਕੇ ਸਾਡਾ ਪਾਣੀ ਜਿਹੜਾ ਮੁੱਕਦਾ ਚਲਾ ਗਿਆ, ਘਟਦਾ ਚਲਾ ਗਿਆ। ਇੱਕ ਜੇ ਸਟੱਡੀ ਦੇ ਮੁਤਾਬਿਕ ਦੇਖੀਏ ਤਾਂ ਜਿਹੜੀ ਝੋਨੇ ਦੀ ਫਸਲ ਹੈ 150 ਸੈਂਟੀਮੀਟਰ ਵਿੱਚ ਪਾਣੀ ਲੈਂਦੀ ਹੈ, ਅਤੇ ਜਿਹੜੀ ਮੱਕੀ ਹੈ ਉਹਦੇ ਮੁਕਾਬਲੇ 50 ਸੈਂਟੀਮੀਟਰ ਵਿੱਚ ਪੂਰੀ ਹੋ ਜਾਂਦੀ, ਯਾਨੀ ਕਿ 3 ਗੁਣਾ ਜ਼ਿਆਦਾ ਜਿਹੜਾ ਪਾਣੀ ਆਪਾਂ ਨੂੰ ਮੱਕੀ ਦੀ ਬਜਾਏ ਝੋਨੇ 'ਤੇ ਲੱਗ ਰਿਹਾ। ਦੂਜੀ ਗੱਲ ਆਈ ਜਿਹੜੀ ਆਪਾਂ ਝੋਨਾ ਕਣਕ ਦੀ ਫਸਲ ਪ੍ਰਣਾਲੀ ਇਹ ਅਪਣਾਈ, ਜਿਹੜਾ ਪਾਣੀ ਦਾ ਪੱਧਰ ਸੀ ਆਪਣਾ ਨੀਚੇ ਚਲਾ ਗਿਆ, ਪਾਣੀ ਦਾ ਅੰਡਰਗਰਾਊਂਡ ਵਾਟਰ ਸੀਗਾ ਉਹ ਥੱਲੇ ਚਲਾ ਗਿਆ, ਸਾਡੇ ਜਿਹੜੇ ਟਿਊਬਵੈਲ ਸੀਗੇ ਪੁਰਾਣੇ ਲੱਗੇ ਹੋਏ ਸੀ ਉਹ ਸਾਰੇ ਸਾਡੇ ਬੇਕਾਰ ਹੋ ਗਏ, ਖਰਚਾ ਵੱਧ ਗਿਆ ਸਾਡਾ, ਇਹ ਦੂਜੀ ਪ੍ਰੋਬਲਮ ਆਈ। ਤੀਜੀ ਪ੍ਰੋਬਲਮ ਇਹ ਆਈ ਕਿ ਜਦੋਂ ਆਪਾਂ ਝੋਨਾ ਲਗਾਉਂਦੇ ਚਲੇ ਗਏ ਜਿਹੜੀ ਆਪਾਂ ਕਹਿੰਦੇ ਕਿ ਹਾਰਡ ਪੈਨ ਬਣ ਗਈ, ਸਖ਼ਤ ਪਰਤ ਬਣ ਗਈ ਜ਼ਮੀਨ ਦੇ ਥੱਲੇ, ਜਿਹਦੇ ਕਰਕੇ ਦੂਜੀ ਫਸਲਾਂ ਦੇ ਝਾੜ 'ਤੇ ਵੀ ਉਹਦਾ ਮਾੜਾ ਅਸਰ ਪਿਆ। ਅਤੇ ਜਿਵੇਂ ਹੁਣ ਅੱਜ ਕੱਲ੍ਹ ਦਾ ਇੱਕ ਮੁੱਦਾ ਪੱਕਿਆ ਹੋਇਆ ਇਸ ਵੇਲੇ ਪਰਾਲੀ ਦੇ ਸਾੜਨ ਕਰਕੇ ਜਿਹੜੀ ਵਾਤਾਵਰਨ ਵੀ ਸਾਡਾ ਪ੍ਰਦੂਸ਼ਿਤ ਹੋਇਆ, ਮਨੁੱਖੀ ਸਿਹਤ 'ਤੇ ਵੀ ਮਾੜਾ ਅਸਰ ਹੋਇਆ, ਇਹ ਸਾਰੇ ਕਾਰਨ ਸੀਗੇ ਜਿਹੜੀਆਂ ਸਾਨੂੰ ਮੁਸ਼ਕਲਾਂ ਆਈਆਂ। ਅਤੇ ਫਿਰ ਇੱਕ ਸਾਰਿਆਂ ਦਾ ਵਿਚਾਰ ਬਣਿਆ, ਸਾਰਿਆਂ ਦੀ ਇੱਕ ਰਾਏ ਬਣੀ, ਇਕੱਠੀ ਮਿਲ ਕੇ ਸਾਰਿਆਂ ਨੇ ਰਾਏ ਬਣਾਈ ਕਿ ਸਾਨੂੰ ਝੋਨੇ ਤੋਂ ਹਟ ਕੇ ਕੁਛ ਨਾ ਕੁਛ ਹੋਰ ਸੋਚਣਾ ਪੈਣਾ, ਯਾਨੀ ਕਿ ਫਸਲੀ ਵਿਭਿੰਨਤਾ ਦੀ ਗੱਲ ਚੱਲੀ ਕਿ ਆਪਾਂ ਫਸਲੀ ਵਿਭਿੰਨਤਾ ਕਰੀਏ ਤਾਂ ਕਿ ਆਪਣਾ ਵਾਤਾਵਰਣ ਵੀ ਬਚੇ, ਮਨੁੱਖੀ ਸਿਹਤ ਵੀ ਬਚੇ, ਅਤੇ ਪਾਣੀ ਦੀ ਵੀ ਆਪਾਂ ਸੰਭਾਲ ਕਰ ਸਕੀਏ। ਹੁਣ ਫਸਲੀ ਵਿਭਿੰਨਤਾ ਜਿਹੜੀ ਸੀਗੀ ਇਹਦਾ ਇਹਦੇ ਨਾਲ ਕੀ ਸਾਨੂੰ ਫਾਇਦਾ ਹੋਣ ਜਾ ਰਿਹਾ ਸੀਗਾ, ਜਿਵੇਂ ਕਿ ਆਪਾਂ ਹੁਣੇ ਪਹਿਲੇ ਗੱਲ ਕੀਤੀ ਹੈ, ਪਾਣੀ ਘੱਟ ਗਿਆ, ਜਿਹੜੀ ਸੀਗੀ ਜਿਹੜੀ ਪ੍ਰਣਾਲੀ ਆਪਾਂ ਅਪਣਾ ਲਈ, ਕਣਕ ਝੋਨਾ ਲਾਉਣ ਲੱਗ ਪਏ, ਆਪਾਂ ਸਾਰਾ ਕ੍ਰੋਪਿੰਗ ਸਿਸਟਮ ਬਣਾ ਲਿਆ, ਪਾਣੀ ਘੱਟ ਗਿਆ, ਵਾਤਾਵਰਨ ਪ੍ਰਦੂਸ਼ਣ ਹੋ ਗਿਆ, ਸਿਹਤ ਦੇ ਨਾਲ ਜੁੜੇ ਮੁੱਦੇ ਖੜ੍ਹੇ ਹੋ ਗਏ, ਇਹ ਸਾਰੀਆਂ ਸਮੱਸਿਆਵਾਂ ਬਣ ਗਈਆਂ, ਜਿਸ ਕਰਕੇ ਸਾਨੂੰ ਇਹ ਸੋਚਣਾ ਪਿਆ ਕਿ ਫਸਲੀ ਵਿਭਿੰਨਤਾ ਵੱਲ ਨੂੰ ਆਪਾਂ ਜਾਈਏ। ਅਤੇ
ਇਹਦੀ ਲੋੜ ਮਹਿਸੂਸ ਹੋਈ ਤਾਂ ਇਹ ਦੇਖਣ ਨੂੰ ਸੋਚਣਾ ਪਿਆ ਕਿ ਬਈ ਇਹਦਾ ਹੱਲ ਕੀ ਹੋਵੇ, ਇਹਦਾ ਢੁਕਵਾਂ ਬਦਲ ਕੀ ਹੋ ਸਕਦਾ। ਜਦੋਂ ਬਦਲ ਤੇ ਆਪਾਂ ਇਹਦੇ ਜਿਹੜੇ ਵੱਖ ਵੱਖ ਇਹਦੇ ਆਪਾਂ ਤਜਰਬੇ ਕੀਤੇ ਜਾਂ ਦੇਖਿਆ ਫਸਲਾਂ ਜਿਹੜੀਆਂ ਲਗਾ ਕੇ ਦੇਖੀਆਂ ਤਾਂ ਮੱਕੀ ਸਾਨੂੰ ਇੱਕ ਇਹੋ ਜਿਹਾ ਜਿਹੜਾ ਢੁਕਵਾਂ ਹੱਲ ਲੱਭਿਆ ਜਿਹੜਾ ਕਿ ਝੋਨੇ ਨੂੰ ਟੱਕਰ ਦੇ ਸਕਦੀ ਸੀਗੀ ਤੇ ਢੁਕਵੇਂ ਵਿਕਲਪ ਦੇ ਰੂਪ ਦੇ ਵਿੱਚ ਜਿਹੜੀ ਸੀ ਮੱਕੀ ਉੱਭਰ ਕੇ ਸਾਹਮਣੇ ਆਈ। ਇਹਦੇ ਨਾਲ ਸਾਨੂੰ ਕੀ ਫਾਇਦਾ ਹੋਣ ਜਾ ਰਿਹਾ ਸੀਗਾ, ਪਾਣੀ ਦੀ ਬੱਚਤ ਹੋਣ ਜਾ ਰਹੀ ਸੀਗੀ, ਡੇਅਰੀ ਅਤੇ ਪੋਲਟਰੀ ਫਾਰਮਿੰਗ ਨੂੰ ਇਹਨੂੰ ਸਪੋਰਟ ਹੋਣ ਜਾ ਰਹੀ ਸੀਗੀ, ਉਦਯੋਗ ਜਿਹੜੇ ਸੀਗੇ ਉਹ ਡੈਫੀਨੇਟਲੀ ਉਤਸ਼ਾਹਿਤ ਹੋਣ ਜਾ ਰਹੇ ਸੀਗੇ ਕਿਉਂਕਿ ਮੱਕੀ ਜਿਹੜੀ ਹੈਗੀ ਇੱਕ ਇੰਡਸਟਰੀਅਲ ਕਰੋਪ ਹੈ, ਮਲਟੀਪਰਪਜ਼ ਕਰੋਪ ਹੈ, ਇੰਡਸਟਰੀ ਨੂੰ ਬਹੁਤ ਸਪੋਰਟ ਕਰਦੀ ਹੈ ਅਤੇ ਸਾਡੀ ਜਿਹੜੀ ਮਿੱਟੀ ਦੀ ਸਿਹਤ ਜਿਹੜੀ ਖਰਾਬ ਹੋ ਰਹੀ ਸੀ, ਹਾਰਡ ਪੈਂਡ ਬਣ ਰਹੀ ਸੀ, ਉਹ ਤੋਂ ਸਾਡਾ ਬਚਾਅ ਹੋਣ ਜਾ ਰਿਹਾ ਸੀਗਾ। ਇਸ ਕਰਕੇ ਸਾਨੂੰ ਜਾਂ ਸਾਰੇ ਜਿਹੜੇ ਤਜਰਬੇ ਹੋਏ ਜਿਹੜੇ ਪੋਲਸੀ ਮੇਕਰ ਹੈਗੇ ਹੈ, ਸਾਇੰਟਿਸਟ ਹੈਗੇ, ਸਾਇੰਸਦਾਨ ਹੈਗੇ, ਸਾਰਿਆਂ ਨੇ ਰਲ ਕੇ ਜਦੋਂ ਇਹ ਸਾਰੀ ਭੋਗ ਪੜਤਾਲ ਕੀਤੀ ਤਾਂ ਮੱਕੀ ਜਿਹੜਾ ਸੀਗਾ ਇੱਕੋ ਇੱਕ ਬਦਲ ਸਾਹਮਣੇ ਆਇਆ ਜਿਹਦੇ ਕਿ ਇੱਕ ਵਿਕਲਪ ਦੇ ਰੂਪ ਵਿੱਚ ਆਪਾਂ ਜਿਹਦੀ ਵਰਤੋਂ ਕਰ ਸਕਦੇ ਹਾਂ। ਇਹਦੇ ਕਾਰਨ ਸੀਗੇ ਕਿਉਂ ਮੱਕੀ ਨੂੰ ਇੱਕ ਵਿਕਲਪ ਦੇ ਰੂਪ ਵਿੱਚ ਆਪਾਂ ਚੁਣਿਆ। ਸਭ ਤੋਂ ਪਹਿਲੀ ਗੱਲ ਕਿ ਹੁਣ ਜੇ ਅੱਜ ਦੇ ਟਾਈਮ ਦੇ ਆਪਾਂ ਗੱਲ ਕਰੀਏ, ਸਮੇਂ ਦੀ ਗੱਲ ਕਰੀਏ, ਸਾਡੇ ਕੋਲ ਬਹੁਤ ਸਾਰੇ ਬਹੁਤ ਚੰਗੇ ਚੰਗੇ ਦੋਗਲੀਆਂ ਕਿਸਮਾਂ ਜਿਹੜੀਆਂ ਅਵੇਲੇਬਲ ਨੇ, ਮਾਰਕੀਟ ਵਿੱਚ ਉਪਲਬਧ ਨੇ, ਜਿਹੜੀਆਂ ਘੱਟ ਪਾਣੀ ਦੀ ਵਰਤੋਂ ਕਰਕੇ ਸਾਨੂੰ ਵਧੇਰੇ ਝਾੜ ਦਿੰਦੀਆਂ ਨੇ, ਜਿਹੜੀ ਇਕਨੋਮਿਕ ਸਾਡੀ ਜਿਹੜੀ ਹੈਗੀ ਹੈ ਝੋਨੇ ਦੇ ਬਰਾਬਰ ਚਲੀ ਜਾਂਦੀ ਹੈ। ਸੋ ਇਹ ਇੱਕ ਕਾਰਨ ਸੀਗਾ, ਪਹਿਲਾ ਸਭ ਤੋਂ ਮੁੱਢਲਾ ਕਾਰਨ ਸੀ ਜਿਸ ਕਰਕੇ ਅਸੀਂ ਸੋਚਿਆ ਕਿ ਮੱਕੀ ਨੂੰ ਆਪਾਂ ਬਦਲ ਦੇ ਰੂਪ ਵਿੱਚ ਚੁੱਕ ਸਕਦੇ ਹਾਂ। ਦੂਜੀ ਗੱਲ ਸੀ ਬਹੁ ਉਦੇਸ਼ ਫਸਲੀ ਵਾਲੀ ਫਸਲ ਹੈਗੀ, ਯਾਨੀ ਕਿ ਮਲਟੀਪਰਪਜ਼ ਕਰੋਪ ਹੈਗੀ ਹੈ। ਮਲਟੀਪਰਪਜ਼ ਤੋਂ ਭਾਵ ਮਨੁੱਖੀ ਭੋਜਨ ਵਾਸਤੇ ਵਰਤੋਂ ਕੀਤੀ ਜਾਂਦੀ ਹੈ, ਫੀਡ ਵਾਸਤੇ ਵਰਤੋਂ ਕੀਤੀ ਜਾਂਦੀ ਹੈ, ਫੀਡ ਭਾਵੇਂ ਪੋਲਟਰੀ ਫੀਡ ਹੈ, ਕੈਟਲ ਫੀਡ ਹੈ ਜਾਂ ਪਿਗਰੀ ਫੀਡ ਹੈ, ਜੋ ਫਿਸ਼ ਫੀਡ ਹੈ, ਸਾਰਿਆਂ ਵਾਸਤੇ ਇਹਦੀ ਵਰਤੋਂ ਕੀਤੀ ਜਾਂਦੀ ਹੈ। ਜਿਹੜੇ ਬਹੁਤ ਸਾਰੀ ਇੰਡਸਟਰੀ ਹੈ ਉਹਦੇ ਵਾਸਤੇ ਕੱਚਾ ਮਾਲ ਵੀ, ਚੰਗਾ ਕੱਚਾ ਮਾਲ ਸਪਲਾਈ ਕਰਦੀ ਹੈ ਮੱਕੀ। ਕਲੋਰਿਕ ਵੈਲਿਊ ਜਿਹੜੀ ਹੈਗੀ, ਯਾਨੀ ਕਿ ਮਨੁੱਖੀ ਸਿਹਤ ਵਾਸਤੇ ਜਿਹੜੀ ਇਹਦੀ ਗੁਣਕਾਰੀ ਜਿਹੜੀ ਵੈਲਿਊ ਹੈ ਉਹ ਇਹਦੀ ਬਹੁਤ ਅੱਛੀ ਹੈਗੀ ਹੈ। ਅਤੇ ਅਮੀਨੋ ਐਸਿਡ, ਯਾਨੀ ਕਿ ਆਪਾਂ ਕਹਿੰਦੇ ਹਾਂ ਵਿਟਾਮਿਨ, ਪ੍ਰੋਟੀਨ, ਅਮੀਨੋ ਐਸਿਡ ਜਿਹੜੇ ਹੈ ਉਹ ਇਹਦੇ ਵਿੱਚ ਭਰਪੂਰ ਵਿੱਚ ਇਹਦੇ ਵਿੱਚ ਗੁਣਵੱਤਾ ਹੈਗੀ ਹੈ। ਅਤੇ ਅਗਲਾ ਜਿਹੜਾ ਕਾਰਨ ਸੀਗਾ ਕਿ ਆਪਾਂ ਜੇ ਪਾਣੀ ਦੀ ਗੱਲ ਕਰੀਏ, 1000 ਲੀਟਰ ਪਾਣੀ ਦੇ ਵਿੱਚ ਆਪਾਂ 1 ਕਿਲੋ ਮੱਕੀ ਪੈਦਾ ਕਰ ਸਕਦੇ ਹਾਂ, ਲੇਕਿਨ 4000 ਲੀਟਰ ਲੈਂਦੀ ਹੈ ਜਦੋਂ ਆਪਾਂ ਝੋਨੇ ਦਾ 1 ਕਿਲੋ ਆਪਾਂ ਪੈਦਾ ਕਰਨੇ, ਦਾਣੇ ਪੈਦਾ ਕਰਨੇ। ਜਿਹੜੀ ਉਦਯੋਗਿਕ ਜਿਹੜੀ ਆਪਾਂ ਕੀਤੀ ਹੈ ਗੱਲ ਕੀਤੀ ਹੈ, ਇੰਡਸਟਰੀਅਲ ਜਿਹੜਾ ਦਾ ਮੁੱਲ ਬਹੁਤ ਜ਼ਿਆਦਾ, ਵੈਲਿਊ ਬਹੁਤ ਜ਼ਿਆਦਾ, ਯਾਨੀ ਕਿ ਜਿਹੜੀ ਸਟਾਰਚ ਇੰਡਸਟਰੀ ਹੈ ਸਾਰੀ ਜਿਹੜੀ ਹੈਗੀ ਮੱਕੀ ਦੇ ਉੱਪਰ ਬੇਸ ਹੈਗੀ ਹੈ। ਨਵਾਂ ਸੈਕਟਰ ਜਿਹੜਾ ਅੱਜ ਕੱਲ੍ਹ ਆ ਰਿਹਾ ਹੈਗਾ ਬਾਇਓ ਇਥਨੋਲ ਪ੍ਰੋਡਕਸ਼ਨ 'ਤੇ, ਜਿਹੜੇ ਹੁਣ ਯੂਨਿਟ ਲੱਗ ਰਹੇ ਹੈ, ਤੁਸੀਂ ਸਾਰੇ ਜਾਣਦੇ ਆ ਬਾਇਓ ਇਥਨੋਲ ਕੀ ਹੈਗਾ। ਬਾਇਓ ਇਥਨੋਲ ਜਿਹੜਾ ਹੈਗਾ, ਸਰਕਾਰ ਨੇ ਇਹ ਇਜਾਜ਼ਤ ਦੇ ਦਿੱਤੀ ਹੈਗੀ ਹੈ ਕਿ ਦੂਜੇ ਕੰਟਰੀ ਜਿਵੇਂ ਬ੍ਰਾਜ਼ੀਲ ਹੈ, ਅਮੈਰੀਕਾ ਹੈ, ਚਾਈਨਾ ਹੈ, ਇਹ ਇਥਨੋਲ ਬਣਾ ਕੇ ਮੱਕੀ ਤੋਂ ਪੈਟਰੋਲ ਦੇ ਵਿੱਚ ਮਿਕਸ ਕਰਕੇ ਵੇਚਦੇ ਹੈ। ਸੇਮ ਪੋਲਿਸੀ ਭਾਰਤ ਸਰਕਾਰ ਨੇ ਵੀ ਲਾਗੂ ਕਰ ਦਿੱਤੀ ਹੋਈ ਹੈ। ਹਾਲ ਦੀ ਘੜੀ ਜਿਹੜਾ 5% ਇਥਨੋਲ ਬਣਾ ਕੇ ਆਪਾਂ ਪੈਟਰੋਲ ਦੇ ਵਿੱਚ ਮਿਕਸ ਕਰਕੇ ਵੇਚ ਸਕਦੇ ਹਾਂ, ਜਿਹੜੇ ਵਪਾਰੀ ਨੇ ਜਾਂ ਕੰਪਨੀਆਂ ਨੇ। ਅਤੇ ਇਹਦੇ ਨਾਲ ਸਾਡਾ ਵਾਤਾਵਰਨ ਪ੍ਰਦੂਸ਼ਣ ਹੋਣ ਤੋਂ ਵੀ ਬਚਦਾ ਅਤੇ ਸਾਡੀ ਮੱਕੀ ਦੀ ਜਿਹੜੀ ਡਿਮਾਂਡ ਵੀ ਵੱਧਦੀ ਹੈਗੀ। ਅਤੇ ਆਉਣ ਵਾਲੇ ਸਮੇਂ ਵਿੱਚ ਇਸ ਵੇਲੇ ਸਿਚੁਏਸ਼ਨ ਇਹ ਹੈਗੀ ਹੈ, ਜਦੋਂ 5% ਦੀ ਜਿਹੜੀ ਛੂਟ ਦਿੱਤੀ ਗਈ ਹੈ ਉਹਦੇ ਨਾਲ ਵੀ ਸਾਡੀ ਮੱਕੀ ਦੀ ਡਿਮਾਂਡ ਪੂਰੀ ਨਹੀਂ ਹੋ ਰਹੀ। ਅਤੇ ਆਉਣ ਵਾਲੇ 1-2 ਸਾਲ ਦੇ ਅੰਦਰ ਹੀ ਜਿਹੜੀ ਸਰਕਾਰ ਹੈਗੀ ਹੈ ਇਹਨੂੰ 10% ਮਿਕਸਿੰਗ ਅਲਾਓ ਕਰਨ ਜਾ ਰਹੀ ਹੈ। ਸੋ ਇਹਦੀ ਆਉਣ ਵਾਲੀ ਜਿਹੜੀ ਮਾਰਕੀਟ ਹੈ ਅਸੀਂ ਦੇਖਦੇ ਹਾਂ ਬਹੁਤ ਵੱਡੀ ਮਾਰਕੀਟ ਹੋਣ ਜਾ ਰਹੀ ਹੈ। ਅਤੇ ਅਸੀਂ ਇਹ ਸਮਝਦੇ ਹੈਗੇ ਕਿ ਝੋਨੇ ਦੇ ਬਦਲੇ ਜੇ ਅਸੀਂ ਮੱਕੀ ਨੂੰ ਉਤਸ਼ਾਹਿਤ ਕਰੀਏ ਤਾਂ ਬਹੁਤ ਵੱਡਾ ਇੱਕ ਰਾਹਤ ਪੰਜਾਬ ਵਾਸਤੇ ਹੋ ਸਕਦੀ ਹੈ। ਅਤੇ ਇਹਦੇ ਨਾਲ ਹੀ ਇਹਦੀ ਜਿਹੜੀ ਡੋਮੈਸਟਿਕ ਮਾਰਕੀਟ ਹੈਗੀ, ਜਿਹੜੀ ਫੀਡ ਇੰਡਸਟਰੀ ਮੈਂ ਗੱਲ ਕੀਤੀ ਹੈ, ਅਤੇ ਇੰਟਰਨੈਸ਼ਨਲ ਮਾਰਕੀਟ ਹੈ ਇਥਨੋਲ ਦੀ ਮਾਰਕੀਟ ਹੈਗੀ, ਇਹ ਬਹੁਤ ਵਧਣ ਜਾ ਰਹੀ ਹੈ। ਇਹਦੀ ਡਿਮਾਂਡ ਆਉਣ ਵਾਲੇ ਸਮੇਂ 'ਚ ਬਹੁਤ ਵੱਧ ਜਾਏਗੀ। ਇਸ ਕਰਕੇ ਮੈਂ ਇਹ ਸੋਚਦਾ ਹਾਂ ਕਿ ਇਹਨੂੰ ਇੱਕ ਜਿਹੜਾ ਵਿਕਲਪ ਦੇ ਰੂਪ ਵਿੱਚ ਜਾਂ ਇੱਕ ਅਲਟਰਨੇਟਿਵ ਅਸੀਂ ਮੱਕੀ ਨੂੰ ਕਹਿ ਸਕਦੇ ਹਾਂ, ਝੋਨੇ ਦਾ ਬਦਲ ਅਸੀਂ ਜ਼ਰੂਰ ਕਹਿ ਸਕਦੇ ਹਾਂ, ਅਤੇ ਇਹਨੂੰ ਅਸੀਂ ਵਰਤੋਂ ਕਰ ਸਕਦੇ ਹਾਂ। ਥੋੜ੍ਹਾ ਜਿਹਾ ਮੈਂ ਵਿਸਤਾਰ ਵੱਲ ਜਾਊਂਗਾ ਕਿ ਮੱਕੀ ਦੀ ਵਰਤੋਂ ਆਪਾਂ ਕਿੱਥੇ ਕਿੱਥੇ ਕਰ ਸਕਦੇ ਹਾਂ, ਜਿਹਦੇ ਨਾਲ ਇਹਦੀ ਡਿਮਾਂਡ ਵਧੇਗੀ, ਇਹਦਾ ਮੁੱਲ ਵੀ ਵਧੇਗਾ ਅਤੇ ਮਾਰਕੀਟ ਵਿੱਚ ਇਹਦੀ ਖਪਤ ਵੀ ਵਧੇਗੀ। ਸਭ ਤੋਂ ਪਹਿਲੀ ਗੱਲ ਹੈ ਪਸ਼ੂ ਅਤੇ ਪੋਲਟਰੀ ਫੀਡ, ਜਿਵੇਂ ਮੈਂ ਹੁਣ ਗੱਲ ਕੀਤੀ ਹੈ। ਰੋਟੀ ਵਾਸਤੇ ਆਪਣੇ ਪੰਜਾਬ ਦਾ ਰਵਾਇਤੀ ਖਾਣਾ ਹੈ ਮੱਕੀ ਦੀ ਰੋਟੀ, ਸਰ੍ਹੋਂ ਦਾ ਸਾਗ। ਹਰੀਆਂ ਛੱਲੀਆਂ ਦੀ ਬਹੁਤ ਵੱਡੀ ਮਾਰਕੀਟ ਹੈਗੀ ਇਸ ਵੇਲੇ ਜੇ ਆਪਾਂ ਦੇਖੀਏ ਪੂਰੇ ਇੰਡੀਆ ਦੇ ਵਿੱਚ, ਪੰਜਾਬ ਦੇ ਵਿੱਚ ਜਿੱਥੇ ਮੱਕੀ ਦੀ ਖਪਤ ਹੋ ਰਹੀ ਹੈ। ਬੇਬੀ ਕੋਰਨ, ਮਿੱਠੀ ਮੱਕੀ, ਸਵੀਟ ਕੋਰਨ, ਇਹਦੀ ਵੀ ਬਹੁਤ ਵੱਡੀ ਮਾਰਕੀਟ ਸਾਹਮਣੇ ਉੱਭਰ ਕੇ ਆ ਰਹੀ ਹੈ। ਜਿਹੜੇ ਮੇਰੇ ਕਿਸਾਨ ਵੀਰ ਰਵਾਇਤੀ ਮੱਕੀ ਲਾਉਂਦੇ ਹੈਗੇ ਆ, ਉਹ ਜਿਹੜੀ ਸਪੈਸ਼ਲਟੀ ਕੋਰਨ ਹੈ, ਯਾਨੀ ਕਿ ਬੇਬੀ ਕੋਰਨ ਦੀ ਕਾਸ਼ਤ ਵੀ ਕਰ ਸਕਦੇ ਹੈ, ਸਵੀਟ ਕੋਰਨ ਦੀ ਕਾਸ਼ਤ ਵੀ ਕਰ ਸਕਦੇ ਹੈ,
ਪੌਪਕੋਰਨ ਦੀ ਕਾਸ਼ਤ ਵੀ ਕਰ ਸਕਦੇ, ਇਹ ਸਾਰੀਆਂ ਕਿਸਮਾਂ ਦੀ ਕਾਸ਼ਤ ਕਰਕੇ ਆਪਣਾ ਖੇਤੀ ਮੁਨਾਫਾ ਵਧਾ ਸਕਦੇ ਅਤੇ ਡਾਇਵਰਸੀਫਿਕੇਸ਼ਨ ਵਿੱਚ ਆਪਣਾ ਯੋਗਦਾਨ ਪਾ ਸਕਦੇ ਹੈਗੇ ਹੈ। ਜੇ ਮੈਂ ਇੰਡਸਟਰੀਅਲ ਵਰਤੋਂ ਦੀ ਗੱਲ ਕਰਾਂ, ਜਿਵੇਂ ਮੈਂ ਗੱਲ ਕੀਤੀ ਹੈ ਮਲਟੀਪਰਪਜ਼ ਕਰੋਪ ਹੈਗੀ ਹੈ, ਇੰਡਸਟਰੀ ਵਿੱਚ ਕਿੱਥੇ ਕਿੱਥੇ ਵਰਤ ਹੁੰਦੀ ਹੈ ਮੱਕੀ, ਜਿਹਦੇ ਨਾਲ ਇਹਦੀ ਡਿਮਾਂਡ ਵਧਣ ਜਾ ਰਹੀ ਹੈ ਆਉਣ ਵਾਲੇ ਸਮੇਂ 'ਚ। ਸਭ ਤੋਂ ਵੱਡੀ ਇੰਡਸਟਰੀ ਹੈਗੀ ਸਟਾਰਚ ਇੰਡਸਟਰੀ। ਅੱਛਾ, ਸਟਾਰਚ ਕਿੱਥੇ ਵਰਤ ਹੁੰਦੀ ਹੈ? ਇਹ ਤੋਂ ਜਿਹੜੇ ਅੱਗੇ ਫਿਰ ਪ੍ਰੋਡਕਟ ਬਣਦੇ ਹੈਗੇ, ਡੈਕਸਟ੍ਰੋਜ਼ ਬਣਦਾ ਹੈ, ਗਲੂਕੋਜ਼ ਬਣਦਾ ਹੈ, ਫਰੁਕਟੋਜ਼ ਬਣਦਾ ਹੈ, ਯਾਨੀ ਕਿ ਜਿੰਨੀ ਮਿਠਾਸ ਵਾਲੀ ਚੀਜ਼ਾਂ ਹੈਗੀਆਂ ਉਹ ਮੱਕੀ ਦੇ ਸਟਾਰਚ ਤੋਂ ਬਣਦੀਆਂ ਨੇ। ਫਾਰਮਾਸਿਊਟੀਕਲ ਇੰਡਸਟਰੀ ਯਾਨੀ ਕਿ ਦਵਾਈਆਂ ਬਣਾਉਣ ਵਾਲੀਆਂ ਕੰਪਨੀਆਂ ਨੇ ਜਿਹੜੀਆਂ ਸ਼ਰਬਤ ਬਣਾਉਂਦੀਆਂ ਨੇ, ਮਿੱਠੇ ਸ਼ਰਬਤ ਜਿਹੜੇ ਖਾਂਸੀ ਵਾਲੇ ਸ਼ਰਬਤ ਨੇ, ਹੋਰ ਇਹੋ ਜਿਹੇ ਜਿਹਦੇ 'ਚ ਮਿਠਾਸ ਜਿਹੜੀ ਵਰਤੋਂ ਜਾਂਦੀ ਹੈ ਉਹ ਜਿਹੜੀ ਸਟਾਰਚ ਤੋਂ ਤਿਆਰ ਹੁੰਦੀ ਹੈਗੀ ਹੈ। ਕੋਸਮੈਟਿਕ ਇੰਡਸਟਰੀ ਹੈ ਜਿਹੜੇ ਸੁੰਦਰੀਆ ਸਾਧਨ ਨੇ, ਪਾਊਡਰ ਨੇ, ਕਰੀਮ ਨੇ, ਪੇਪਰ ਇੰਡਸਟਰੀ ਹੈਗੀ ਹੈ, ਟੈਕਸਟਾਈਲ ਇੰਡਸਟਰੀ ਹੈਗੀ ਹੈ, ਕਾਰਡਬੋਰਡ ਇੰਡਸਟਰੀ ਹੈਗੀ ਹੈ, ਇਹਨਾਂ ਵਿੱਚ ਸਾਰਿਆਂ ਵਿੱਚ ਕਿਤੇ ਨਾ ਕਿਤੇ ਮੱਕੀ ਦੀ ਵਰਤੋਂ ਹੋ ਰਹੀ ਹੈ। ਇਥਨੋਲ ਜਿਹੜੀ ਹੈਗੀ ਹੈ ਪੈਟਰੋਲੀਅਮ ਉਤਪਾਦ ਮਿਸ਼ਰਣ ਲਈ ਜਿਹੜੀ ਭਾਰਤ ਸਰਕਾਰ ਉਤਸ਼ਾਹਿਤ ਕਰ ਰਹੀ ਹੈ, ਉੱਥੇ ਸਾਨੂੰ ਮੱਕੀ ਦੀ ਲੋੜ ਹੈਗੀ ਹੈ। ਕਾਰਨ ਆਇਲ ਦੀ ਵਰਤੋਂ ਆਪਾਂ ਕਰ ਸਕਦੇ ਹੈਗੇ ਹੈ, ਜਿਵੇਂ ਮਨੁੱਖੀ ਸਿਹਤ ਵਾਸਤੇ ਆਪਾਂ ਦੂਜੇ ਤੇਲ ਰਿਫਾਇੰਡ ਅਤੇ ਆਪਾਂ ਘਰੇ ਤੇਲ ਵਰਤਦੇ ਹਾਂ ਚਾਹ ਖਾਣਾ ਬਣਾਉਣ ਵਾਸਤੇ, ਉਸੇ ਤਰ੍ਹਾਂ ਮੱਕੀ ਦਾ ਤੇਲ ਵੀ ਵਰਤੋਂ ਕੀਤੀ ਜਾ ਸਕਦੀ ਹੈ। 3-6% ਤੇਲ ਦੀ ਮਾਤਰਾ ਇਹਦੇ ਵਿੱਚ ਹੁੰਦੀ ਹੈ। ਵਿਟਾਮਿਨਸ ਦੇ ਨਾਲ ਭਰਪੂਰ ਹੈ, ਵਿਟਾਮਿਨ ਏ ਬਹੁਤ ਹੈ ਇਹਦੇ 'ਚ, ਬੀ ਕੰਪਲੈਕਸ ਇਹਦੇ ਬਹੁਤ ਹੈਗਾ। ਜਿਹੜੇ ਪੀਣ ਵਾਲੇ ਪਦਾਰਥ ਨੇ ਜਿਹੜੇ ਯਾਨੀ ਕਿ ਬਰੈਵਰੀ ਇੰਡਸਟਰੀ ਹੈ, ਵਿਸਕੀ ਹੈ, ਬੀਅਰ ਹੈ, ਉੱਥੇ ਵੀ ਮੱਕੀ ਦੀ ਵਰਤੋਂ ਕੀਤੀ ਜਾ ਰਹੀ ਹੈ। ਮੱਕੀ ਦੇ ਨੇ ਯਾਨੀ ਕਿ ਜਿਹੜੇ ਬ੍ਰੇਕ ਮਟੀਰੀਅਲ ਨੇ ਉਹਨਾਂ ਵਿੱਚ ਮੱਕੀ ਦੀ ਬਹੁਤ ਲਾਰਜ ਸਕੇਲ 'ਤੇ ਆਉਣ ਵਾਲੇ ਸਮੇਂ 'ਚ ਵਰਤੋਂ ਹੋ ਰਹੀ ਹੈ। ਸੋ ਇਹ ਸਾਰੇ ਜਿਹੜੇ ਫੈਕਟਰ ਸੀ, ਇਹ ਸਾਰੇ ਜਿਹੜੀ ਵਰਤੋਂ ਉਹਨਾਂ ਦਾ ਪੈਟਰਨ ਸੀ ਮੱਕੀ ਦਾ, ਫੀਡ ਇੰਡਸਟਰੀ ਦੇ ਵਿੱਚ, ਸਟਾਰਚ ਦੇ ਵਿੱਚ, ਇੰਡਸਟਰੀ ਦੇ ਵਿੱਚ, ਇਥਨੋਲ ਦੇ ਵਿੱਚ, ਇਹ ਇਹ ਡਿਮਾਂਡ ਕਰਦੀ ਹੈ ਆਉਣ ਵਾਲੇ ਸਮੇਂ ਵਾਸਤੇ ਕਿ ਸਾਨੂੰ ਝੋਨੇ ਵਿੱਚੋਂ ਕੁਛ ਏਰੀਆ ਘਟਾ ਕੇ ਆਪਣੀਆਂ ਜਿਹੜੀਆਂ ਸਮੱਸਿਆਵਾਂ ਖੜੀਆਂ ਹੋ ਗਈਆਂ ਪੰਜਾਬ ਨੂੰ, ਉਸ ਤੋਂ ਬਚਾਈਏ ਅਤੇ ਕੁਛ ਏਰੀਆ ਆਪਾਂ ਲੈ ਕੇ ਮੱਕੀ ਵੱਲ ਨੂੰ ਆਈਏ, ਜਿਹਦੀ ਆਉਣ ਵਾਲਾ ਜਿਹੜਾ ਸਮਾਂ ਹੈਗਾ ਉਹ ਬਹੁਤ ਹੀ ਅੱਛਾ ਨਜ਼ਰ ਆ ਰਿਹਾ ਹੈਗਾ। ਜੇ ਆਪਾਂ ਇਹਦੀ ਟੋਟਲ ਇਹਦੀ ਵਰਤੋਂ ਜੋ ਕੈਟੇਗਰਾਈਜ਼ ਕਰੀਏ ਤਾਂ ਆਪਾਂ ਦੇਖੀਏ ਭਾਰਤ ਦੇ ਵਿੱਚ ਇਹਦੀ ਕੀ ਵਰਤੋਂ ਹੋ ਰਹੀ ਹੈ ਮੱਕੀ ਦੀ। ਜਿਵੇਂ ਮੈਂ ਗੱਲ ਕੀਤੀ ਥੋੜ੍ਹੀ ਦੇਰ ਪਹਿਲੇ ਕਿ ਜਿਹੜੀ ਫੀਡ ਇੰਡਸਟਰੀ ਹੈਗੀ, ਤੁਸੀਂ ਦੇਖ ਸਕਦੇ ਹੈ ਪੋਲਟਰੀ ਪਿਗ ਅਤੇ ਫੀਸ਼ ਫੀਡ 'ਤੇ 52% ਅਤੇ ਕੈਟਲ ਫੀਡ 'ਤੇ 11%, ਯਾਨੀ ਕਿ ਫੀਡ ਇੰਡਸਟਰੀ ਇਕੱਲੀ ਜਿਹੜੀ ਹੈਗੀ ਤਕਰੀਬਨ 63% ਜਿਹੜੀ ਮੱਕੀ ਦੀ ਵਰਤੋਂ ਕਰ ਰਹੀ। ਜੇ ਮੈਂ ਇੰਡਸਟਰੀ ਦੀ ਗੱਲ ਕਰਾਂ, ਸਟਾਰਚ ਇੰਡਸਟਰੀ 12% ਦੀ ਵਰਤੋਂ ਕਰ ਰਹੀ, ਜਿਹੜੀ ਆਪਾਂ ਖਾਣ ਵਾਸਤੇ ਵਰਤ ਰਹੇ ਜਾਣੀ ਕਿ ਫਲੇਕਸ ਬਣਾ ਰਹੇ ਹਾਂ ਜਾਂ ਰੋਟੀ ਦਾ ਆਟਾ, ਰੋਟੀ ਵਾਸਤੇ ਆਟਾ ਬਣਾ ਰਹੇ ਹਾਂ, ਹੋਰ ਜਿਹੜੇ ਪਰਪਜ਼ ਵਰਤ ਰਹੇ ਹਾਂ ਖਾਣ ਵਾਸਤੇ, ਮਨੁੱਖੀ ਭੋਜਨ ਵਾਸਤੇ ਵਰਤ ਰਹੇ ਹਾਂ, 23% ਦੀ ਮੱਕੀ ਦੀ ਵਰਤੋਂ ਹੋ ਰਹੀ ਹੈ। 1% ਜਿਹੜੀ ਹੈਗੀ ਹੈ ਬਰੇਵਰੀ ਇੰਡਸਟਰੀ ਵਰਤ ਰਹੀ ਹੈ, ਅਤੇ 1% ਜਿਹੜੇ ਹੈਗੇ ਇਹਦੇ ਮਿਸਲੇਨੀਅਸ ਵਰਤੋਂ ਜਾਣੀ ਕਿ ਮਿਸ਼ਰਿਤ ਜਿਹੜਾ ਇਹਦਾ ਵਰਤੋਂ ਹੋ ਰਹੀ ਹੈ, ਬੀਜ ਵਾਸਤੇ ਵਰਤੋਂ ਹੋ ਰਹੀ ਹੈ, ਕਿਤੇ ਹੋਰ ਵਰਤੋਂ ਆਪਾਂ ਕਰ ਰਹੇ ਹਾਂ। ਸੋ ਇਹ ਇਹਦਾ ਇੱਕ ਪੈਟਰਨ ਜਿਹੜਾ ਹੈਗਾ ਇੰਡੀਆ ਦੇ ਵਿੱਚ ਚੱਲਦੇ ਹੈ, ਅਤੇ ਆਉਣ ਵਾਲਾ ਸਮਾਂ ਜਿਹੜਾ ਮੱਕੀ ਦਾ ਸਾਨੂੰ ਲੱਗ ਰਿਹਾ ਕਿ ਬਹੁਤ ਅੱਛਾ ਸਮਾਂ ਹੈ, ਕੁਛ ਢੁੱਕਵੀਂ ਇਹਦੀ ਜੇ ਆਪਾਂ ਚੰਗੀ ਖੇਤੀ ਕਰੀਏ, ਇਹਨੂੰ ਵਪਾਰਿਕ ਪੱਧਰ 'ਤੇ ਲੈ ਕੇ ਆਈਏ ਤਾਂ ਚੰਗਾ ਬਦਲ ਆਪਾਂ ਝੋਨੇ ਨੂੰ ਦੇ ਸਕਦੇ ਹਾਂ, ਅਤੇ ਆਪਣਾ ਜਿਹੜੀਆਂ ਸਮੱਸਿਆਵਾਂ ਇਸ ਵੇਲੇ ਪੰਜਾਬ ਦੇ ਵਿੱਚ ਸਾਹਮਣੇ ਆ ਰਹੀਆਂ ਉਹਨਾਂ ਦੀ ਆਪਾਂ ਹੱਲ ਲੱਭ ਸਕਦੇ ਹੈਗੇ ਹਾਂ। ਜਦੋਂ ਆਪਾਂ ਮੱਕੀ ਆਧਾਰਿਤ ਕੋਈ ਵੀ ਕ੍ਰੋਪਿੰਗ ਸਿਸਟਮ ਨੂੰ ਜਾਵਾਂਗੇ ਤਾਂ ਇੱਕ ਅਨੁਮਾਨ ਦੇ ਮੁਤਾਬਿਕ ਸਾਡੇ ਕੋਲੋਂ 90% ਪਾਣੀ ਦੀ ਬੱਚਤ ਹੋਏਗੀ ਅਤੇ 70% ਊਰਜਾ ਦੀ ਬੱਚਤ, ਐਨਰਜੀ ਦੀ ਸੇਵਿੰਗ ਹੋਏਗੀ। ਇਹ ਇੱਕ ਸਟੱਡੀ ਦੇ ਬੇਸ 'ਤੇ ਇਹ ਡੇਟਾ ਪ੍ਰੈਜੈਂਟ ਕੀਤਾ ਗਿਆ। ਹਾਂ, ਕਈ ਵਾਰੀ ਇਹ ਬੜਾ ਸ਼ੰਕਾ ਮਨ ਵਿੱਚ ਆਉਂਦਾ ਹੈ ਕਿ ਆਪਾਂ ਕਣਕ ਲਾਵਾਂਗੇ, ਮੱਕੀ ਕਣਕ ਲਾਵਾਂਗੇ, ਬਹੁਤ ਮੁਨਾਫਾ ਪੈ ਜਾਊਗਾ ਸਾਨੂੰ ਜਾਂ ਇਹ ਸਾਨੂੰ ਮੁਨਾਫਾ ਦੇਊਗੇ ਉਹਨਾਂ। ਇਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਇੱਥੇ ਤਜਰਬੇ ਕੀਤੇ ਗਏ ਅਤੇ ਉਹਦੇ 'ਚ ਪਾਇਆ ਗਿਆ, ਜੇ ਆਪਾਂ ਕਣਕ ਝੋਨਾ ਜਿਹੜਾ ਫਸਲੀ ਚੱਕਰ ਵਰਤਦੇ ਹਾਂ ਤਾਂ ਝੋਨੇ ਤੋਂ ਬਾਅਦ ਜਿਹੜੀ ਕਣਕ ਲਾਉਂਦੇ ਹਾਂ ਸਾਨੂੰ 49 ਕੁਇੰਟਲ ਝਾੜ ਮਿਲਦਾ, ਯਾਨੀ 50 ਕੁਇੰਟਲ ਝਾੜ ਮਿਲਦਾ। ਅਤੇ ਜੇ ਆਪਾਂ ਮੱਕੀ ਅਤੇ ਕਣਕ ਦਾ ਰੋਟੇਸ਼ਨ ਆਪਾਂ ਵਰਤਦੇ ਹਾਂ, ਕ੍ਰੋਪਿੰਗ ਸਿਸਟਮ ਵਰਤਦੇ ਹਾਂ, ਤਾਂ ਜਿਹੜਾ ਆਪਣਾ ਕਣਕ ਦਾ ਝਾੜ ਹੈ ਮੱਕੀ ਤੋਂ ਬਾਅਦ ਉਹ 56 ਕੁਇੰਟਲ ਮਿਲਦਾ, ਯਾਨੀ ਕਿ 12% ਆਪਾਂ ਨੂੰ ਝਾੜ ਵਿੱਚ ਫਾਇਦਾ ਹੋ ਜਾਂਦਾ ਆਪਾਂ ਜੇ ਝੋਨੇ ਦੀ ਬਜਾਏ ਮੱਕੀ ਵਾਲਾ ਫਸਲੀ ਚੱਕਰ ਲੈ ਕੇ ਚੱਲਦੇ। ਸੋ ਇੱਥੇ ਸਾਨੂੰ ਇਹ ਕੰਪਨਸੇਟ ਕਰ ਦਿੰਦਾ ਹੈਗਾ। ਇਸੇ ਤਰ੍ਹਾਂ ਆਪਾਂ ਬਹੁਤ ਸਾਰੇ ਜਿਹੜੀ ਆਪਸ਼ਨਸ ਨੇ ਆਪਣੇ ਕੋਲ ਸਬਜ਼ੀਆਂ ਦੇ ਨਾਲ ਵੀ, ਜਿਹੜੇ ਫਸਲੀ ਚੱਕਰ ਦੇ ਆਪਸ਼ਨਸ ਨੇ, ਆਪਾਂ ਖੇਤੀ ਵਿਭਿੰਨਤਾ ਵੱਲ ਨੂੰ ਆਪਾਂ ਜੇ ਗੱਲ ਕਰਦੇ ਹਾਂ ਤਾਂ ਆਪਾਂ ਜਿਹੜੇ ਆਪਸ਼ਨਸ ਨੇ ਮੱਕੀ ਦੇ ਨਾਲ, ਆਪਾਂ ਸਰਸੋਂ ਦਾ ਸਾਗ ਹੈਗਾ, ਪਿਆਜ਼ ਹੈਗੇ ਹੈ, ਬੇਬੀ ਕੋਰਨ ਹੈਗਾ, ਗਾਜਰ ਹੈ, ਮੂਲੀ ਹੈ, ਆਲੂ ਹੈ, ਟਮਾਟਰ ਹੈ, ਘੀਆ ਕੱਦੂ ਨੇ, ਇਹ ਸਾਰੇ ਰੋਟੇਸ਼ਨ ਆਪਾਂ ਵਰਤ ਕਰ, ਇਹਨਾਂ ਦੀ ਵਰਤੋਂ ਕਰਕੇ ਆਪਾਂ ਚੰਗਾ ਮੁਨਾਫਾ ਆਪਣੀ ਖੇਤੀ ਤੋਂ ਲੈ ਸਕਦੇ ਹਾਂ। ਇਹ ਬਹੁਤ ਹੀ ਲਾਹੇਮੰਦ ਰੋਟੇਸ਼ਨ ਨੇ, ਜਿਹਨੂੰ ਆਪਾਂ ਜੇ ਸਹੀ ਤਰੀਕੇ ਨਾਲ ਇਹਨਾਂ ਦੀ ਵਰਤੋਂ ਕਰੀਏ ਤਾਂ ਆਪਣਾ ਮੁਨਾਫਾ ਕਣਕ ਝੋਨੇ ਨਾਲੋਂ ਕਿਤੇ ਅੱਗੇ ਚਲਾ ਜਾਂਦਾ ਹੈ, ਅਤੇ ਆਪਾਂ ਆਪਣੀ ਖੇਤੀ ਮੁਨਾਫਾ ਵਧਾ ਸਕਦੇ ਹਾਂ, ਅਤੇ ਆਪਾਂ
ਕ੍ਰੋਪ ਵਿਭਿੰਨਤਾ ਯਾਨੀ ਕਿ ਖੇਤੀ ਵਿਭਿੰਨਤਾ ਫਸਲੀ ਵਿਭਿੰਨਤਾ ਦੇ ਵਿੱਚ ਯੋਗਦਾਨ ਪਾ ਸਕਦੇ ਹਾਂ। ਇਕੱਲਾ ਆਪਾਂ ਮੈਂ ਨਹੀਂ ਕਹਿੰਦਾ ਕਿ ਆਪਾਂ ਪੰਜਾਬ ਦੇ ਵਿੱਚ ਵੀ ਖੇਤੀ ਵਿਭਿੰਨਤਾ ਦੀ ਗੱਲ ਕਰਦੇ ਪਏ ਹਾਂ, ਜੇ ਆਪਾਂ ਨੈਸ਼ਨਲ ਲੈਵਲ ਤੇ ਦੇਖੀਏ ਪੂਰੇ ਭਾਰਤ ਵਰਸ਼ ਵਿੱਚ ਦੇਖੀਏ ਤਾਂ ਬਹੁਤ ਸਾਰੇ ਜਗ੍ਹਾ ਖੇਤੀ ਵਿਭਿੰਨਤਾ ਵੱਲ ਨੂੰ ਗਿਆ ਹੈ, ਲੋਕ ਮੱਕੀ ਵੱਲ ਮੱਕੀ ਦੀ ਕਾਸ਼ਤ ਵੱਲ ਨੂੰ ਆਏ ਹੈ। ਜੇ MP ਦੀ ਗੱਲ ਕਰੀਏ ਸੋਇਆਬੀਨ ਨੂੰ ਛੱਡ ਕੇ ਲੋਕ ਮੱਕੀ ਵੱਲ ਨੂੰ ਆਏ ਹੈ ਕਿਸਾਨ ਵੀ। ਵੈਸਟ ਬੰਗਾਲ ਦੀ ਗੱਲ ਕਰੀਏ ਤਾਂ ਚਾਵਲ ਨੂੰ ਛੱਡ ਕੇ ਮੱਕੀ ਵੱਲ ਨੂੰ ਆਏ ਹੈ। ਉੜੀਸਾ ਦੇ ਵਿੱਚ ਗੱਲ ਕਰੀਏ ਤਾਂ ਅਪਲੈਂਡ ਰਾਈਸ ਤੋਂ ਮੱਕੀ ਨੂੰ ਸ਼ਿਫਟ ਹੋਇਆ ਏਰੀਆ। ਗੁਜਰਾਤ, ਰਾਜਸਥਾਨ, ਬਿਹਾਰ ਦੇ ਵਿੱਚ ਵੀ ਕਣਕ ਨੂੰ ਛੱਡ ਕੇ ਲੋਕ ਮੱਕੀ ਵੱਲ ਨੂੰ ਆਏ ਹੈ। ਜਿਵੇਂ ਆਪਾਂ ਗੱਲ ਕਰੀਏ ਸਾਊਥ ਦੀ ਗੱਲ ਕਰੀਏ ਯਾਨੀ ਕਿ ਆਂਧਰਾ ਪ੍ਰਦੇਸ਼ ਹੈ, ਕਰਨਾਟਕਾ ਹੈ, ਤਮਿਲਨਾਡੂ, ਤੇਲੰਗਾਨਾ ਹੈ, ਇੱਥੇ ਵੀ ਚਾਵਲ ਦਾ ਏਰੀਆ ਘੱਟ ਕੇ ਅਤੇ ਮੱਕੀ ਵੱਲ ਦੀ ਕਾਸ਼ਤ ਵੱਲ ਨੂੰ ਲੋਕ ਆ ਰਹੇ ਹੈਗੇ ਹੈ। ਮਹਾਰਾਸ਼ਟਰ ਦੀ ਗੱਲ ਕਰੀਏ ਕਪਾਹ, ਗੰਨਾ, ਜਵਾਰ ਨੂੰ ਛੱਡ ਕੇ ਲੋਕ ਮੱਕੀ ਨੂੰ ਤਰਜੀਹ ਦੇ ਰਹੇ ਹੈ। ਇਸੇ ਤਰ੍ਹਾਂ ਪੰਜਾਬ, ਹਰਿਆਣਾ ਦੀ ਗੱਲ ਕਰੀਏ ਤਾਂ ਆਪਾਂ ਜਿਹੜੀਆਂ ਅਗੇਤੀ ਦੀਆਂ ਜਿਹੜੀਆਂ ਕਿਸਮਾਂ ਲੱਗਦੀਆਂ ਸੀ, ਗਰਮੀ ਰੁੱਤ ਦੇ ਚਾਵਲ ਲੱਗਦੇ ਸੀ, ਪਨੀਰੀ ਲੱਗਦੀ ਸੀ, ਉਹਨੂੰ ਛੱਡ ਕੇ ਜਿਵੇਂ ਕੁਛ ਗੌਰਮੈਂਟ ਰੈਗੂਲੇਸ਼ਨ ਆਏ ਹੈ, ਕੁਛ ਸਾਡੇ ਕੋਲ ਜਿਹੜੀਆਂ ਕਿਸਮਾਂ ਉਸ ਰੁੱਤ ਵਾਸਤੇ ਆ ਗਈਆਂ, ਤਾਂ ਉੱਥੋਂ ਹੀ ਏਰੀਆ ਜਿਹੜਾ ਬਦਲ ਕੇ ਆਪਾਂ ਮੱਕੀ ਵੱਲ ਨੂੰ ਲੈ ਕੇ ਗਏ ਹਾਂ। ਸੋ ਇੱਕ ਚੰਗਾ ਇੱਕ ਟ੍ਰੈਂਡ ਸ਼ੁਰੂ ਹੋ ਗਿਆ ਹੈ ਕਿ ਸਾਡਾ ਮੱਕੀ ਵੱਲ ਨੂੰ ਰੁਝਾਨ ਵੱਧ ਰਿਹਾ ਹੈ ਅਤੇ ਅਸੀਂ ਉਸ ਪਾਸੇ ਨੂੰ ਜਾ ਰਹੇ ਹਾਂ। ਅਤੇ ਕ੍ਰੋਪ ਡਾਇਵਰਸੀਫਿਕੇਸ਼ਨ ਵਿੱਚ ਮੇਰੇ ਕਿਸਾਨ ਵੀ ਸਾਰੇ ਰਲ ਕੇ, ਗਵਰਨਮੈਂਟ ਦੇ ਨਾਲ ਰਲ ਕੇ, ਸਾਇੰਸਦਾਨਾਂ ਦੇ ਨਾਲ ਰਲ ਕੇ ਅਤੇ ਆਪਣਾ ਯੋਗਦਾਨ ਪਾ ਰਹੇ ਹੈ। ਅਤੇ ਮੈਂ ਸਮਝਦਾ ਕਿ ਆਉਣ ਵਾਲੇ ਸਮੇਂ 'ਚ ਅਸੀਂ ਇਸ ਚੀਜ਼ ਨੂੰ ਹੱਲ ਕਰ ਪਾਵਾਂਗੇ ਕਿ ਜਿਹੜੀਆਂ ਸਮੱਸਿਆਵਾਂ ਆ ਰਹੀਆਂ ਨੇ। ਹਾਂ, ਲੇਕਿਨ ਮੱਕੀ ਦੀ ਕਾਸ਼ਤ ਨਾਲ ਕੁਛ ਮੁੱਦੇ ਜ਼ਰੂਰ ਜੁੜੇ ਹੈ ਜਿਹੜੇ ਮੇਰੇ ਕਿਸਾਨ ਵੀਰ ਬਹੁਤ ਸਮੇਂ ਸਿਰ ਸਾਡੇ ਅੱਗੇ ਵੀ ਰੱਖਦੇ ਰਹੇ ਅਤੇ ਅਸੀਂ ਸਰਕਾਰ ਦੇ ਨਾਲ ਵੀ ਸਾਂਝ ਪਾਉਂਦੇ ਰਹੇ ਉਹਨਾਂ ਮੁੱਦਿਆਂ 'ਤੇ। ਸਰਕਾਰ ਸੀਰੀਅਸ ਵੀ ਹੈਗੀ, ਉਹਨਾਂ 'ਤੇ ਸੋਚ ਵੀ ਰਹੀ ਹੈ ਜੋ ਢੁਕਵਾਂ ਹੱਲ ਹੋਏਗਾ ਆਉਣ ਵਾਲੇ ਸਮੇਂ 'ਚ। ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ, ਮੱਕੀ ਜਿਹੜੀ ਹੈ ਮੈਨੇਜਮੈਂਟ ਸੈਂਸਿਟਿਵ ਕ੍ਰੋਪ ਹੈ। ਝੋਨਾ ਜਿਹੜਾ ਬਹੁਤ ਧੀਠ ਫਸਲ ਹੈਗੀ ਹੈ, ਵੱਧ ਪਾਣੀ ਆ ਗਿਆ, ਘੱਟ ਪਾਣੀ ਆ ਗਿਆ, ਕੋਈ ਫਰਕ ਨਹੀਂ ਪੈਂਦਾ। ਮੱਕੀ ਨੂੰ ਵੱਧ ਲੱਗ ਗਿਆ ਪਾਣੀ ਤਾਂ ਮੱਕੀ ਮਰ ਗਈ, ਘੱਟ ਪਾਣੀ ਆ ਗਿਆ ਤਾਂ ਮਰ ਗਈ। ਸਾਨੂੰ ਬੜਾ ਹੀ ਮੱਕੀ ਦੀ ਫਸਲ ਦੇ ਨਾਲ ਨਾਲ ਖੇਤ ਤੋੜਨਾ ਪੈਂਦਾ ਤਾਂ ਮੱਕੀ ਦੀ ਫਸਲ ਹੁੰਦੀ ਹੈ। ਇਹਦੇ ਬਹੁਤ ਮਿਹਨਤ ਦੀ ਲੋੜ ਹੈ ਅਤੇ ਵਾਚ ਮਤਲਬ ਕਹਿਣ ਦਾ ਕਿ ਨਿਗਰਾਨੀ ਦੀ ਲੋੜ ਪੈਂਦੀ ਹੈਗੀ ਹੈ। ਜਿਹੜਾ ਡੈਮੇਜ ਹੈਗਾ ਯਾਨੀ ਕਿ ਜਿਹੜੇ ਜਾਨਵਰ ਨੁਕਸਾਨ ਕਰਦੇ ਹੈਗੇ ਆ, ਪੰਛੀ ਨੁਕਸਾਨ ਕਰਦੇ ਆ, ਚੂਹੇ ਨੁਕਸਾਨ ਕਰਦੇ ਆ, ਜੰਗਲੀ ਸੂਰ ਨੁਕਸਾਨ ਕਰਦੇ ਆ, ਅਵਾਰਾ ਗਾਵਾਂ ਨੁਕਸਾਨ ਕਰਦੀਆਂ, ਇੱਥੋਂ ਤੱਕ ਕਿ ਬੰਦੇ ਵੀ ਨਹੀਂ ਛੱਡਦੇ ਆ, ਛੱਲੀਆਂ ਤੋੜ ਕੇ ਲੈ ਜਾਂਦੇ ਹੈਗੇ। ਇਹ ਜਿਹੜੇ ਸਾਰੇ ਨੁਕਸਾਨ ਹੈ ਇਹ ਬਹੁਤ ਵੱਡਾ ਮੁੱਦਾ ਹੈਗਾ ਅਤੇ ਇਹਦੇ 'ਤੇ ਗਵਰਨਮੈਂਟ ਰੈਗੂਲੇਸ਼ਨ ਦੀ ਲੋੜ ਹੈਗੀ ਹੈ ਕਿ ਇਹਨਾਂ ਰੀਵਿਜ਼ਿਟ ਕਰਨ ਦੀ ਲੋੜ ਹੈ ਕਿ ਇਹਨਾਂ ਦੇ ਰੈਗੂਲੇਸ਼ਨ ਕਿੱਦਾਂ ਦੇ ਬਣਾਏ ਜਾਣ। ਬਹੁਤ ਸਾਰੇ ਇਲਾਕੇ ਇਹੋ ਜਿਹੇ ਨੇ ਜਿੱਥੇ ਮੰਕੀਜ਼ ਨੇ, ਬੰਦਰ ਨੇ ਬਹੁਤ ਨੁਕਸਾਨ ਕਰਦੇ ਹੈਗੇ। ਕੁਛ ਜਗ੍ਹਾ ਰੈਗੂਲੇਸ਼ਨ ਆਏ ਨੇ, ਕੁਛ ਹੋਰ ਇਹਨਾਂ ਨੂੰ ਸਟਰੈਂਥਨ ਕਰਨ ਦੀ ਲੋੜ ਹੈ ਤਾਂ ਕਿ ਇਹ ਜਿਹੜੇ ਨੁਕਸਾਨ ਜਿਹੜੇ ਘੱਟ ਕੀਤੇ ਜਾ ਸਕਣ ਸਾਡੀ, ਤਾਂ ਕਿ ਪੈਦਾਵਾਰ ਜਿਹੜੀ ਮੱਕੀ ਦੀ ਉਹ ਫਾਰਮਰ ਦੀ ਜਾਂ ਕਿਸਾਨ ਦੀ ਉਹਦੇ 'ਚ ਨੁਕਸਾਨ ਨਾ ਹੋਵੇ। ਅੱਜ ਕੱਲ੍ਹ ਦੋਗਲੀਆਂ ਕਿਸਮਾਂ ਦਾ ਜ਼ਮਾਨਾ, ਜਿਵੇਂ ਹਾਈਬ੍ਰਿਡ ਸੀਡਸ ਮਾਰਕੀਟ 'ਚ ਭਰੇ ਪਏ ਹੈਗੇ, ਮੱਕੀ ਦੀਆਂ ਦੋਗਲੀ ਕਿਸਮਾਂ ਆ ਰਹੀਆਂ ਨੇ। ਇਹਦੇ ਵਾਸਤੇ ਲੋੜ ਹੈਗੀ ਹੈ ਕਿ ਸਸਤੇ ਬੀਜ ਉਪਲਬਧ ਕਰਵਾਏ ਜਾਣ ਅਤੇ ਉਹਨਾਂ ਦੀ ਕੁਆਲਿਟੀ ਜਿਹੜੀ ਬਹੁਤ ਚੰਗੀ, ਇਹ ਤਾਂ ਕਿ ਫਾਰਮਰ ਦੀ ਪਹੁੰਚ 'ਚ ਆ ਜਾਣ। ਅਤੇ ਇਹਦੇ ਕਰਕੇ ਇਹਦੇ ਵਾਸਤੇ ਮੈਂ ਇਹ ਸਾਰੇ ਕਿਸਾਨ ਵੀਰਾਂ ਨੂੰ ਅੱਜ ਦੇ ਪ੍ਰੋਗਰਾਮ ਰਾਹੀਂ ਕਹਿਣਾ ਚਾਹੂੰਗਾ ਕਿ ਮੇਰੇ ਸਾਰੇ ਕਿਸਾਨ ਵੀਰ ਜਿਹੜੇ ਯੂਨੀਵਰਸਿਟੀ ਦੇ ਨਾਲ ਜੁੜੇ ਨੇ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨਾਲ ਆਪਣਾ ਰਾਬਤਾ ਕਾਇਮ ਕਰ ਸਕਦੇ ਹੈ। ਅਤੇ ਜਿਹੜੀਆਂ ਦੋਗਲੀਆਂ ਕਿਸਮਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਤਿਆਰ ਕੀਤੀਆਂ ਗਈਆਂ ਨੇ, ਉਹਨਾਂ ਦੇ ਜਿਹੜੀਆਂ ਨਰ ਅਤੇ ਮਾਦਾ ਲਾਈਨਾਂ ਦਾ ਬੀਜ ਲੈ ਕੇ ਦੋਗਲੀਆਂ ਕਿਸਮਾਂ ਦਾ ਬੀਜ ਵੀ ਆਪਣੇ ਖੇਤਾਂ 'ਤੇ ਤਿਆਰ ਕਰ ਸਕਦੇ ਹਾਂ ਅਤੇ ਆਪਣਾ ਖੇਤੀ ਖਰਚਾ ਘਟਾ ਕੇ ਆਪਣਾ ਯੋਗਦਾਨ ਮੱਕੀ ਦੀ ਕਾਸ਼ਤ ਨੂੰ ਤਾਂ ਉਤਸ਼ਾਹਿਤ ਕਰਨ ਵਾਸਤੇ ਪਾ ਸਕਦੇ ਹੈਗੇ ਹੈ। ਸਭ ਤੋਂ ਵੱਡਾ ਮੁੱਦਾ ਜਿਹੜਾ ਜਿਹੜੀ ਖਰੀਦ ਹੈਗੀ ਆਪਣੀ ਸਾਉਣੀ ਦੀ ਮੱਕੀ, ਉਹਦੇ ਵਿੱਚ ਨਦੀਨਾਂ ਦੀ ਰੋਕਥਾਮ ਦਾ ਆਉਂਦਾ ਹੈਗਾ। ਇਹ ਇੱਕ ਬਹੁਤ ਵੱਡਾ ਵਿਸ਼ਾ ਹੈਗਾ ਅਤੇ ਇਹਦੇ ਵਾਸਤੇ ਸਰਕਾਰੀ ਤੌਰ 'ਤੇ ਕੋਈ ਨਾ ਕੋਈ ਉਪਰਾਲੇ ਕਰਨ ਦੀ ਲੋੜ ਹੈ। ਜਿਹੜੇ ਵੀਡੀ ਸਾਈਟਸ ਨੇ ਉਹ ਸਬਸਿਡੀ 'ਤੇ ਜਾਂ ਉਸ ਤਰ੍ਹਾਂ ਉਪਲਬਧ ਕਰਵਾਏ ਜਾਣ, ਸਮੇਂ ਸਿਰ ਉਪਲਬਧ ਕਰਵਾਏ ਜਾਣ ਕਿਸਾਨਾਂ ਨੂੰ, ਤਾਂ ਕਿ ਇਹਦੇ 'ਤੇ ਨੱਥ ਪਾਈ ਜਾ ਸਕੇ। ਇਸ ਤੋਂ ਬਾਅਦ ਜਿਹੜਾ ਮੁੱਦਾ ਜੁੜ ਜਾਂਦਾ ਉਹ ਹੁੰਦਾ ਕਿ ਪੋਸਟ ਹਾਰਵੈਸਟ ਹੈਂਡਲਿੰਗ, ਯਾਨੀ ਕਿ ਮੱਕੀ ਵੱਢਣ ਤੋਂ ਬਾਅਦ ਉਹਨੂੰ ਸੁਕਾਉਣਾ ਅਤੇ ਸੁਕਾ ਕੇ ਮੰਡੀ 'ਚ ਵੇਚਣਾ। ਇਹਦਾ ਮੋਇਸਚਰ ਹੈਗਾ ਉਹਨੂੰ ਆਪਾਂ ਨੂੰ ਘੱਟ ਲੈ ਕੇ ਆਉਣਾ ਪੈਂਦਾ। ਜਦੋਂ ਆਪਾਂ ਹਾਰਵੈਸਟ ਕਰਦੇ ਹਾਂ ਮੱਕੀ ਨੂੰ, ਉਦੋਂ ਤਕਰੀਬਨ ਜਿਹੜਾ ਇਹਦਾ ਮੋਇਸਚਰ ਹੈ ਯਾਨੀ ਨਮੀ ਦੀ ਮਾਤਰਾ ਦਾਣਿਆਂ 'ਚ ਉਹ ਤਕਰੀਬਨ 20-25% ਦੇ ਵਿੱਚ ਹੁੰਦੀ ਹੈ, ਜਦਕਿ ਮਾਰਕੀਟ ਦੇ ਵਾਸਤੇ ਆਪਾਂ ਨੂੰ 14% 'ਤੇ ਲੈ ਕੇ ਆਉਣੀ ਪੈਂਦੀ ਹੈ, 13-14% 'ਤੇ। ਇਹਦੇ ਵਾਸਤੇ ਕੁਛ ਉਪਰਾਲੇ ਕਰਨ ਦੀ ਲੋੜ ਹੈ, ਮਸ਼ੀਨਰੀ ਚਾਹੀਦੀ ਹੈ ਆਪਾਂ ਨੂੰ, ਜਿਵੇਂ ਡਰਾਇਰ ਚਾਹੀਦੇ ਹੈਗੇ, ਸ਼ੈੱਡ ਚਾਹੀਦੇ ਆ ਜਿੱਥੇ ਕਿਸਾਨ ਮੱਕੀ ਨੂੰ ਸੁਕਾ ਸਕਣ, ਮੱਕੀ ਨੂੰ ਸੁਕਾ ਕੇ ਅਤੇ ਉਹਨੂੰ ਕੱਢ ਸਕਣ, ਉਹ ਤਾਂ ਹੋ ਜੀ ਮਸ਼ੀਨਰੀ ਚਾਹੀਦੀ ਹੈ। ਜਦੋਂ ਕਿਸਾਨ ਮੱਕੀ ਨੂੰ ਲੈ ਕੇ ਮੰਡੀ ਵਿੱਚ ਜਾਂਦਾ ਹੈ ਤਾਂ ਉੱਥੇ ਉਹ ਸਭ ਤੋਂ ਵੱਡੀ ਨਮੋਸ਼ੀ ਹੁੰਦੀ ਹੈ ਕਿ ਉਹਦੀ ਮੱਕੀ ਨੂੰ ਲੈਣ ਵਾਲਾ ਕੋਈ ਨਹੀਂ ਹੁੰਦਾ। ਇਹਦੇ 'ਤੇ ਰੈਗੂਲੇਸ਼ਨ ਦੀ ਲੋੜ ਹੈਗੀ, MSP ਯਾਨੀ ਕਿ ਨਿਊਨਤਮ ਸਮਰਥਨ ਮੁੱਲ ਜ਼ਰੂਰ ਸਰਕਾਰ ਇਹਦੇ 'ਤੇ ਕੋਸ਼ਿਸ਼ ਕਰਦੀ ਹੈ, ਪਰ ਉਹ 'ਤੇ ਪ੍ਰੋਕਿਓਰਮੈਂਟ ਨਹੀਂ ਹੋ ਰਹੀ। ਇਹਦੇ 'ਤੇ ਸਰਕਾਰ ਵੱਲੋਂ ਕੁਛ ਨਾ ਕੁਛ ਪਹਿਲੇ ਤੋਂ ਹੀ ਕੁਛ ਨਾ ਕੁਛ ਇਹਦੇ 'ਤੇ ਉਪਰਾਲੇ ਚੱਲ ਰਹੇ ਹੈ ਅਤੇ ਮੈਂ ਸਮਝਦਾ ਕਿ ਆਉਣ ਵਾਲੇ ਸਮੇਂ 'ਚ ਕੁਛ ਨਾ ਕੁਛ ਇਹਦਾ ਕੋਈ ਢੁਕਵਾਂ ਹੱਲ ਸਾਡੇ ਕੋਲ ਆਏਗਾ। ਇੱਕ ਹੋਰ ਵੱਡਾ ਜਿਹੜਾ ਮੁੱਦਾ ਇਸ ਵਿੱਚ
ਪ੍ਰੋਕਿਓਰਮੈਂਟ ਹੋ ਕੇ ਆ ਰਹੀ ਹੈ, ਖਰੀਦ ਹੋ ਗਿਆ। ਪੰਜਾਬ ਦੇ ਵਿੱਚ ਬਾਹਰ ਦੀ ਮੱਕੀ ਆ ਰਹੀ ਹੈ, ਉਹਦੇ 'ਤੇ ਵੀ ਕੋਈ ਨਾ ਕੋਈ ਰੈਗੂਲੇਸ਼ਨ ਲੈ ਕੇ ਆਉਣ ਦੀ ਲੋੜ ਹੈ, ਤਾਂ ਕਿ ਜਿਹੜੀ ਸਾਡੀ ਲੋਕਲ ਪ੍ਰੋਡਿਊਸਰ ਹੈ, ਜਿਹੜਾ ਕਿਸਾਨ ਹੈ ਇੱਥੇ ਮੱਕੀ ਪੈਦਾ ਕਰ ਰਿਹਾ, ਉਹਦੀ ਮੱਕੀ ਪੰਜਾਬ ਦੇ ਵਿੱਚ ਵਿਕੇ ਅਤੇ ਉਹਨੂੰ ਉਹਦਾ ਪੂਰਾ ਮੁੱਲ ਮਿਲੇ, ਤਾਂ ਕਿ ਉਹ ਇਹਦੀ ਕਾਸ਼ਤ ਵਾਸਤੇ ਉਤਸ਼ਾਹਿਤ ਹੋਏ ਅਤੇ ਆਪਣਾ ਯੋਗਦਾਨ ਪਾਏ। ਐਂਟੀਸਪੇਟਡ ਜਿਹੜੀ ਇੰਟਰਵੈਂਸ਼ਨ ਇਹਦੇ ਵਿੱਚ ਕੀ ਹੋ ਸਕਦੀਆਂ, ਕੀ ਇਹਦੇ ਵਾਸਤੇ ਉਪਰਾਲੇ ਕੀਤੇ ਜਾ ਸਕਦੇ ਆ, ਜਿਹੜੇ ਚੈਲੰਜ ਆਏ ਹੈਗੇ, ਮੈਂ ਹੁਣੇ ਗੱਲ ਕੀਤੀ ਹੈ, ਇਹਨਾਂ ਚੈਲੰਜ ਨੂੰ ਆਪਾਂ ਕਿਵੇਂ ਇਹਨਾਂ 'ਤੇ ਪਾਰ ਪਾ ਸਕਦੇ ਹੈਗੇ ਆ, ਇਹਦੇ ਵਾਸਤੇ ਸਰਕਾਰੀ ਤੌਰ 'ਤੇ ਜਾਂ ਯੂਨੀਵਰਸਿਟੀ ਤੌਰ 'ਤੇ ਕੀ ਉਪਰਾਲੇ ਆਪਾਂ ਸਮਝਦੇ ਹਾਂ ਕਿ ਹੋ ਸਕਦੇ ਆ। ਸਭ ਤੋਂ ਵੱਡਾ ਉਪਰਾਲਾ ਜਿਹੜਾ ਕਰਨ ਦੀ ਲੋੜ ਹੈਗੀ ਹੈ ਕਿ ਸਾਨੂੰ ਜਿਹੜੇ ਬਰੀਡਿੰਗ ਐਫਰਟਸ, ਯਾਨੀ ਕਿ ਜੇ ਨਵੀਆਂ ਕਿਸਮਾਂ ਤਿਆਰ ਕਰਨੀਆਂ ਨੇ, ਉਹ ਜਿਹੜੀਆਂ ਵੱਧ ਝਾੜ ਦੇਣ ਵਾਲੀਆਂ ਕਿਸਮਾਂ ਹੋਣ, ਜਿਹੜੇ ਸਾਡੇ ਸਟ੍ਰੈਸ ਪੈਂਦੇ ਹੈ, ਯਾਨੀ ਕਿ ਪਾਣੀ ਦੀ ਮਾਰ ਪੈ ਗਈ, ਗਰਮੀ ਦੀ ਮਾਰ ਪੈ ਗਈ, ਜਾਨਵਰਾਂ ਦੀ ਮਾਰ ਪੈ ਗਈ, ਕੀੜਿਆਂ ਦੀ ਮਾਰ ਪੈ ਗਈ, ਉਹਨਾਂ ਤੋਂ ਸਾਨੂੰ ਬਚਾਉਣ ਦੀ ਲੋੜ ਹੈ। ਇਹੋ ਜਿਹੀਆਂ ਕਿਸਮਾਂ ਸਾਡੇ ਕਿਸਾਨ ਵੀਰਾਂ ਕੋਲ ਪਹੁੰਚਣ ਜਿਹਨਾਂ 'ਤੇ ਇਹਨਾਂ ਦੀ ਮਾਰ ਘੱਟ ਪਵੇ ਅਤੇ ਝਾੜ ਸਾਨੂੰ ਵੱਧ ਤੋਂ ਵੱਧ ਮਿਲੇ, ਤਾਂ ਕਿ ਆਪਾਂ ਝੋਨੇ ਦੇ ਨਾਲ ਉਹਦਾ ਕੰਪੀਟੀਸ਼ਨ ਕਰ ਸਕੀਏ। ਇਹਦੇ ਵਾਸਤੇ ਜ਼ਰੂਰੀ ਹੈਗਾ ਕਿ ਸਰਕਾਰੀ ਤੌਰ 'ਤੇ ਜਿਹੜੀਆਂ ਸਰਕਾਰੀ ਏਜੰਸੀਜ਼ ਨੇ ਜਾਂ ਪੰਜਾਬ ਸਰਕਾਰ ਜਾਂ ਨੈਸ਼ਨਲ ਗਵਰਨਮੈਂਟਸ ਨੇ, ਉਹਨਾਂ ਨੂੰ ਲਿਬਰਲ ਰਿਸਰਚ ਫੰਡਿੰਗ ਕਰਨੀ ਪਏਗੀ, ਰਿਸਰਚ ਦੇ ਵਿੱਚ ਜਿਹੜੀ ਹੈਗੀ ਆ ਇਨਵੈਸਟਮੈਂਟ ਜ਼ਿਆਦਾ ਕਰਨੀ ਪਏਗੀ, ਤਾਂ ਕਿ ਸਾਡੇ ਕੋਲ ਢੁੱਕਵੇਂ ਬਦਲ ਜਿਹੜੀਆਂ ਕਿਸਮਾਂ ਦੇ ਛੇਤੀ ਤੋਂ ਛੇਤੀ ਆਉਣ, ਅਤੇ ਆਪਾਂ ਇਸ ਪਾਸੇ ਨੂੰ ਕਰੋਪ ਡਾਇਵਰਸੀਫਿਕੇਸ਼ਨ ਫਸਲੀ ਵਿਭਿੰਨਤਾ ਨੂੰ ਆਪਣਾ ਰੋਲ ਯੋਗਦਾਨ ਕਿਸਾਨ ਵੀਰ ਪਾ ਸਕੇ। ਬੀਜਾਂ ਦੀ ਗੱਲ ਹੈ, ਦਵਾਈਆਂ ਦੀ ਗੱਲ ਹੈ, ਜਾਂ ਜਿਹੜੇ ਹੈਗੇ ਨਦੀ ਨਾਸ਼ਕਾਂ ਦੀ ਗੱਲ ਹੈ, ਇਹ ਕਿਸਾਨਾਂ ਤੱਕ ਸਮੇਂ ਸਿਰ ਪਹੁੰਚਣੇ ਚਾਹੀਦੇ ਅਤੇ ਸਬਸਿਡਾਈਜ਼ ਰੇਟ 'ਤੇ ਪਹੁੰਚਣੇ ਚਾਹੀਦੇ, ਤਾਂ ਕਿ ਆਪਾਂ, ਕਿਉਂਕਿ ਮੁਕਾਬਲਾ ਸਾਡਾ ਜਿਹੜਾ ਹੈਗਾ ਝੋਨੇ ਦੇ ਨਾਲ ਹੈ, ਆਪਾਂ ਕੋਸਟ ਆਫ ਕਲਟੀਵੇਸ਼ਨ ਘਟਾਉਣੀ ਹੈ, ਤਾਂ ਸਾਨੂੰ ਥੋੜ੍ਹੀ ਬਹੁਤ ਸਬਸਿਡੀ ਜਿਹੜੀ ਹੈਗੀ ਸਰਕਾਰ ਵੱਲੋਂ ਉਮੀਦ ਰੱਖਦੇ ਹਾਂ ਕਿ ਉਹ ਇਹਨਾਂ ਚੀਜ਼ਾਂ 'ਤੇ ਦੇਵੇ, ਤਾਂ ਕਿ ਕਿਸਾਨ ਮੱਕੀ ਦੀ ਖੇਤੀ ਕਰਨ ਨੂੰ ਉਤਸ਼ਾਹਿਤ ਹੋ ਅਤੇ ਕਰੋਪ ਡਾਇਵਰਸੀਫਿਕੇਸ਼ਨ ਵੱਲ ਨੂੰ ਆਪਣਾ ਮਨ ਬਣਾਵੇ। ਜਿਹੜਾ ਸਭ ਤੋਂ ਵੱਡਾ ਇਸ਼ੂ ਜਿਹੜਾ ਹੈਗਾ ਜਾਂ ਮੁੱਦਾ ਹੈਗਾ ਜਿਹੜੀ ਸਾਉਣੀ ਮੱਕੀ ਦੀ ਫਸਲ ਦੇ ਵਿੱਚ, ਉਹ ਹੈਗਾ ਕਿ ਸਾਡੇ ਖੇਤਾਂ ਦੇ ਵਿੱਚ ਬੂਟਿਆਂ ਦੀ ਗਿਣਤੀ ਪੂਰੀ ਨਾ ਹੋ, ਉਹਦੇ ਕਰਕੇ ਝਾੜ ਘੱਟਦਾ। ਜਦੋਂ ਝਾੜ ਘੱਟਦਾ ਤਾਂ ਆਪਣੀ ਜਿਹੜੀ ਕਿਸਾਨ ਦਾ ਮਨੋਬਲ ਟੁੱਟਦਾ ਕਿ ਬਈ ਮੇਰਾ ਝਾੜ ਉਹਨਾਂ ਨਹੀਂ ਆਇਆ ਜਿੰਨਾ ਝੋਨੇ ਤੋਂ ਆਉਣਾ ਸੀਗਾ। ਇਹਦੇ ਵਾਸਤੇ ਢੁੱਕਵੀਂ ਟੈਕਨੋਲੋਜੀ ਉਪਲਬਧ ਹੈਗੀ ਹੈ, ਮਸ਼ੀਨਾਂ ਉਪਲਬਧ ਨੇ, ਯਾਨੀ ਕਿ ਮੇਜ਼ ਪਲਾਂਟਰ ਮਾਰਕੀਟ 'ਚ ਉਪਲਬਧ ਨੇ, ਨੋਮੈਟਿਕ ਪਲਾਂਟਰ ਉਪਲਬਧ ਨੇ। ਸਰਕਾਰ ਇਹਦੇ 'ਤੇ ਸਬਸਿਡਾਈਜ਼ ਮਸ਼ੀਨਰੀ ਜੇ ਫਾਰਮਰਸ ਨੂੰ, ਕਿਸਾਨਾਂ ਨੂੰ ਉਪਲਬਧ ਕਰਾਏ, ਪਾਲਿਸੀ ਇਹੋ ਜਿਹੀ ਹੋਏ ਕਿ ਕਿਸਾਨ ਨੂੰ ਘੱਟ ਤੋਂ ਘੱਟ ਮੁੱਲ ਦੇ ਕੇ ਇਹ ਮਸ਼ੀਨਾਂ ਉਪਲਬਧ ਹੋ ਜਾਣ, ਜਾਂ ਸੁਸਾਇਟੀ ਤੋਂ ਅਵੇਲੇਬਲ ਹੋ ਜਾਣ, ਤਾਂ ਕਿ ਉਹ ਆਪਣਾ ਟਾਈਮ ਸਿਰ ਬਿਜਾਈ ਕਰ ਸਕੇ, ਬੂਟਿਆਂ ਦੀ ਗਿਣਤੀ ਪੂਰੀ ਕਰ ਸਕੇ ਅਤੇ ਝਾੜ ਪੂਰਾ ਲੈ ਸਕੇ, ਤਾਂ ਕਿ ਉਹਦਾ ਇਹਦੇ ਮੱਕੀ ਦੀ ਕਾਸ਼ਤ ਪ੍ਰਤੀ ਆਪਣਾ ਮਨ ਟਿਕੇ ਅਤੇ ਇਹਨੂੰ ਕਿੱਤੇ ਵਜੋਂ ਅੱਗੇ ਹੋਰ ਲੈ ਕੇ ਜਾਵੇ ਅਤੇ ਆਪਣੀ ਫਸਲੀ ਵਿਭਿੰਨਤਾ ਵਿੱਚ ਆਪਣਾ ਯੋਗਦਾਨ ਪਾਵੇ। ਇਸੇ ਤਰ੍ਹਾਂ ਹੀ ਜਦੋਂ ਮੈਂ ਗੱਲ ਕੀਤੀ ਸੀ ਪੋਸਟ ਹਾਰਵੈਸਟ ਜਿਹੜੀ ਪ੍ਰੋਬਲਮਸ ਨੇ, ਯਾਨੀ ਕਿ ਸ਼ੈਲਿੰਗ ਦੀ ਪ੍ਰੋਬਲਮ ਹੈਗੀ ਹੈ, ਸੁਕਾਉਣ ਦੀ ਪ੍ਰੋਬਲਮ ਹੈਗੀ ਹੈ, ਡਰਾਇਰ ਦੀ ਪ੍ਰੋਬਲਮਸ ਹੈਗੀ ਹੈ, ਇਹ ਸਾਰੀਆਂ ਪ੍ਰੋਬਲਮਸ ਨੇ। ਜਿਹੜੀ ਮਸ਼ੀਨਰੀ ਹੈਗੀ ਬੜੀ ਹੈਵੀ ਮਸ਼ੀਨਰੀ ਹੈ, ਕੰਪਨੀ 'ਤੇ ਬਹੁਤ ਲੱਗਦੀ ਹੈ, ਅਤੇ ਮੈਂ ਸਮਝਦਾ ਕਿ ਗਵਰਨਮੈਂਟ ਪਾਲਿਸੀ ਦੇ ਅੰਡਰ ਇਹ ਸਾਰੀ ਮਸ਼ੀਨਰੀ ਸਬਸਿਡੀਜ਼ ਅਤੇ ਸਾਰੀਆਂ ਅਵੇਲੇਬਲ ਕਿਸਾਨਾਂ ਨੂੰ ਹੋਣੀਆਂ ਚਾਹੀਦੀਆਂ। ਜਿਹੜੇ ਡਾਇਰਸ ਹੈਗੇ ਆ ਸੁਕਾਉਣ ਵਾਸਤੇ, ਮੱਕੀ ਦੀ ਸੁਕਾਉਣ ਵਾਸਤੇ ਬਹੁਤ ਵੱਡੇ ਵੱਡੇ ਡਾਇਰ ਪਹਿਲੇ ਲਗਾਏ ਗਏ ਸੀ ਪੰਜਾਬ ਸਰਕਾਰ ਵੱਲੋਂ, ਜਿਹੜੇ ਬਹੁਤ ਕਾਮਯਾਬ ਨਹੀਂ ਹੋ ਸਕੇ। ਫਿਰ ਛੋਟੇ ਡਾਇਰ ਦਾ ਪ੍ਰੋਵੀਜ਼ਨ ਕੀਤਾ ਗਿਆ, ਤਿੰਨ ਲੋਤੂ ਛੋਟੇ ਡਾਇਰ ਜਿਹੜੇ ਹੋਏ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਵੀ ਡਿਜ਼ਾਇਨ ਕੀਤੇ ਗਏ, ਜਿਹੜੇ 3-4-5 ਕੁਇੰਟਲ ਕਪੈਸਿਟੀ ਦੇ ਸੀਗੇ। ਇਹਨਾਂ ਦੀ ਵਰਤੋਂ ਕਰਕੇ ਆਪਾਂ ਜਿਹੜੇ ਕਿਸਾਨ ਵੀਰ ਦੇ ਆਪਣੀ ਮੱਕੀ ਨੂੰ ਠੀਕ ਤਰ੍ਹਾਂ ਸੁਕਾ ਕੇ ਮੰਡੀ ਵਿੱਚ ਲੈ ਕੇ ਜਾਣ, ਤਾਂ ਕਿ ਉਹਨਾਂ ਦਾ ਪੂਰਾ ਮੁੱਲ ਮਿਲੇ ਅਤੇ ਆਪਾਂ ਜਿਹੜੀ ਇਕਨੋਮਿਕਸ ਹੈ ਉਹ ਆਪਾਂ ਝੋਨੇ ਤੱਕ ਲੈ ਕੇ ਜਾ ਸਕੀਏ। ਅਗਲਾ ਜਿਹੜਾ ਹੈਗਾ ਇੰਟਰਵੈਂਸ਼ਨ ਹੈਗੀ ਸਰਕਾਰੀ ਤੌਰ 'ਤੇ ਹੋ ਸਕਦੀ ਹੈ, ਉਹ ਬਹੁਤ ਸਮੇਂ ਤੋਂ ਜਿਹੜਾ ਚਰਚਾ ਦੇ ਵਿੱਚ ਆ ਰਿਹਾ ਕਿ ਕਰੋਪ ਇੰਸ਼ੋਰੈਂਸ, ਯਾਨੀ ਫਸਲ ਦਾ ਬੀਮਾ। ਬਹੁਤ ਸਾਰੀਆਂ ਅਨਾਮਤਾਂ ਜਾਂ ਕੁਦਰਤੀ ਮਾਰ ਮੱਕੀ ਨੂੰ ਪੈਂਦੀ ਹੈ ਤਾਂ ਬਹੁਤ ਨੁਕਸਾਨ ਹੁੰਦਾ, ਜੇ ਕਿਸਾਨ ਦਾ ਜੇ ਮਨ ਟਿਕੇਗਾ ਉਸ ਤਾਂ ਹੀ ਟਿਕੇਗਾ, ਜੇ ਉਦੋਂ ਇਹ ਅਸ਼ੋਰ ਹੋਏਗਾ ਕਿ ਮੈਨੂੰ ਇਹ ਕਾਸ਼ਤ ਕਰਕੇ ਕੁਛ ਨਾ ਕੁਛ ਮਿਲੇਗਾ। ਉਹਦੇ ਵਾਸਤੇ ਜਿਹੜੀ ਗਵਰਨਮੈਂਟ ਦੀ ਜਿਹੜੀ ਪਾਲਿਸੀ ਚੱਲ ਰਹੀ ਹੈ, ਫਸਲ ਬੀਮਾ ਯੋਜਨਾਵਾਂ ਚੱਲ ਰਹੀਆਂ, ਉਹਨਾਂ ਨੂੰ ਬੜੇ ਇੱਕ ਜੰਗੀ ਪੱਧਰ 'ਤੇ ਲਾਗੂ ਕਰਨ ਦੀ ਲੋੜ ਹੈ, ਤਾਂ ਕਿ ਕਿਸਾਨ ਵੀਰ ਉਸਦਾ ਫਾਇਦਾ ਲੈ ਸਕਣ ਅਤੇ ਆਉਣ ਵਾਲੇ ਸਮੇਂ 'ਚ ਆਪਣਾ ਜਿਹੜਾ ਖੇਤੀ ਮੁਨਾਫਾ ਬਰਕਰਾਰ ਰੱਖ ਸਕਣ ਅਤੇ ਝੋਨੇ ਦੇ ਨਾਲ ਉਹਦਾ ਫੇਸ ਟੂ ਫੇਸ ਹੋ ਕੇ ਦੇਖ ਸਕਣਗੇ ਸਾਨੂੰ ਕਿੰਨਾ ਫਾਇਦਾ ਮੱਕੀ ਹੋ ਰਿਹਾ ਅਤੇ ਝੋਨੇ ਤੋਂ ਕਿੰਨਾ ਹੋ ਰਿਹਾ ਅਤੇ ਸਾਨੂੰ ਕੀ ਫਾਇਦੇ ਹੋ ਰਹੇ ਆ। ਮਾਰਕੀਟ ਵਿੱਚ ਜਦੋਂ ਕਿਸਾਨ ਜਾਂਦਾ ਤਾਂ ਉਹਨੂੰ ਸਭ ਤੋਂ ਵੱਡੀ ਨਮੋਸ਼ੀ ਹੈ ਕਿ ਉਹਦੀ ਮੱਕੀ ਵਿਕਦੀ ਨਹੀਂ। ਪਿਛਲੇ ਸੀਜ਼ਨ ਵੀ ਬਹੁਤ ਸਾਰੀਆਂ ਵੀਡੀਓ ਦੇਖਣ ਨੂੰ ਆਈਆਂ ਕਿ ਬਹੁਤ ਘੱਟ ਮੁੱਲ 'ਤੇ ਮੱਕੀ ਦਾ ਮੁੱਲ ਲੱਗ ਰਿਹਾ ਸੀ ਮੰਡੀ ਦੇ ਵਿੱਚ। ਸੋ ਕਿਸਾਨ ਹਮੇਸ਼ਾ ਇਹ ਦੇਖਦਾ ਹੈਗਾ ਕਿ ਜਿਹੜੀ ਮੈਂ ਫਸਲ ਬੀਜਾਂ ਮੰਡੀ ਵਿੱਚ ਲੈ ਕੇ ਜਾਵਾਂ ਤਾਂ ਉਹਦਾ ਮੈਨੂੰ ਜਿਹੜਾ ਵਾਜਿਬ ਮੁੱਲ ਮਿਲੇ, ਤਾਂ ਕਿ ਉਹਦਾ ਪਰਿਵਾਰ ਸੁਖੀ ਹੋ ਸਕੇ, ਘਰ ਦੇ ਖਰਚੇ ਚੱਲ ਸਕਣ। ਤਾਂ ਸਰਕਾਰ ਵੱਲੋਂ ਇਹ ਇੱਕ ਬੜੀ ਉਮੀਦ ਰੱਖੀ ਜਾਂਦੀ ਹੈ ਕਿਸਾਨ ਵੀਰਾਂ ਵੱਲੋਂ, ਪੋਲਿਸੀ ਮੇਕਰਸ ਵੱਲੋਂ, ਕਿ ਉਹਦਾ ਜਿਹੜਾ ਪ੍ਰੋਕਿਓਰਮੈਂਟ ਜਿਹੜਾ ਪ੍ਰਾਈਸ ਹੈਗੀ ਹੈ, ਮਿਨੀਮਮ ਸਪੋਰਟ ਪ੍ਰਾਈਸ ਹੈ, ਉਹ
ਕੋਸਟ ਬੇਸਡ ਹੋਵੇ ਤੇ ਉਹਦੀ ਪ੍ਰੋਕਿਓਰਮੈਂਟ ਹੋਵੇ ਗਵਰਨਮੈਂਟ ਵੱਲੋਂ ਤਾਂ ਕਿ ਜਿਹੜਾ ਜਾਂ ਨਿਊਨਤਮ ਸਮਰਥਨ ਮੁੱਲ ਜਿਹੜਾ ਹੈ ਉਹਦੇ ਤੇ ਮੱਕੀ ਦੀ ਖਰੀਦ ਕੀਤੀ ਜਾਵੇ। ਹੁਣ ਜਿਵੇਂ ਨਵੇਂ ਨਵੇਂ ਰੂਲ ਆ ਰਹੇ ਆ, ਸਭ ਕੁਛ ਆ ਰਹੇ ਆ, ਬਿੱਲ ਆ ਰਹੇ ਹੈਗੇ ਸਾਰਿਆਂ ਦੇ ਵਿੱਚ, ਇੱਕੋ ਹੀ ਚੀਜ਼ ਉਹਦੇ ਵਿੱਚ ਐਂਡੋਰਸ ਕਰਨ ਦੀ ਲੋੜ ਹੈਗੀ ਹੈ ਕਿ ਜਿਹੜੀ ਕੋਈ ਵੀ ਏਜੰਸੀ ਉਹਨੂੰ ਪ੍ਰੋਕਿਓਰ ਕਰਦੀ ਹੈ ਮੱਕੀ ਨੂੰ, ਉਹਦੇ ਨਿਊਨਤਮ ਜਿਹੜਾ ਸਮਰਥਨ ਮੁੱਲ ਹੈ ਉਹ ਤੋਂ ਘੱਟ ਪ੍ਰੋਕਿਓਰ ਨਾ ਕਰ ਸਕੇ। ਇਹੋ ਜਿਹਾ ਕੁਝ ਪ੍ਰੋਵੀਜ਼ਨ ਕਰ ਦਿੱਤਾ ਜਾਵੇ ਤਾਂ ਕ੍ਰੋਪ ਡਾਇਵਰਸਿਫਿਕੇਸ਼ਨ ਹੈ ਉਹਨੂੰ ਬਹੁਤ ਬੜਾ ਹੀ ਬੀਜ ਉਤਪਾਦਨ ਦੀ ਟ੍ਰੇਨਿੰਗ ਦੀ ਲੋੜ ਹੈ, ਕਾਸਟ ਜਿਹੜੇ ਇੰਪਰੂਵ ਟੈਕਨੋਲੋਜੀ ਪ੍ਰਮੋਟ ਕਰਨ ਦੀ ਲੋੜ ਹੈਗੀ, ਯਾਨੀ ਕਿ ਟ੍ਰੇਨਿੰਗ ਅਵੇਅਰਨੈਸ ਪ੍ਰੋਗਰਾਮ ਲਾਰਜ ਸਕੇਲ ਤੇ ਹੋਣੇ ਚਾਹੀਦੇ ਹੈ। ਬਾਹਰੀ ਸਟੇਟਾਂ ਤੋਂ ਜਿਹੜੀ ਮੱਕੀ ਪੰਜਾਬ ਵਿੱਚ ਨਾ ਆ ਸਕੇ ਜਾਂ ਉਹਦਾ ਰੈਗੂਲੇਸ਼ਨ ਕੋਈ ਹੋ ਸਕੇ, ਜਾਂ ਜਿਹੜਾ ਸਭ ਤੋਂ ਇੱਕ ਅਖੀਰ ਜਿਹੜਾ ਇੱਕ ਹੋਰ ਅੱਜ ਕੱਲ੍ਹ ਬਹੁਤ ਮੁੱਦਾ ਬਣਿਆ ਹੋਇਆ, ਡਿਬੇਟ ਦਾ ਮੁੱਦਾ ਬਣਿਆ ਹੋਇਆ ਕਿ ਜਿਹੜੇ ਵੀਰੇ ਕਿਸਾਨ ਵੀਰ ਮੱਕੀ ਲਾਉਣਾ ਚਾਹੁੰਦੇ ਹੈ ਤੇ ਝੋਨੇ ਝੋਨੇ ਦੇ ਬਰਾਬਰ ਉਹਦਾ ਉਹਨੂੰ ਜੇ ਮੁੱਲ ਨਹੀਂ ਮਿਲਦਾ, ਜਿਹੜਾ ਉਹਦਾ ਫਰਕ ਪੈਂਦਾ ਝੋਨੇ ਨਾਲੋਂ, ਉਹ ਸਰਕਾਰ ਉਹਨੂੰ ਕੰਪਨਸੇਟ ਕਰੇ ਤੇ ਉਹਦੇ ਖਾਤੇ ਦੇ ਵਿੱਚ ਉਹਨੇ ਪੈਸੇ ਪਾ ਦੇਵੇ, ਤਾਂ ਕਿ ਕਿਸਾਨ ਨੂੰ ਇਹ ਨਾ ਲੱਗੇ ਕਿ ਮੈਂ ਮੱਕੀ ਲਗਾ ਕੇ ਗਲਤੀ ਕਰ ਲਈ, ਝੋਨਾ ਲਗਾਉਂਦਾ ਚੰਗਾ ਹੁੰਦਾ। ਸੋ ਇਹ ਸਾਰੇ ਮੁੱਦੇ ਨੇ ਜਿਹਨਾਂ ਤੇ ਗਵਰਨਮੈਂਟ ਦੀ ਮੈਂ ਅਟੈਂਸ਼ਨ ਚਾਹੁੰਦਾ, ਮੈਂ ਵੀ ਇਸ ਚੀਜ਼ਾਂ ਨੂੰ ਅਡੋਰਸ ਕਰਦਾ ਤੇ ਮੈਂ ਚਾਹੁੰਦਾ ਕਿਸਾਨ ਵੀਰਾਂ ਦੇ ਵਿਆਪ ਤੇ ਕਿ ਇਹ ਸਾਰੀਆਂ ਇੰਟਰਵੈਂਸ਼ਨ ਜੇ ਸਾਨੂੰ ਕਿਸੇ ਨਾ ਕਿਸੇ ਲੈਵਲ ਤੇ ਐਡਰੈਸ ਕੀਤੀਆਂ ਜਾਣ ਤਾਂ ਸਾਡਾ ਜਿਹੜਾ ਸੁਪਨਾ ਹੈਗਾ, ਸਾਡਾ ਜਿਹੜਾ ਇੱਕ ਥੀਮ ਹੈ ਜਿਹਨੂੰ ਅੱਜ ਲੈ ਕੇ ਚੱਲੇ ਹਾਂ ਕਿ ਪੰਜਾਬ ਦੇ ਵਿੱਚ ਖੇਤੀ ਵਿਭਿੰਨਤਾ ਆਉਣੀ ਚਾਹੀਦੀ ਹੈ, ਉਹ ਮੈਂ ਨਹੀਂ ਸਮਝਦਾ ਕਿ ਕੋਈ ਕਾਰਨ ਨਹੀਂ ਕਿ ਉਹ ਅਸੀਂ ਉਸ ਟੀਚੇ ਨੂੰ ਉਸ ਆਪਣੇ ਥੀਮ ਨੂੰ ਉਸ ਨੂੰ ਗੋਲ ਨੂੰ ਅਚੀਵ ਨਾ ਕਰ ਸਕੀਏ। ਸੋ ਇਹਨਾਂ ਸ਼ਬਦਾਂ ਦੇ ਨਾਲ ਮੈਂ ਸਾਰੇ ਕਿਸਾਨ ਵੀਰਾਂ ਦਾ, ਸਾਰੇ ਜਿਹੜੇ ਇਸ ਪ੍ਰੋਗਰਾਮ ਨਾਲ ਲੋਕ ਜੁੜੇ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਜੇ ਕਿਸੇ ਨੂੰ ਤੁਹਾਡਾ ਸਵਾਲ ਹੋਏਗਾ ਤਾਂ ਮੈਂ ਜ਼ਰੂਰ ਉਸ ਚੀਜ਼ ਤੇ ਇੰਟਰੈਕਟ ਕਰਨ ਦੀ ਕੋਸ਼ਿਸ਼ ਕਰੂੰਗਾ। ਬਹੁਤ ਬਹੁਤ ਧੰਨਵਾਦ, ਥੈਂਕ ਯੂ ਵੈਰੀ ਮਚ। ਬਹੁਤ ਧੰਨਵਾਦ ਚਾਵਲਾ ਜੀ, ਤੁਸੀਂ ਬਹੁਤ ਹੀ ਵਧੀਆ ਕੁਛ ਤੁਸੀਂ ਦੱਸ ਦਿੱਤਾ। ਥੋੜਾ ਜਿਹਾ ਟਾਈਮ ਦਾ ਹੁੰਦਾ ਕਿਉਂਕਿ ਬੁਲਾਏ ਦੂਸਰੇ ਵੀ ਨੇ, ਮੈਂ ਹੁਣ ਬੇਨਤੀ ਕਰਾਂਗਾ ਚਾਵਲਾ ਜੀ ਨੂੰ, ਕਿਉਂਕਿ ਜਿਹੜੇ ਸਾਡੇ ਡਾਕਟਰ ਜਿੰਦਲ ਜੀ ਨੂੰ, ਜਿਹੜੇ ਕਿ ਡਾਕਟਰ ਜਵਾਲਾ ਜਿੰਦਲ ਜੀ ਸਾਡੇ ਸੀਨੀਅਰ ਐਂਟੋਮੋਲੋਜਿਸਟ ਨੇ ਪੀਏਯੂ ਦੇ, ਬਹੁਤ ਹੀ ਵਧੀਆ ਕੰਮ ਕਰ ਰਹੇ ਨੇ ਕੀੜੇ ਮਾਰਨ ਵਾਸਤੇ, ਕਿਵੇਂ ਕੀੜਿਆਂ ਤੋਂ ਬਚਾਉਣਾ। ਦੇਖਿਆ ਜਾਵੇ ਆਰਮੀ ਵਾਰਮ ਬਹੁਤ ਜ਼ਿਆਦਾ ਸੀਰੀਅਸ ਹੋ ਜਾਂਦਾ ਕਿਉਂਕਿ ਮੱਕੀ ਤੇ, ਤੇ ਮੈਂ ਡਾਕਟਰ ਜਿੰਦਲ ਨੂੰ ਬੇਨਤੀ ਕਰਾਂਗਾ ਕਿ ਉਹ ਆਪਣਾ ਕੀੜਿਆਂ ਬਾਰੇ 10 ਮਿੰਟ ਵਿੱਚ ਆਪਣਾ, ਕਿਉਂਕਿ 10 ਮਿੰਟ ਹਰ ਇੱਕ ਪਾਰਟੀ ਨੂੰ ਮਿਲੇਗਾ, ਤੇ 10 ਮਿੰਟਾਂ ਚ ਆਪਣਾ ਦੱਸਣ ਵੀ ਕੀੜਿਆਂ ਮਕੌੜਿਆਂ ਦਾ ਮੈਕਸੀਮਮ ਜਿਵੇਂ ਅਨੁਭਵ ਹੋਇਆ ਉਹਦੇ ਬਾਰੇ ਜਾਣਕਾਰੀ ਦੱਸਣ। ਤੇ ਡਾਕਟਰ ਜਿੰਦਲ ਪਲੀਜ਼। ਹੈਲੋ, ਹਾਂਜੀ ਡਾਕਟਰ ਸਾਹਿਬ, ਸੁਣਾਈ ਦੇ ਰਿਹਾ ਸਰ। ਹਾਂਜੀ, ਧੰਨਵਾਦ ਜੀ ਮਲੀ ਸਾਹਿਬ। ਸਕਰੀਨ ਵਿਜ਼ੀਬਲ ਹੈ ਸਰ? ਪ੍ਰੈਜੈਂਟੇਸ਼ਨ ਚਾਵਲਾ ਸਾਹਿਬ ਤੁਸੀਂ ਰਨ ਕਰੋਗੇ ਜਾਂ ਆਪਣਾ ਜਿੰਦਲ ਸਾਹਿਬ ਆਪ ਕਰਨਗੇ? ਨਹੀਂ, ਮੈਂ ਹੀ ਕਰ ਲੂੰਗਾ ਸਰ। ਨਹੀਂ ਕਰ ਲਓਗੇ? ਠੀਕ ਹੈ, ਹਾਂਜੀ। ਪ੍ਰੈਜੈਂਟੇਸ਼ਨ ਵਿਜ਼ੀਬਲ ਨਹੀਂ ਹੋ ਰਹੀ ਸਰ, ਮੇਰੇ ਖਿਆਲ ਚੱਲ ਰਹੀ ਹੈ। ਨਹੀਂ, ਮੈਂ ਕਰ ਦਿੰਦਾ ਤੁਹਾਨੂੰ ਦਿੰਦਾ। ਹਾਂਜੀ ਪਲੀਜ਼। ਹਾਂਜੀ ਸਰ, ਆਪਣੀ ਪ੍ਰੈਜੈਂਟੇਸ਼ਨ ਦੇ ਦਿਓ। ਹਾਂਜੀ, I'm going to start. Okay, sir, I'm audible, na? Audible. Bilkul, bilkul, sir. ਮਾਨਯੋਗ ਕਿਸਾਨ ਦੋਸਤੋ, ਮੇਰੇ ਰਿਸਪੈਕਟਡ ਪੈਨਲਿਸਟ, ਤੋ ਜਿਵੇਂ ਕਿ ਆਪਾਂ ਮੱਕੀ ਦੀ ਗੱਲ ਕਰ ਰਹੇ ਹਾਂ ਤੇ ਮੱਲੀ ਸਾਹਿਬ ਨੇ ਵੀ ਹਿੰਟ ਦਿੱਤਾ ਹੈ ਕਿ ਮੱਕੀ ਜਿਸ ਤਰ੍ਹਾਂ ਕਿ ਪੰਜਾਬ ਦੀ ਗੱਲ ਕਰੀਏ ਤਾਂ ਆਪਾਂ ਲਗਭਗ ਸਾਰਾ ਸਾਲ ਹੀ ਇਹਦੀ ਕਾਸ਼ਤ ਕੀਤੀ ਜਾਂਦੀ ਹੈ ਜੀ। ਜਨਵਰੀ ਦੇ ਮਹੀਨੇ ਦੇ ਵਿੱਚ ਸ਼ੁਰੂ ਹੋ ਜਾਂਦੀ ਹੈ ਆਪਣੀ ਬਹਾਰ ਦੀ ਮੱਕੀ, ਉਦੋਂ ਬਾਅਦ ਫਿਰ ਸਾਈਲੇਜ ਦਾ ਅੱਜ ਕੱਲ੍ਹ ਬਹੁਤ ਵਧੀਆ ਟ੍ਰੈਂਡ ਚੱਲ ਰਿਹਾ ਹੈ। ਉਦੋਂ ਬਿਨਾਂ ਬਾਅਦ ਅੱਗੇ ਜਾ ਕੇ ਮਈ ਜੂਨ ਦੇ ਵਿੱਚ ਸਾਡੀ ਸੋਨੀ ਰੁੱਤ ਦੀ ਮੱਕੀ, ਤੇ ਫਿਰ ਚਾਰੇ ਲਈ ਮੱਕੀ ਦਾ ਰੁਝਾਨ ਵਧਿਆ ਹੋਇਆ। ਤੇ ਪ੍ਰੈਕਟੀਕਲੀ ਦੇਖੀਏ ਤਾਂ ਜਨਵਰੀ ਤੋਂ ਲੈ ਕੇ ਸਪਟੰਬਰ ਤੱਕ ਮੱਕੀ ਹੋ ਰਹੀ ਹੈ ਆਪਣੇ ਪੰਜਾਬ ਦੇ ਵਿੱਚ, ਤੇ ਵੱਖ ਵੱਖ ਇਹਦੇ ਪਰਪਸ ਲਈ ਹੋ ਰਹੀ ਹੈ। ਜਿਵੇਂ ਕਿ ਮੈਥੋਂ ਪਹਿਲਾਂ ਡਾਕਟਰ ਚਾਵਲਾ ਜੀ ਨੇ ਬਹੁਤ ਡਿਟੇਲ 'ਚ ਦੱਸਿਆ ਕਿ ਅਸੀਂ ਮੱਕੀ ਤੋਂ ਕੀ ਕੁਛ ਬਣਾ ਸਕਦੇ। ਸੋ ਜਿਹੜੇ ਕੀੜਿਆਂ ਦੀ ਗੱਲ ਕਰੀਏ ਜੀ, ਤਾਂ ਕੀੜਿਆਂ ਨੂੰ ਰੋਕਥਾਮ ਦੇ ਲਈ ਸਾਨੂੰ ਇਕੱਲੇ ਇਹ ਨਹੀਂ ਦੇਖਣਾ ਕਿ
ਇੱਕ ਕੀੜਾ ਆ ਗਿਆ ਉਹਦੀ ਸਪਰੇ ਕਰ ਲਈਏ ਜਾਂ ਹੋਵੇ, ਇਕੱਲੀ ਮੱਕੀ ਦੀ ਨਹੀਂ, ਇਹਨੇ ਜਰਨਲ ਕਿਸਾਨ ਭਰਾਵਾਂ ਨੂੰ ਮੈਂ ਇਹੀ ਸਲਾਹ ਦੇਣਾ ਚਾਹੁੰਦਾ ਕਿ ਉਹ ਉਸ ਕੀੜੇ ਬਾਰੇ ਵੀ ਸਮਝਣ ਦੀ ਕੋਸ਼ਿਸ਼ ਕਰਨ ਕਿ ਫਸਲ ਦੇ ਉੱਤੇ ਕੀੜਾ ਕਿਵੇਂ ਆਉਂਦਾ ਹੈ, ਉਹ ਕਿਵੇਂ ਵੱਧਦਾ ਫੁੱਲਦਾ ਹੈ, ਕਿਹੜੀ ਸਟੇਜ ਦੇ ਉੱਤੇ ਅਸੀਂ ਤੇ ਕਿਸ ਤਰ੍ਹਾਂ ਉਹਨੂੰ ਪ੍ਰੋਟੈਕਟ ਕਰਦੇ ਹਾਂ। ਸੋ ਉਹਦੇ ਨਾਲ ਇਕੱਲੇ ਦਵਾਈਆਂ ਨਹੀਂ, ਹੋਰ ਵੀ ਕਈ ਕਾਰਜਕਾਰੀ ਢੰਗ ਬਾਇਓ ਕੰਟਰੋਲ ਵਾਲੇ ਢੰਗ ਨੇ ਜਿਹੜੇ ਕਿ ਅਸੀਂ ਉਸ ਵਰਤ ਸਕਦੇ ਹਾਂ। ਹਾਲਾਂਕਿ ਮੱਕੀ ਦੇ ਵਿੱਚ 250 ਤੋਂ ਵੱਧ ਕੀੜੇ ਆਉਂਦੇ ਨੇ, ਪੰਜਾਬ ਦੇ ਵਿੱਚ 10 ਕੀੜੇ ਆਮ ਤੌਰ 'ਤੇ ਦਿਖਦੇ ਨੇ, ਪਰ ਮੁੱਖ ਤੌਰ 'ਤੇ ਉੱਤੇ 3 ਕੀੜੇ ਨੇ। ਪਰ ਜ਼ਿਆਦਾ ਟਾਈਮ ਅਸੀਂ ਵਿੱਚੋਂ ਕੱਢ ਕੇ ਅਸੀਂ ਮੱਕੀ ਦੇ ਗਡੂਏ ਦੇ ਉੱਤੇ ਫਾਲ ਆਰਮੀ ਵਰਮ ਦੇ ਉੱਤੇ ਹੀ ਲਾਵਾਂਗੇ, ਫਾਲ ਆਰਮੀ ਵਰਮ ਦੇ ਉੱਤੇ ਹੀ ਲਾਵਾਂਗੇ, ਕਿਉਂਕਿ ਇਹ ਇੱਕ ਮੁੱਖ ਕੀੜਾ ਹੈ। ਸੋ ਸਭ ਤੋਂ ਪਹਿਲਾਂ ਮੈਂ ਜੇ ਗੱਲ ਕਰਾਂ ਤਾਂ ਮੱਕੀ ਦਾ ਜਿਹੜਾ ਗਡੂਆ ਹੈ ਜੀ, ਇਹ ਸੋਹਣੀ ਰੁੱਤ ਦੀ ਫਸਲ ਦੇ ਉੱਤੇ ਆਉਂਦਾ ਹੈ, ਇੱਕ ਅੱਧਾ ਮਿੰਟ ਲਾ ਕੇ ਆਪਾਂ ਅੱਗੇ ਚੱਲਦੇ ਹਾਂ। ਸੋ ਇਹ ਜਦੋਂ ਕੀੜਾ 10 ਤੋਂ 15 ਦਿਨ ਦੀ ਫਸਲ ਦੇ ਉੱਤੇ ਆਉਂਦਾ ਹੈ ਤਾਂ ਇਹ ਲਾਈਨਾਂ ਦੇ ਵਿੱਚ ਮੋਰੀਆਂ ਬਣਾ ਕੇ ਖਾਂਦਾ। ਸੋ ਮੱਕੀ ਦੇ ਗਡੂਆਂ ਦਾ ਹਮਲਾ ਸੋਹਣੀ ਰੁੱਤ ਦੇ ਵਿੱਚ ਹੁੰਦਾ ਹੈ। ਸ਼ੁਰੂਆਤੀ ਨਿਸ਼ਾਨ ਅਸੀਂ ਜੇ ਦੇਖ ਕੇ ਇਹਦਾ ਕੰਟਰੋਲ ਕਰੀਏ ਤਾਂ ਇਹਦੇ ਜਿਹੜੇ ਅਗਲੇ ਨੁਕਸਾਨ ਵਾਲੇ ਕੰਮ ਨੇ, ਜਿਸ ਤਰ੍ਹਾਂ ਕਿ ਗੋਬਾਂ ਦਾ ਸੁੱਕਣਾ, ਬੂਟਿਆਂ ਨੂੰ ਬੁਰੀ ਤਰ੍ਹਾਂ ਖਤਮ ਕਰ ਦੇਣਾ, ਸਹੀ ਸਮੇਂ 'ਤੇ ਅਸੀਂ ਦੇਖ ਕੇ ਇਹਨੂੰ ਕੰਟਰੋਲ ਕਰ ਸਕਦੇ ਹਾਂ। ਇਹਦੇ ਲਈ ਸਾਡੇ ਯੂਨੀਵਰਸਿਟੀ ਵੱਲੋਂ ਮਿੱਤਰ ਕੀੜਿਆਂ ਦੀ ਵੀ ਸਿਫਾਰਿਸ਼ ਕੀਤੀ ਗਈ ਹੈ, ਮਿੱਤਰ ਕੀੜੇ ਟ੍ਰਾਈਕੋਗ੍ਰਾਮਾਂ ਸਾਡੇ ਕੋਲ ਉਪਲਬਧ ਹਨ, ਕੋਈ ਵੀ ਕਿਸਾਨ ਦੋਸਤ ਸਾਨੂੰ ਕੰਟੈਕਟ ਕਰ ਸਕਦਾ ਹੈ। ਅਸੀਂ ਉਹਨੂੰ ਉਹਦੀ ਕਿਸ ਤਰ੍ਹਾਂ ਉਹਨੂੰ ਲਾਉਣਾ ਹੈ, ਵਰਤਣਾ ਹੈ, ਉਹਦੀ ਵਿਧੀ ਬਾਰੇ ਵੀ ਦੱਸਾਂਗੇ ਅਤੇ ਕਿਵੇਂ ਕੰਟਰੋਲ ਕਰਨਾ ਹੈ ਉਹਦੇ ਬਾਰੇ ਵੀ ਦੱਸਾਂਗੇ। ਇਸ ਤੋਂ ਬਿਨਾਂ ਕੈਮੀਕਲ, ਜਿਸ ਤਰ੍ਹਾਂ ਕਿ ਅਸੀਂ ਕੋਰਾਜਨ ਕੈਮੀਕਲ ਦੀ ਇਹਦਾ ਲੇਬਲ ਕਲੇਮ ਵੀ ਹੈ ਸੈਂਟਰਲ ਇਨਸੈਕਟੀਸਾਈਡ ਬੋਰਡ ਵੱਲੋਂ, ਮੋਟੀ ਗੱਲ ਇਹ ਹੈ ਕਿ ਆਪਾਂ ਸਪਰੇਅ ਕਦੋਂ ਕਰਨੀ ਹੈ। ਜਿਸ ਤਰ੍ਹਾਂ ਮੈਂ ਤੁਹਾਨੂੰ ਹਮਲੇ ਦੀ ਨਿਸ਼ਾਨੀ ਦਿਖਾਇਆ ਕਿ ਸ਼ੁਰੂਆਤ ਦੇ ਵਿੱਚ ਪੱਤਿਆਂ 'ਤੇ ਹਮਲਾ ਹੁੰਦਾ ਹੈ, ਤਾਂ ਅਸੀਂ ਜੇ ਪੱਤਿਆਂ ਦੇ ਉੱਤੇ ਹਮਲਾ ਦੇਖ ਕੇ ਹੀ ਸਪਰੇਅ ਕਰ ਸਕੀਏ, ਉਸਦੇ ਨੁਕਸਾਨ ਨੂੰ ਪਹਿਚਾਣ ਸਕੀਏ, ਤਾਂ ਸਾਨੂੰ ਬਹੁਤ ਸਹੀ ਢੰਗ ਨਾਲ ਅਸੀਂ ਬਹੁਤ ਘੱਟ ਸਪਰੇਅ ਵਰਤ ਕੇ ਇਸ ਨੂੰ ਕੰਟਰੋਲ ਕਰ ਸਕਦੇ। ਦੂਜੀ ਗੱਲ ਹੈ ਜੀ, ਬਹਾਰ ਉਸਦੀ ਮੱਕੀ ਦਾ ਇੱਕ ਕੀੜਾ ਸ਼ਾਖ ਦੀ ਮੱਖੀ ਕਹਿੰਦੇ ਆ। ਹੁਣ ਇਸ ਕੀੜੇ ਬਾਰੇ ਵੀ ਜਾਣਨਾ ਬਹੁਤ ਜ਼ਰੂਰੀ ਹੈ, ਇਹ ਹਮਲਾ ਕਿਵੇਂ ਕਰਦਾ ਹੈ ਇਹਨੂੰ ਸਮਝਣਾ ਬਹੁਤ ਜ਼ਰੂਰੀ ਹੈ। ਇਹ 5 ਤੋਂ 10 ਦਿਨ ਦੀ ਮੱਕੀ ਦੇ ਉੱਤੇ ਹਮਲਾ ਕਰਦਾ। ਮੱਕੀ ਇਸ ਤਰ੍ਹਾਂ ਕਿ ਆਪਣੇ ਹਾਊਸ ਫਲਾਈ ਵਰਗੀ ਮੱਕੀ ਹੁੰਦੀ ਹੈ ਜੀ, ਥੋੜੀ ਫਸਲ 'ਤੇ ਇਹ ਆਂਡੇ ਦੇ ਕੇ ਬੂਟੇ ਨੂੰ ਬਿਲਕੁਲ ਸ਼ੁਰੂਆਤੀ ਦੇ ਵਿੱਚ ਹੀ ਖਤਮ ਕਰ ਦਿੰਦੇ। ਸੋ ਇਹਦਾ ਮਤਲਬ ਕੀ ਹੋਇਆ ਕਿ ਸਾਨੂੰ ਇਸ ਕੀੜੇ ਬਾਰੇ ਸਾਨੂੰ ਨੌਲੇਜ ਹੋ ਗਈ ਹੈ ਕਿ ਇਹ ਬਹੁਤ ਛੋਟੇ ਬੂਟਿਆਂ ਦੇ ਉੱਤੇ ਹਮਲਾ ਕਰਦਾ ਹੈ ਅਤੇ ਬੜੇ ਜਲਦੀ ਹੀ ਇਹ ਬੂਟਿਆਂ ਨੂੰ ਖਤਮ ਕਰ ਦਿੰਦਾ। ਸੋ ਇਸ ਦੀ ਤਰਜੀਹ ਇਹੀ ਹੈ ਕਿ ਸਾਨੂੰ ਬੀਜਾਂ ਨੂੰ ਸੋਧ ਕੇ ਵਰਤਣ ਦੀ ਲੋੜ ਹੈ। ਸੋ ਇੱਕ ਸਾਇੰਟੀਫਿਕਲੀ ਫਾਰਮਰ ਜਿਹੜੇ ਕੋਈ ਖਾਸ ਤੌਰ 'ਤੇ ਆਪਣੇ ਪੰਜਾਬ ਦੇ ਕਿਸਾਨ ਵੀਰ ਨੇ, ਉਹ ਤਾਂ ਇੱਕ ਤਰ੍ਹਾਂ ਬਿਲਕੁਲ ਸਾਇੰਟਿਸਟ ਨੇ। ਉਹਨਾਂ ਕੋਲੋਂ ਜੋ ਸਾਨੂੰ ਲਰਨ ਕਰਨ ਨੂੰ ਮਿਲਦਾ ਹੈ ਜਾਂ ਸਿੱਖਣ ਨੂੰ ਮਿਲਦਾ, ਉਹ ਸਾਨੂੰ ਕਿਸੇ ਵੀ ਕਿਤਾਬਾਂ 'ਚੋਂ ਵੀ ਨਹੀਂ ਮਿਲਦਾ। ਉਹਨਾਂ ਦੇ ਢੰਗ ਨਾਲ ਜਿਸ ਤਰ੍ਹਾਂ ਸਾਨੂੰ ਇਸ ਕੀੜੇ ਬਾਰੇ ਕੀੜੇ ਦੇ ਬਿਹੇਵੀਅਰ ਦਾ ਪਤਾ ਲੱਗ ਗਿਆ ਵੀ ਇਹ ਛੋਟੀ ਫਸਲ 'ਤੇ ਆਊਗਾ, ਤਾਂ ਅਸੀਂ ਉਹਦੇ ਜਿਹੜੀ ਗੱਚ ਦਵਾਈ ਹੈ ਉਹਨੂੰ 6 ml ਪ੍ਰਤੀ ਕਿਲੋ ਨਾਲ ਸੋਧ ਕੇ ਅਸੀਂ ਕੰਟਰੋਲ ਕਰ ਸਕਦੇ ਹਾਂ। ਸੋ ਮੋਟੀ ਗੱਲ ਹੈ ਕਿ ਅਸੀਂ ਕੀੜੇ ਬਾਰੇ ਸਮਝ ਲਿਆ ਵੀ ਇਹ ਹਮਲਾ ਕਰਦੇ ਕਿਹੜੀ ਸਟੇਜ 'ਤੇ ਕਰਦਾ। ਹੁਣ ਆਪਾਂ 5 ਮਿੰਟ ਲਾਵਾਂਗੇ ਜੀ, ਉਹ ਹੈਗਾ ਫਾਲ ਆਰਮੀ ਵਰਮ। ਇਹ ਅੱਜ ਦੀ ਡੇਟ ਦੇ ਵਿੱਚ ਮੱਕੀ ਦਾ ਮੁੱਖ ਕੀੜਾ ਹੈ। ਇਹਨੇ ਇਕੱਲੇ ਸਾਡੇ ਪੰਜਾਬ ਦੇ ਵਿੱਚ ਨਹੀਂ, ਇਕੱਲੇ ਸਾਡੇ ਦੇਸ਼ ਦੇ ਵਿੱਚ ਨਹੀਂ, ਭਾਰਤ 'ਚ ਨਹੀਂ, ਪੂਰੇ ਮੁਲਕ ਪੂਰੀ ਦੁਨੀਆਂ ਦੇ ਉੱਤੇ ਘੱਟੋ ਘੱਟ 60 ਤੋਂ ਲੈ ਕੇ 70 ਦੇਸ਼ਾਂ ਦੇ ਵਿੱਚ ਹਮਲਾ ਕੀਤਾ ਹੋਇਆ। ਹਾਲਾਂਕਿ ਇਸ ਕੀੜੇ ਨੂੰ ਅਸੀਂ 200 ਸਾਲ ਤੋਂ ਜਾਣਦੇ ਹਾਂ। ਪਹਿਲਾਂ ਇਹ ਅਮਰੀਕਾ ਮਹਾਂਦੀਪ ਦੇ ਵਿੱਚ ਸੀਗਾ, ਪਰ ਉਦੋਂ ਬਾਅਦ ਇਹ ਫੈਲਣਾ ਸ਼ੁਰੂ ਹੋ ਗਿਆ। 2016 ਦੇ ਵਿੱਚ ਇਹ ਅਫਰੀਕਾ ਚਲਾ ਗਿਆ, ਉੱਥੇ ਉਹਨੇ 40 ਕੰਟਰੀਆਂ ਦੇ ਵਿੱਚ ਹਮਲਾ ਕਰਕੇ $3 ਬਿਲੀਅਨ ਦਾ ਨੁਕਸਾਨ ਕੀਤਾ। ਫਿਰ 2018 ਦੇ ਵਿੱਚ ਇਹ ਆਪਣੇ ਦੱਖਣ ਭਾਰਤ ਵਿੱਚ ਕਰਨਾਟਕ ਰਾਜ 'ਚ ਆ ਗਿਆ। ਵਿਦਿਨ 1 ਸਾਲ ਦੇ ਵਿੱਚ ਵੀ ਫੈਲ ਕੇ ਲਗਭਗ ਸਾਰੇ ਭਾਰਤ 'ਚ ਫੈਲ ਗਿਆ, ਅਤੇ ਪਿਛਲੇ ਸਾਲ ਵੀ ਸਾਨੂੰ ਇਹ ਪੰਜਾਬ 'ਚ ਮਿਲਿਆ, ਅਤੇ ਇਸ ਵਾਰ ਤਾਂ ਇਸਨੇ ਜੂਨ 2 ਤੋਂ ਹੀ ਕਾਫੀ ਨੁਕਸਾਨ ਸ਼ੁਰੂ ਕੀਤਾ। ਸੋ ਮੋਟੀਆਂ ਗੱਲਾਂ ਇਹ ਨੇ ਜੀ, 2-3 ਦੇਖਣ ਵਾਲੀਆਂ, ਜੋ ਇਸ ਬਾਰੇ ਅਸੀਂ ਸਮਝਣੀ ਹੈ ਵੀ ਇਹ ਇੰਨੀ ਜਲਦੀ ਫੈਲਦਾ ਕਿਵੇਂ ਹੈ ਅਤੇ ਇੰਨੀ ਜਲਦੀ ਇਹਦਾ ਵਾਧਾ ਕਿਵੇਂ ਹੁੰਦਾ। ਸੋ ਉਹਦੇ ਬਾਰੇ ਇੰਪੋਰਟੈਂਟ ਗੱਲ ਇਹ ਹੈ ਜੀ, ਮੈਂ ਇਸ ਸਲਾਈਡ 'ਤੇ ਆਉਣਾ ਚਾਹਾਂਗਾ। ਹਾਂਜੀ, ਤੁਸੀਂ ਦੇਖੋ ਵੀ ਇਹਦੇ ਜਿਹੜੀਆਂ ਕੀੜੇ ਦੀਆਂ ਮਾਦਾਵਾਂ ਨੇ ਉਹ ਝੁੰਡਾਂ ਦੇ ਵਿੱਚ ਆਂਡੇ ਦਿੰਦੀ ਹੈ, ਅਤੇ ਇੱਕ ਮਾਦਾ 1500 ਦੇ ਕਰੀਬ ਆਂਡੇ ਦੇ ਸਕਦੀ। ਸੋ ਹੁਣ ਤੁਸੀਂ ਹਿਸਾਬ ਲਾ ਲਓ ਵੀ 1500 ਆਂਡਿਆਂ ਦੇ ਵਿੱਚੋਂ ਜੇ 1000 ਸੁੰਡੀ ਵੀ ਨਿਕਲੀ, 1000 ਸੁੰਡੀ ਨੇ ਜੇ 2 ਤੋਂ ਲੈ ਕੇ 3 ਬੂਟਿਆਂ ਨੂੰ ਵੀ ਨੁਕਸਾਨ ਕੀਤਾ,
ਤਾਂ ਇੱਕ ਮਾਦਾ ਪਤੰਗਾ ਜੇ ਸਾਡੇ ਖੇਤ ਦੇ ਵਿੱਚ ਪਹੁੰਚ ਗਈ ਤਾਂ ਸਾਡੇ 2 ਤੋਂ 3 ਹਜ਼ਾਰ ਬੂਟੇ ਨੁਕਸਾਨ ਹੋ ਸਕਦਾ। ਦੂਜੀ ਗੱਲ, ਇਹ ਇੰਨੀ ਜਲਦੀ ਫੈਲਦਾ ਕਿਉਂ ਹੈ? ਇੱਕ ਇਹਦੇ ਮਾਦਾ ਦਾ ਜਾਂ ਇਹਦੇ ਪਤੰਗਿਆਂ ਦਾ ਇੱਕ ਹੋਰ ਬਹੁਤ ਵੱਡਾ ਗੁਣ ਹੈ ਕਿ ਇਹ ਆਪਣੇ 4 ਤੋਂ 5 ਦਿਨ ਦੇ ਜੀਵਨ ਕਾਲ ਦੇ ਵਿੱਚ 500 ਕਿਲੋਮੀਟਰ ਦੂਰ ਉੱਡ ਸਕਦੀ ਹੈ। ਮੇਰਾ ਕਹਿਣ ਦਾ ਮਤਲਬ ਕਿ ਮਾਦਾ ਪਤੰਗਾ 1 ਦਿਨ ਦੇ ਵਿੱਚ 100 ਕਿਲੋਮੀਟਰ ਦੀ ਦੂਰੀ ਤੱਕ ਉੱਡ ਸਕਦੀ ਹੈ। ਸੋ ਵਿਦਿਨ ਇਹ ਤੁਸੀਂ ਸਮਝ ਲਓ 2-3 ਪੀੜ੍ਹੀਆਂ ਦੇ ਵਿੱਚ ਇਹ ਦੱਖਣ ਭਾਰਤ ਤੋਂ ਲੈ ਕੇ ਉੱਧਰ ਬਿਹਾਰ ਹੁੰਦੇ ਹੋਏ ਪੰਜਾਬ ਤੱਕ ਵੀ ਬਹੁਤ ਜਲਦੀ ਪਹੁੰਚਣ ਦੇ 2 ਕਾਰਨ, ਇੱਕ ਇਹ ਫੈਲਦਾ ਬਹੁਤ ਹੈ, ਦੂਜਾ ਇਹ ਅੰਡੇ ਬਹੁਤ ਦਿੰਦਾ। ਸੋ ਆਹ ਅਸੀਂ ਪੰਜਾਬ ਦੇ ਵਿੱਚ ਡਾਟਾ ਲੈਣਾ ਸ਼ੁਰੂ ਕੀਤਾ ਸੀਗਾ ਜੀ ਜੁਲਾਈ ਤੋਂ ਬਾਅਦ। ਇਹਦਾ ਹਮਲਾ ਲਾਲ ਲਾਈਨ ਤੁਸੀਂ ਦੇਖੋ ਕਾਫੀ ਵਧਿਆ ਨਿਰੰਤਰ ਤੌਰ ਤੇ। ਸਾਨੂੰ ਇੱਕ ਗੱਲ ਪਤਾ ਲੱਗ ਗਈ ਕਿ ਜਦੋਂ ਤਾਪਮਾਨ ਇਹਦੇ ਅਨੁਕੂਲ ਹੁੰਦਾ, ਖਾਸ ਤੌਰ ਤੇ ਜਦੋਂ 30 ਡਿਗਰੀ ਤਾਪਮਾਨ ਗਿਰਦਾ ਹੁੰਦਾ ਤੇ ਰਾਤ ਦਾ 25 ਡਿਗਰੀ ਹੁੰਦਾ ਹੈ ਅਗਸਤ ਸਪਟੰਬਰ ਅਕਤੂਬਰ ਦੇ ਵਿੱਚ, ਤਾਂ ਇਹਦਾ ਹਮਲਾ ਵਧਣਾ ਸ਼ੁਰੂ ਹੁੰਦਾ ਹੈ। ਇੱਕ ਗੱਲ ਸਾਨੂੰ ਹੋਰ ਬੜੀ ਪਤਾ ਲੱਗੀ ਹੈ ਇਸ ਕੀੜੇ ਬਾਰੇ ਕਿ ਇਹ ਠੰਡ ਨੂੰ ਨਹੀਂ ਸਹਾਰ ਸਕਦਾ। ਜਿਹੜੀਆਂ ਇਹਦੀਆਂ ਸੁੰਡੀਆਂ ਨੇ ਉਹ ਠੰਡ ਦੇ ਵਿੱਚ ਭਰ ਜਾਂਦੀਆਂ ਨੇ। ਸੋ ਜਿਵੇਂ ਕਿ ਦਸੰਬਰ ਜਨਵਰੀ ਦੇ ਵਿੱਚ ਜਦੋਂ ਠੰਡ ਪਊਗੀ ਤਾਂ ਇਸ ਕੀੜੇ ਦੇ ਆਪਣੇ ਆਪ ਤਾਪਮਾਨ ਘਟਣ ਨਾਲ ਕੰਟਰੋਲ ਹੋ ਜਾਊਗਾ। ਜਦੋਂ ਸਾਡਾ ਤਾਪਮਾਨ 10 ਡਿਗਰੀ 'ਤੇ ਜਾਊਗਾ ਤਾਂ ਇਸ ਕੀੜੇ ਦਾ ਖਾਤਮ ਹੋ ਜਾਂਦਾ ਹੈ। ਇਹ ਸਾਡੇ ਪੰਜਾਬ ਪ੍ਰਾਂਤ ਨੂੰ ਇਹ ਹੈਗੀ ਹੈ ਕਿਉਂਕਿ ਆਪਣੇ ਸਟੇਟ ਦੇ ਵਿੱਚ ਠੰਡ ਪੈਂਦੀ ਹੈ। ਹਾਲਾਂਕਿ ਇਹ ਸਾਊਥ ਦੇ ਵਿੱਚ ਜਾਂ ਦੂਜੇ ਰਾਜਸਥਾਨ ਵਗੈਰਾ ਦੇ ਵਿੱਚ ਜਿੱਥੇ ਠੰਡ ਘੱਟ ਪੈਂਦੀ ਹੈ ਉੱਥੇ ਵਾਧਾ ਰਹਿੰਦਾ ਅਤੇ ਉੱਥੋਂ ਉੱਡ ਕੇ ਅਗਲੇ ਸਾਲ ਫੇਰ ਆ ਜਾਂਦਾ। ਸੋ ਸਾਨੂੰ ਇਸ ਗੱਲ ਦੇ ਚੁਕੰਨੇ ਰਹਿਣਾ ਕਿ ਅਸੀਂ ਇਹਨੂੰ ਪਛਾਣ ਲਈਏ ਵੀ ਕਦੋਂ ਸਾਡੇ ਖੇਤਾਂ ਦੇ ਵਿੱਚ ਹਮਲਾ ਸ਼ੁਰੂ ਹੁੰਦਾ। ਅਤੇ ਦੂਜੀ ਗੱਲ ਹੈ ਜੀ ਇਹਦੇ ਆਂਡੇ, ਬਸ ਹੁਣ ਦੱਸਿਆ ਸੀ ਕਿ ਇਹ ਝੁੰਡਾਂ ਦੇ ਵਿੱਚ ਆਂਡੇ ਦਿੰਦੀ ਹੈ। ਇਕੱਲੇ ਅਸੀਂ ਦਵਾਈਆਂ 'ਤੇ ਨਹੀਂ ਡਿਪੈਂਡ ਰਹਿਣਾ, ਸਾਡੇ ਨਾਭੇ ਫਾਰਮ ਯੂਨੀਵਰਸਿਟੀ ਦੇ ਫਾਰਮ 'ਤੇ ਅਸੀਂ ਦੇਖਿਆ ਇੱਕ 10 ਏਕੜ ਦੇ ਇੱਕ ਬਲੋਕ ਦੇ ਵਿੱਚੋਂ ਅਸੀਂ 3 ਦਿਨਾਂ ਦੇ ਵਿੱਚ 1000 ਤੋਂ ਵੱਧ ਇਹ ਜਿਹੇ ਆਂਡਿਆਂ ਦੇ ਝੁੰਡ ਫੜੇ, ਜਿਵੇਂ ਕਿ ਮੈਂ ਫੋਟੋ ਤੋਂ ਦਿਖਾਏ। ਸੋ ਜਿਸ ਤਰ੍ਹਾਂ ਅਸੀਂ ਇਸ ਇਹਨਾਂ ਕੀੜਿਆਂ ਬਾਰੇ ਜਾਣਾਂਗੇ ਜਿੰਨਾ ਜ਼ਿਆਦਾ, ਉਸ ਢੰਗ ਨਾਲ ਅਸੀਂ ਇਹਦੀ ਰੋਕਣ ਦੀ ਆਪਣੇ ਆਪ ਨੂੰ ਕਰਾਂਗੇ, ਪਰਿਪੱਕ ਹੋਵਾਂਗੇ, ਮਿਹਨਤ ਕਰਾਂਗੇ ਰੋਕਣ ਲਈ, ਤਾਂ ਇਹਨਾਂ ਨੂੰ ਅਸੀਂ ਚੈਲੰਜ ਨੂੰ ਲੈ ਸਕਦੇ ਹਾਂ। ਦੂਜੀ ਗੱਲ ਇਹਦੀ ਸੁੰਡੀ, ਸੁੰਡੀ ਦੀ ਪਹਿਚਾਣ ਵੀ ਬਹੁਤ ਜ਼ਰੂਰੀ ਹੈ। ਸਾਨੂੰ ਪਤਾ ਤਾਂ ਹੋਵੇ ਵੀ ਸਾਡਾ ਦੁਸ਼ਮਣ ਕੀ ਹੈ, ਤਾਂ ਸੁੰਡੀ ਦੀ ਪਹਿਚਾਣ ਇਹ ਹੈ ਕਿ ਜਿਹੜੀ ਵੀ ਪੂਛ ਵਾਲਾ ਹਿੱਸਾ ਜੀ ਜਿੱਥੇ ਮੇਰਾ ਹੁਣ ਪੁਆਇੰਟਰ ਚੱਲ ਰਿਹਾ, ਉਹਦੇ 'ਤੇ 4 ਡੋਟ ਬਣੇ ਹੁੰਦੇ ਆ ਚੌਰਸ ਆਕਾਰ ਦੇ ਵਿੱਚ, 1, 2, 3 ਦੇ 4 ਡੋਟ ਨੇ ਇਹ ਜਿਹੜੇ ਕਿ ਚੌਰਸ ਆਕਾਰ 'ਚ ਨੇ। ਅਤੇ ਸਿਰ ਵਾਲੇ ਪਾਸੇ 22 ਦਾ ਇੱਕ ਅੰਗਰੇਜ਼ੀ ਦਾ ਅੱਖਰ ਜਿਹੜਾ 22 ਹੁੰਦਾ ਜੀ, ਉਹਦਾ ਉਲਟਾ ਨਿਸ਼ਾਨ ਹੁੰਦਾ ਚਿੱਟੇ ਦਾ। ਸੋ ਇਸ ਤਰ੍ਹਾਂ ਇਹ ਸੁੰਡੀ ਖਾਣਾ ਸ਼ੁਰੂ ਕਰਦੀ ਹੈ ਜੀ, ਇਹ ਅਵਸਥਾਵਾਂ ਵਿੱਚੋਂ ਸੁੰਡੀ ਲੱਗਦੀ ਹੈ। ਹੁਣ ਫਿਰ ਚੁਕੰਨੇ ਰਹਿਣ ਵਾਲੀ ਗੱਲ ਹੈ, ਕਿਉਂਕਿ ਸ਼ੁਰੂਆਤ ਦੇ ਵਿੱਚ ਇਸ ਨੇ ਥੋੜ੍ਹਾ ਥੋੜ੍ਹਾ ਖੁਰਚ ਕੇ ਖਾਣਾ ਹੈ। ਜਿਵੇਂ ਜਿਵੇਂ ਸੁੰਡੀ ਵੱਡੀ ਹੋਈ ਜਾਊਗੀ ਇਹਨੇ ਗੋਬ ਨੂੰ ਬਹੁਤ ਬੁਰੀ ਤਰ੍ਹਾਂ ਖਾ ਜਾਣਾ ਹੈ ਅਤੇ ਉਹ 'ਚ ਬਹੁਤ ਮਲਮੂਤਰ ਛੱਡ ਦੇਣਾ। ਸੋ ਮਤਲਬ ਕੀ ਹੈ ਕਿ ਜੇ ਅਸੀਂ ਸ਼ੁਰੂਆਤ ਦੇ ਵਿੱਚ ਹੀ ਇਸ ਨੂੰ ਪਹਿਚਾਣ ਲਈਏ ਅਤੇ ਸਾਡੇ ਖੇਤ ਦੇ ਵਿੱਚ ਹਮਲਾ ਸ਼ੁਰੂ ਹੋ ਗਿਆ ਤਾਂ ਅਸੀਂ ਇਹਨੂੰ ਰੋਕਥਾਮ ਲਈ ਕਰ ਸਕਦੇ ਹਾਂ। ਦੂਜੀ ਗੱਲ ਹੈ ਜੀ ਸਪਰੇਅ ਟੈਕਨੋਲੋਜੀ, ਰੋਕਣ ਦੇ ਵਿੱਚ ਸਭ ਤੋਂ ਜੋ ਵੱਡੀ ਮੁਸ਼ਕਲ ਆ ਰਹੀ ਹੈ ਸਾਡੇ ਕਿਸਾਨ ਦੋਸਤਾਂ ਦੇ, ਹੁਣ ਵੀ ਆ ਰਹੀ, ਅਸੀਂ ਵੀ ਦੇਖਦੇ ਹਾਂ ਕਿ ਸਪਰੇਅ ਕਿਵੇਂ ਕਰਨੀ ਹੈ। ਇਸ ਕੀੜੇ ਦਾ ਬਿਹੇਵੀਅਰ ਇਹ ਹੈ ਕਿ ਇਸ ਨੇ ਗੋਬ ਵਿੱਚ ਪਾਉਣਾ ਹੈ, ਗੋਬ ਦੇ ਪੱਤਿਆਂ ਦੇ ਵਿੱਚ ਸਾਨੂੰ ਸਪਰੇਅ ਕਰਨੀ ਬਹੁਤ ਜ਼ਰੂਰੀ ਹੈ ਤਾਂ ਕਿ ਅਸੀਂ ਇਸ ਨੂੰ ਰੋਕ ਸਕੀਏ। ਸੋ ਇਸ ਤਰ੍ਹਾਂ ਇਹ ਲਗਭਗ ਗੋਬ ਨੂੰ ਖਤਮ ਕਰਦੀ ਹੈ। ਜੇ ਅਸੀਂ ਸ਼ੁਰੂਆਤ ਵਿੱਚ ਨਾ ਰੱਖੀਏ ਤਾਂ ਇਹ ਫੁੱਲਾਂ ਦੇ ਉੱਤੇ ਬਾਹੂ ਝੰਡਿਆਂ ਦੇ ਉੱਤੇ ਵੀ ਇਹਦਾ ਹਮਲਾ ਹੋ ਜਾਂਦਾ ਹੈ, ਕਈ ਵਾਰੀ ਅੰਡੇ ਸੁੰਡੀਆਂ ਤੇ ਕਿਸਾਨ ਇਕੱਠੇ ਇੱਕੋ ਸਲਾਈਡ ਤੇ ਦਿਖਾਉਣ ਦੀ ਮੈਂ ਕੋਸ਼ਿਸ਼ ਕਰ ਰਿਹਾ ਤਾਂ ਕਿ ਅਸੀਂ ਅੰਡਿਆਂ ਨੂੰ ਪਛਾਣ ਕੇ ਖਤਮ ਕਰੀਏ, ਸੁੰਡੀ ਦੀ ਪਹਿਚਾਣ ਕਰਕੇ ਸ਼ੁਰੂਆਤੀ ਸਟੇਟ ਸ਼ੁਰੂਆਤ ਦੇ ਵਿੱਚ ਹੀ ਗੋਬ ਵੱਲ ਨੂੰ ਸਪਰੇ ਕਰਕੇ, ਜਿਹੜੇ ਸਾਡੇ ਆਮ ਸਪਰੇ ਕਰਨ ਦਾ ਢੰਗ ਹੈ ਜਾਂ ਲੇਬਰ ਕਰਦੀ ਹੈ ਉਹ ਅਣਗਹਿਲੀ ਕਰ ਰਹੀ ਹੈ। ਬਾਰ ਬਾਰ ਮੈਂ ਇਹੀ ਪੁਆਇੰਟ ਕਹੂੰਗਾ ਕਿ ਅਸੀਂ ਗੋਬ ਨੂੰ ਟਾਰਗੇਟ ਕਰਨਾ ਸਪਰੇ ਦੇ ਤਾਂ ਕਿ ਅਸੀਂ ਕੰਟਰੋਲ ਕਰ ਸਕੀਏ। ਸੋ ਇਸ ਤੋਂ ਇਲਾਵਾ ਜੀ ਜਿਸ ਤਰ੍ਹਾਂ ਕਿ ਲਗਾਤਾਰ ਇਹ ਜਿਹੜਾ ਕੀੜਾ ਹੈ ਸਾਡੀ ਇੱਕ ਫਸਲ ਤੋਂ ਲੈ ਕੇ ਦੂਸਰੀ ਫਸਲ 'ਤੇ ਜਾਂਦਾ ਹੈ, 10 ਤੋਂ ਲੈ ਕੇ 40 ਦਿਨ ਤੱਕ ਦੀ ਫਸਲ ਨੂੰ ਇਹ ਖਾਣਾ ਪਸੰਦ ਕਰਦਾ। ਸੋ ਇਹੀ ਸਿਫਾਰਿਸ਼ ਹੈ ਜੀ ਯੂਨੀਵਰਸਿਟੀ ਵੱਲੋਂ ਕਿ ਜਿਹੜਾ ਸਾਡਾ ਮਿੱਥਿਆ ਹੋਇਆ ਸਮਾਂ ਫਸਲਾਂ ਦਾ, ਜਿਵੇਂ ਕਿ ਬਹਾਰ ਉੱਥੇ ਦਾ 15 ਫਰਵਰੀ ਤੱਕ ਦਾ, ਉੱਧਰੋਂ ਸਾਉਣੀ ਦਾ 30 ਜੂਨ ਤੱਕ ਦਾ, ਮਿੱਥੇ ਹੋਏ ਸਮੇਂ ਦੇ ਵਿੱਚ ਸਿਫਾਰਿਸ਼ ਸਮੇਂ ਦੇ ਵਿੱਚ ਇਹਦੀ ਬਿਜਾਈ ਕਰੋ। ਜ਼ਿਆਦਾ ਲੇਟ ਬਿਜਾਈ ਜਦੋਂ ਹੋਊਗੀ ਜੁਲਾਈ ਅਗਸਤ ਦੇ ਵਿੱਚ, ਉਦੋਂ ਤਾਪਮਾਨ ਅਨੁਕੂਲ ਹੋਣ ਕਰਕੇ ਇਹਦਾ ਹਮਲਾ ਵੱਧ ਜੂਗਾ। ਫੋਡਰ ਜਿਹੜੀ ਚਾਰੇ ਵਾਲੀ ਫਸਲ ਆ ਉੱਥੇ ਸਾਨੂੰ ਸਪਰੇਆਂ ਵੀ ਅਸੀਂ ਜ਼ਿਆਦਾ ਨਹੀਂ ਵਰਤ ਸਕਦੇ, ਉੱਥੇ ਸਾਨੂੰ ਚਾਹੀਦਾ ਕਿ ਅਸੀਂ ਉਹਦੇ 'ਚ ਬਾਜਰਾ ਆਦਿ ਮਿਕਸ ਕਰਕੇ ਲਾਈਏ ਜਾਂ ਮੂੰਗੀ ਰਵਾਹ ਆਦਿ ਜੇ ਅਸੀਂ ਮਿਕਸ ਕਰਕੇ ਲਾ ਸਕਦੇ ਹਾਂ ਤਾਂ ਇਸ ਕੀੜੇ ਦੇ ਵਧਣ ਫੁੱਲਣ ਦੀ ਥੋੜ੍ਹੀ ਜਿਹੀ ਮੁਸ਼ਕਲ ਖਤਮ ਹੁੰਦੀ ਹੈ।
ਖਾਦ ਪਾਣੀ ਦਾ ਖੇਤ ਦੇ ਵਿੱਚ ਧਿਆਨ ਰੱਖਣਾ, ਕਿਉਂਕਿ ਇਹ ਗੋਬ ਨੂੰ ਖਾਂਦੀ ਹੈ। ਜਦੋਂ ਅਸੀਂ ਇਹਦੀ ਸਪਰੇ ਵਗੈਰਾ ਕਰ ਲਈਏ, ਉਦੋਂ ਬਾਅਦ ਫਿਰ ਬੂਟੇ ਨੇ ਤੰਦਰੁਸਤ ਹੋਣਾ, ਤਾਂ ਉਹਨੂੰ ਖਾਦ ਅਤੇ ਪਾਣੀ ਦੀ ਕਾਫ਼ੀ ਲੋੜ ਹੈ, ਅਤੇ ਸਿਫਾਰਿਸ਼ ਅਨੁਸਾਰ ਉਸਦਾ ਧਿਆਨ ਰੱਖਿਆ ਜਾਵੇ। ਸੋ ਪੂਰੇ ਖੇਤ ਦੇ ਵਿੱਚ ਅਸੀਂ ਇਹਨੂੰ ਦੇਖਣਾ। ਕਈ ਵਾਰੀ ਅਸੀਂ ਸਾਈਡਾਂ ਦੇ ਉੱਤੋਂ ਖੇਤ ਨੂੰ ਦੇਖ ਲੈਂਦੇ ਹਾਂ, ਜਿਸ ਤਰ੍ਹਾਂ ਮੈਂ ਫੋਟੋ ਦੇ ਵਿੱਚ ਦਿਖਾਇਆ ਗਿਆ, ਜਿਹਦਾ ਇਸ ਤਰ੍ਹਾਂ ਇਹ ਪੂਰਾ ਲੰਬਾ ਪੂਰਾ ਅੰਗਰੇਜ਼ੀ ਦੇ ਡਬਲਿਊ ਅੱਖਰ ਦੇ ਵਿੱਚ ਘੁੰਮ ਕੇ ਖੇਤ ਨੂੰ ਦੇਖੋ, ਜਾਂ ਇਹ ਦੂਰ ਦੂਰ ਤੱਕ ਲਾਈਨਾਂ ਦੇ ਵਿੱਚ ਜਾ ਕੇ ਇਸ ਕੀੜੇ ਨੂੰ ਦੇਖੋ, ਕਿਉਂਕਿ ਇਸ ਕੀੜੇ ਦੀ ਰੋਕਥਾਮ ਦੇ ਵਿੱਚ ਸਭ ਤੋਂ ਮੂਲ ਮੰਤਰ ਇਹੀ ਹੈ ਕਿ ਅਸੀਂ ਇਹਨੂੰ ਬਹੁਤ ਅਰਲੀ ਸਟੇਜ ਦੇ ਉੱਤੇ ਇਹਦੇ ਹਮਲੇ ਦੀ ਪਹਿਚਾਣ ਕਰਕੇ ਮੌਕੇ ਦੇ ਉੱਤੇ ਅਸੀਂ ਗੋਭ ਵਿੱਚ ਸਪਰੇਅ ਕਰੀਏ। ਸੋ ਸਪਰੇਅ ਕਰਨ ਲਈ ਤਿੰਨ ਦਵਾਈਆਂ ਨੇ ਜੀ, ਜਿਵੇਂ ਕਿ ਕਲੋਰੰਡਰਾ ਮਿਲੀ ਪਰੋਲ, ਜਿਹਨੂੰ ਕਿਸਾਨ ਵੀਰ ਕੋਰਾ ਜਨ ਦੇ ਨਾਮ 'ਤੇ ਜਾਣਦੇ ਨੇ, ਪਾਈਂਟੋਰਮ ਡੈਲੀਗੇਟ ਅਤੇ ਐਮਾਮੈਕਟਨ ਬੈਂਜੂਏਟ। ਇਹ ਦਵਾਈਆਂ ਮਿਕਦਾਰ ਦੇ ਵਿੱਚ ਅਸੀਂ 120 ਤੋਂ 200 ਲੀਟਰ ਪਾਣੀ ਤੱਕ ਵਰਤ ਸਕਦੇ ਹਾਂ। ਮੈਂ ਇੱਥੇ ਇੱਕ ਵਾਰੀ ਤੁਹਾਨੂੰ ਲਾਸਟ ਦੇ ਵਿੱਚ ਇਹੀ ਗੱਲ ਕਹਿਣਾ ਚਾਹਾਂਗਾ ਕਿ 200 ਲੀਟਰ ਪਾਣੀ ਵੀ ਅਸੀਂ ਵਰਤ ਸਕਦੇ ਹਾਂ, ਕਿਉਂਕਿ ਅਸੀਂ ਗੋਭ ਦੇ ਵਿੱਚ ਚੰਗੀ ਤਰ੍ਹਾਂ ਕੀਟਨਾਸ਼ਕ ਨੂੰ ਪਹੁੰਚਾਉਣਾ ਹੈ। ਅਤੇ ਦੂਜੀ ਗੱਲ ਬਹੁਤ ਜ਼ਰੂਰੀ ਹੈ ਕਿ ਜੇ ਅਸੀਂ ਚਾਰੇ ਵਾਲੀ ਫਸਲ ਵਰਤ ਰਹੇ ਹਾਂ, ਤਾਂ ਕੋਰਾਜਨ ਦੀ ਸਾਡੀ ਸਿਫਾਰਿਸ਼ ਹੈ, ਉਹਦੀ ਸਪਰੇਅ ਤੋਂ ਬਾਅਦ ਅਸੀਂ 21 ਦਿਨ ਤੱਕ ਫਸਲ ਨੂੰ ਚਾਰੇ ਲਈ ਨਹੀਂ ਵਰਤਣਾ, ਤਾਂ ਕਿ ਕੋਈ ਜਾਨਵਰਾਂ ਦਾ ਨੁਕਸਾਨ ਨਾ ਹੋ ਜਾਵੇ। ਸੋ ਇਹ ਗੱਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਜੇ ਅਸੀਂ ਇਸ ਨਵੇਂ ਕੀੜੇ ਫਾਲ ਆਰਮਿੰਦਰਮ ਨੂੰ ਰੋਕਾਂਗੇ, ਤਾਂ ਸਾਨੂੰ ਕੋਈ ਘਬਰਾਉਣ ਦੀ ਲੋੜ ਨਹੀਂ ਹੈ। ਮੇਨ ਗੱਲ ਮੁੱਕਦੀ ਇਹ ਹੈ ਕਿ ਸਾਨੂੰ ਖੇਤਾਂ ਦੇ ਵਿੱਚ ਆਪਣਾ ਚੁਕੰਨੇ ਰਹਿਣ ਦੀ ਹੈ, ਹਮਲਾ ਦਿਸਦੇ ਸਾਰ ਹੀ ਅਸੀਂ ਸਪਰੇਅ ਕਰਨੀ ਹੈ, ਅਤੇ ਸਪਰੇਅ ਕਰਨ ਦਾ ਢੰਗ ਬਹੁਤ ਜ਼ਰੂਰੀ ਹੈ। ਵਾਰ ਵਾਰ ਇਹੀ ਗੱਲ ਮੈਂ ਕਹਿ ਰਿਹਾ ਜੀ ਕਿ ਸਪਰੇਅ ਪੰਪ ਦੀ ਜਿਹੜੀ ਨੋਜ਼ਲ ਹੈ ਉਹ ਬੂਟੇ ਦੀ ਗੋਹ ਵਿੱਚ ਹੋਣੀ ਚਾਹੀਦੀ ਹੈ, ਤਾਂ ਕਿ ਅਸੀਂ ਜਿੱਥੇ ਕੀੜੇ ਨੇ ਖਾਣਾ ਪਸੰਦ ਕਰਨਾ ਹੈ ਉਸ ਚੀਜ਼ ਨੂੰ ਅਸੀਂ ਰੋਕ ਸਕੀਏ। ਸੋ ਇਹੀ ਚੀਜ਼ਾਂ ਬਾਰੇ ਮੈਂ ਤੁਹਾਨੂੰ ਕੁਛ ਨੁਕਤੇ ਦੱਸਣਾ ਚਾਹੂੰਗਾ, ਅਤੇ ਬਾਅਦ ਦੇ ਵਿੱਚ ਇਹੀ ਗੱਲ ਦੁਹਰਾਉਣਾ ਚਾਹੂੰਗਾ ਕਿ ਜਦੋਂ ਅਸੀਂ ਕੀੜੇ ਨੂੰ ਰੋਕਣਾ ਹੈ ਤਾਂ ਸਾਨੂੰ ਕੀੜੇ ਬਾਰੇ ਸਮਝਣਾ ਪਊਗਾ, ਉਹ ਕਿਵੇਂ ਖਾਂਦਾ ਹੈ, ਕਿਵੇਂ ਵੱਧਦਾ ਹੈ, ਕਿਵੇਂ ਫੁੱਲਦਾ ਹੈ, ਤਾਂ ਕਿ ਉਹਦੀ ਜਿਹਦੇ ਤੱਕ ਅਸੀਂ ਕੀੜੇ ਨੂੰ ਆਪਣੇ ਦੁਸ਼ਮਣ ਨੂੰ ਚੰਗੀ ਤਰ੍ਹਾਂ ਨਹੀਂ ਜਾਣਾਂਗੇ ਉਦੋਂ ਤੱਕ ਅਸੀਂ ਉਹਦੇ ਕੰਟਰੋਲ ਕਰਨ ਦੇ ਵਿੱਚ ਉਨੀ ਕਾਮਯਾਬੀ ਨਹੀਂ ਹਾਸਲ ਕਰ ਸਕਦੇ ਜਿੰਨਾ ਕਿ ਉਸ ਨੂੰ ਜਾਣ ਪਛਾਣ ਕਰਕੇ ਕਰ ਸਕਦੇ ਹਾਂ। ਸੋ ਧੰਨਵਾਦ ਜੀ ਕਿਸਾਨ ਦੋਸਤੋ, ਕੋਈ ਵੀ ਤੁਹਾਡਾ ਸਵਾਲ ਹੋਇਆ ਹਾਜ਼ਰ ਹੈਗੇ, ਤੁਸੀਂ ਮੇਰਾ ਫੋਨ ਨੰਬਰ ਵੀ ਨੋਟ ਕਰ ਸਕਦੇ ਹੋ, 9984401521। ਦੁਬਾਰਾ ਬੋਲ ਦਿੰਦਾ ਜੀ, 9984401521। ਕਦੋਂ ਵੀ ਤੁਸੀਂ ਆਪਣੀ ਮੁਸ਼ਕਲ ਕੀੜਿਆਂ ਸੰਬੰਧੀ ਹੋਵੇ ਤਾਂ ਆਪਾਂ ਗੱਲਬਾਤ ਕਰਨ ਨੂੰ ਤਿਆਰ। ਧੰਨਵਾਦ ਜੀ, ਬਹੁਤ ਬਹੁਤ ਥੈਂਕ ਯੂ ਡਾਕਟਰ ਜਿੰਦਲ, ਤੁਸੀਂ ਬਹੁਤ ਹੀ ਵਧੀਆ ਦੱਸਿਆ। ਮੈਂ ਕਿਸਾਨ ਵੀਰਾਂ ਨੂੰ ਬੇਨਤੀ ਕਰਦਾ, ਕਿਉਂਕਿ ਮੈਂ ਜਿਹੜੇ ਵੀ ਖੇਤ ਜਦੋਂ ਵੀ ਗਿਆ ਤਾਂ ਮੈਂ ਆਲਮੀ ਵਾਲ ਨੂੰ ਦੇਖਿਆ, ਬੜੀ ਖੁਸ਼ੀ ਹੈ ਤੁਸੀਂ ਬਹੁਤ ਅੱਛੇ ਤਰੀਕੇ ਨਾਲ ਦੱਸਿਆ। ਟੈਕਨੋਲੋਜੀ ਵੀ ਬੜੀ ਆਪਾਂ ਨੂੰ ਸਿੱਖਣੀ ਚਾਹੀਦੀ ਵੀ ਸਪਰੇਅ ਜਿਹੜੀ ਹੈ ਉਹ ਵੇਸਟ ਨਾ ਹੋਵੇ, 30-40% ਦਵਾਈ ਵੇਸਟ ਹੁੰਦੀ ਹੈ, ਤੇ ਬਹੁਤ ਵਧੀਆ ਤੁਹਾਡੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ, ਥੈਂਕ ਯੂ, ਮੈਂ ਧੰਨਵਾਦ ਕਰਦਾ ਤੁਹਾਡਾ। ਹੁਣ ਮੈਂ ਗੁਰਪ੍ਰੀਤ ਭੱਠਲ ਜੀ ਨੇ ਜਿਹੜੇ ਸਾਡੇ PAU ਅਲਮੋਨੀ ਹੈ, ਮੈਂ ਉਹਨਾਂ ਦੇ ਬਾਰੇ ਜਾਣਕਾਰੀ ਦੇ ਦਿੰਦਾ ਥੋੜ੍ਹੀ ਜਿਹੀ ਵੀ ਉਹ ਭੱਠਲ ਸਾਹਿਬ ਦੇ ਬਾਰੇ। ਭੱਠਲ ਸਾਹਿਬ ਜਿਹੜੇ ਨੇ ਉਹ ਡਾਇਰੈਕਟਰ ਨੇ ਸੇਲ ਸੀਡ ਤੇ ਸਾਊਥ ਏਸ਼ੀਆ ਦੇ ਕੁਟੀਵਾ ਐਗਰੋ ਐਗਰੀ ਸਾਇੰਸ ਦੇ, ਤੇ ਜਿਹੜੀ ਨਵੀਂ ਬਣੀ ਹੈ ਤੇ ਉਹਦੇ ਜਿਹੜੀ ਡਾਓ ਤੇ ਡੂ ਪੁਆਇੰਟ ਨਾਲ ਇਕੱਠੇ ਹੋ ਕੇ ਆ, 12 ਸਾਲ ਦਾ ਐਕਸਪੀਰੀਅੰਸ ਹੈ ਤੇ ਡੂ ਪੁਆਇੰਟ ਦੇ ਨਾਲ ਡਾਓ ਇਹ ਕੰਪਨੀਆਂ ਜਿਹੜੀਆਂ ਇਕੱਠੀਆਂ ਹੋਈਆਂ, ਫਾਸਟ ਸਾਊਥ ਏਸ਼ੀਆ ਦੇ ਨੇ ਤੇ ਪਿਛਲੇ 3 ਸਾਲਾਂ ਤੋਂ ਬਹੁਤ ਵਧੀਆ ਕੰਮ ਕਰ ਰਹੇ, 20 ਸਾਲਾਂ ਦਾ ਐਕਸਪੀਰੀਅੰਸ ਹੈ। ਮਲਿਕ ਸਾਹਿਬ ਕਨਫਰਮ ਕਰੇਗਾ ਤੁਹਾਨੂੰ, ਮੇਰੀ ਸਕਰੀਨ ਦੇਖ ਰਹੀ ਹੈ? ਨਹੀਂ ਸਰ, ਹਾਲੇ ਸਕਰੀਨ ਹੋ ਨਹੀਂ ਰਹੀ ਸਰ, ਬਲੈਂਕ ਦਿਖ ਰਹੀ ਹੈ ਸਰ। ਹਾਂ ਬਲੈਂਕ ਦਿਖ ਰਹੀ ਹੈ। ਪ੍ਰੋਗਰਾਮ ਹੈ
ਹਾਂਜੀ ਠੀਕ ਹੈ ਸਰ, ਇਸ ਵੀਕ ਥੈਂਕ ਯੂ ਓਕੇ ਥੈਂਕ ਯੂ ਪਟਲ ਸਰ ਪਲੀਜ਼ ਸਰ ਮਲਿਕ ਸਾਹਿਬ ਤੁਹਾਡਾ ਬਹੁਤ ਬਹੁਤ ਜਿੰਨੇ ਵੀ ਕਿਸਾਨ ਭਰਾ ਇਸ ਸੈਮੀਨਾਰ ਚ ਜੁੜੇ ਨੇ ਮੈਂ ਉਹਨਾਂ ਨੂੰ ਸਾਰਿਆਂ ਨੂੰ ਜੀ ਆਇਆਂ ਆਖਦਾ। ਮੈਨੂੰ ਜਦੋਂ ਆਈਡੀਆ ਸੀਗਾ ਕਿ ਮੇਰੇ ਕੋਲ ਸਿਰਫ 10 ਮਿੰਟ ਦਾ ਟਾਈਮ ਹੈ ਤੇ ਮੈਂ ਆਪਣੀ ਜਿਹੜੀ ਤਿਆਰੀ ਵੀ 10 ਮਿੰਟ ਦੀ ਕੀਤੀ ਹੈ ਤੇ ਚਾਵਲਾ ਸਾਹਿਬ ਨੇ ਹੋਰ ਵੀ ਮੇਰਾ ਜਿਹੜਾ ਮਦਦ ਕਰਤੀ ਹੈ ਕਿ ਉਹਨਾਂ ਨੇ ਇੰਨਾ ਡਿਟੇਲ ਨਾਲ ਦੱਸਿਆ ਜ਼ਿਮੀਂਦਾਰਾਂ ਨੂੰ ਮੱਕੀ ਦੀ ਕੀ ਅਪੋਰਚੁਨਿਟੀ ਹੈ ਅਤੇ ਉਹਦੇ 'ਚ ਕੀ ਚੈਲੇਂਜਸ ਨੇ ਅਤੇ ਕੀ ਅਸੀਂ ਜਿਹੜੇ ਹੈਗੇ ਆ ਜਾਂ ਤਾਂ ਗਵਰਨਮੈਂਟ ਤੋਂ ਜਾਂ ਜਿੰਨੀਆਂ ਹੋਰ ਸੰਸਥਾਵਾਂ ਨੇ ਉਹਨਾਂ ਤੋਂ ਅਸੀਂ ਕੀ ਮਦਦ ਮੰਗ ਸਕਦੇ ਹਾਂ ਸੋ ਦੈਟ ਜਿਹੜਾ ਪੰਜਾਬ ਦਾ ਜਿਹੜਾ ਜ਼ਿਮੀਂਦਾਰ ਅੱਜ ਇੱਕ ਬਦਲ ਲੱਭ ਰਿਹਾ ਝੋਨੇ ਦਾ ਅਤੇ ਉਹ ਉਹ ਇੱਕ ਇੱਕ ਵਧੀਆ ਜਿਹੜਾ ਉਹਨਾਂ ਨੂੰ ਬਦਲ ਦੇ ਸਕਣ। ਅਤੇ ਮੈਂ ਜਿਹੜੀ ਆਪਣੀ ਗੱਲ ਟਰਾਈ ਕਰੂੰਗਾ ਕਿ ਅਗਲੇ 10 ਮਿੰਟ 'ਚ ਜਿਹੜੀ ਕਿ ਮੈਂ ਖਤਮ ਕਰਾਂ। ਅਤੇ ਪਹਿਲਾ ਸੀਗਾ ਚਾਵਲਾ ਜੀ ਨੇ ਵੀ ਗੱਲ ਕੀਤੀ ਹੈ ਕਿ ਔਰ ਉਹਨਾਂ ਨੇ ਬੜੀ ਡਿਟੇਲ ਨਾਲ ਗੱਲ ਕੀਤੀ ਕਿ ਕਿਉਂ ਜ਼ਰੂਰਤ ਹੈ ਅੱਜ ਜਿਹੜਾ ਹੈਗਾ ਪੰਜਾਬ 'ਚ ਜਿਹੜਾ ਜ਼ਿਮੀਂਦਾਰ ਹੈ ਉਹਨੂੰ ਝੋਨੇ ਤੋਂ ਬਦਲਣਾ ਚਾਹੀਦਾ ਕਿਉਂਕਿ ਇਹ ਕਾਫ਼ੀ ਜਿਹੜਾ ਸੈਂਸਿਟਿਵ ਮਸਲਾ ਹੈਗਾ ਐਮ ਐਸ ਪੀ ਦਾ ਅਤੇ ਮੈਂ ਉਹ ਪੋਲੀਟੀਕਲ ਲਾਈਨਸ ਕ੍ਰੋਸ ਨਹੀਂ ਕਰਨਾ ਚਾਹੁੰਦਾ ਬਟ ਇਹ ਬਹੁਤ ਹੀ ਜ਼ਰੂਰੀ ਹੈ ਵਿਦ ਫੈਕਟ ਜੋ ਕਿ ਪਿਛਲੇ 15-20 ਸਾਲ ਤੋਂ ਲਗਾਤਾਰ ਜਿਹੜੇ ਸਾਡੇ ਸਾਇੰਟਿਸਟ ਨੇ ਪੀ ਏ ਤੋਂ ਜਾਂ ਹੋਰ ਵੀ ਇੰਟਲੈਕਚੁਅਲ ਨੇ ਜਿਹੜੇ ਪੰਜਾਬ ਦੇ ਜਿਵੇਂ ਬਹੁਤ ਕਮੇਟੀਜ਼ ਬਣੀਆਂ ਨੇ ਜਿਨ੍ਹਾਂ ਨੇ ਇਹ ਦੱਸਿਆ ਕਿ ਜੇ ਅਸੀਂ ਪੰਜਾਬ 'ਚ ਬਦਲਾਅ ਨਹੀਂ ਲੈ ਕੇ ਆਵਾਂਗੇ ਤਾਂ ਜਿਹੜੀ ਅੱਜ ਅਸੀਂ ਖੇਤੀ ਦੇਖ ਰਹੇ ਹਾਂ ਵੰਨ ਸੁਵੰਨਤਾ ਜਿਹੜੀ ਦੇਖ ਰਹੇ ਹਾਂ ਉਹ ਸ਼ਾਇਦ ਅਗਲੇ ਆਉਣ ਵਾਲੇ ਸਾਲਾਂ 'ਚ ਜਿਹੜੀਆਂ ਅਗਲੀਆਂ ਪੀੜ੍ਹੀਆਂ ਉਹ ਨਾ ਦੇਖ ਸਕਣ। ਅਤੇ ਜਦੋਂ ਅਸੀਂ ਮੱਕੀ ਦੀ ਜਦੋਂ ਗੱਲ ਕੀਤੀ ਆ ਅਸੀਂ ਇਹ ਸੀਗਾ ਵੀ ਅਸੀਂ ਸੈਸ਼ਨ ਆਉਣਾ ਹੈ ਅਤੇ ਜਿਹੜੀ ਸਾਡੀ ਟੀਮ ਹੈਗੀ ਹੈ ਕੋਟੇਵਾ ਐਗਰੋ ਸਾਇੰਸ ਜਿਹੜਾ ਕਿ ਸਾਡਾ ਬ੍ਰਾਂਡ ਨੇਮ ਪਾਇਨੀਅਰ ਸੀਡ ਹੈ ਅਤੇ ਅਸੀਂ ਇੱਕ ਜਿੰਨੇ ਵੀ ਸਾਡੇ ਨਾਲ ਜ਼ਿਮੀਂਦਾਰ ਜੁੜੇ ਹੋਏ ਸੀਗੇ ਅਤੇ ਅਸੀਂ ਉਹਨਾਂ ਤੋਂ ਕੁਛ ਸਵਾਲ ਪੁੱਛੇ ਕਿ ਤੁਹਾਡਾ ਮੱਕੀ 'ਚ ਕੀ ਚੈਲੇਂਜਸ ਆ ਰਹੇ ਨੇ। ਅਤੇ ਇਹ ਕੋਈ ਚੈਲੇਂਜ ਵੱਖਰੇ ਨਹੀਂ ਜਿਹੜੇ ਚਾਵਲਾ ਜੀ ਨੇ ਆਪਣੀ ਜਿਹੜੀ ਪ੍ਰੈਜੈਂਟੇਸ਼ਨ 'ਚ ਦੱਸੇ ਨੇ ਬਟ ਉਹੀ ਮੈਂ ਜਿਹੜੇ ਉਹਨਾਂ ਨੇ ਸਾਨੂੰ ਦੱਸਣ ਦੀ ਕੋਸ਼ਿਸ਼ ਕੀਤੀ ਹੈਗੀ ਹੈ। ਅਤੇ ਦੂਜਾ ਅਸੀਂ ਜਿਹੜੇ ਪਿਛਲੇ ਕੁਛ ਸਾਲਾਂ ਤੋਂ ਕੁਝ ਪੀ ਏ ਯੂ ਦੇ ਜਿਹੜੇ ਸਟੂਡੈਂਟਸ ਨੇ ਜਾਂ ਇੰਡੀਪੈਂਡੈਂਟ ਜਿਹੜੇ ਅਦਾਰੇ ਹੈਗੇ ਆ ਉਹਨਾਂ ਨੇ ਕੁਝ ਰਿਸਰਚ ਕੀਤੀ ਹੈ ਅਤੇ ਉਹਨਾਂ ਦਾ ਵੀ ਜਿਹੜਾ ਅਸੀਂ ਉਹਨਾਂ ਨੂੰ ਰੈਫਰ ਕੀਤਾ ਅਤੇ ਆਹ ਜਿਹੜਾ ਮੈਂ ਸਾਹਮਣੇ ਚਾਰਟ ਹੈਗਾ ਉਹਦੇ ਜਦੋਂ ਜ਼ਿਮੀਂਦਾਰਾਂ ਨੂੰ ਪੁੱਛਦੇ ਵੀ ਜੇ ਤੁਸੀਂ ਸਿਲਸਿਲੇਵਾਰ ਦੱਸੋ ਕਿ ਸਰ ਤੁਹਾਨੂੰ ਸਭ ਤੋਂ ਵੱਧ ਜਿਹੜੀ ਵੱਡੀ ਮੁਸ਼ਕਲ ਕੀ ਹੈ ਅਤੇ ਸਭ ਤੋਂ ਘੱਟ ਮੁਸ਼ਕਲ ਹੈ ਜੇ ਉਹਨੂੰ ਅਸੀਂ ਰੈਂਕਿੰਗ ਕਰਦੇ ਹਾਂ ਅਤੇ ਜਿਹੜਾ ਸਭ ਤੋਂ ਵੱਡਾ ਮਸਲਾ ਜਿਹੜਾ ਅੱਜ ਜ਼ਿਮੀਂਦਾਰ ਨੇ ਦੱਸ ਰਿਹਾ ਕਿ ਉਹ ਮੱਕੀ ਵੱਲ ਕਿਉਂ ਨਹੀਂ ਜਾ ਰਿਹਾ ਅਤੇ ਉਹ ਮੈਂ ਫਿਰ ਉਹੀ ਗੱਲ ਰਿਪੀਟ ਗੱਲ ਹੈ ਕਿਉਂਕਿ ਜਿਹੜਾ ਸਹੀ ਮੰਡੀ 'ਚ ਮੁੱਲ ਨਹੀਂ ਮਿਲਣਾ ਇਹ ਜ਼ਿਮੀਂਦਾਰਾਂ ਦਾ ਕਿ ਇਹ ਸਭ ਤੋਂ ਵੱਡਾ ਕਾਰਨ ਹੈ ਕਿ ਉਹ ਝੋਨੇ ਤੋਂ ਮੱਕੀ ਵੱਲ ਨਹੀਂ ਜਾ ਰਹੇ। ਅਤੇ ਜਦੋਂ ਦੂਜੀ ਗੱਲ ਆਉਂਦੀ ਹੈਗੀ ਆ ਉਹ ਆਉਂਦੀ ਹੈ ਜਿਹੜਾ ਦੂਜੀ ਜਾਂ ਤੀਜੇ ਮੈਂ ਜੇ ਉਹਨਾਂ ਨੂੰ ਗੱਲ ਨੂੰ ਇਕੱਠੀ ਕਰਦਾ ਇੱਕ ਤਾਂ ਜਿਵੇਂ ਜਿੰਦਲ ਸਾਹਿਬ ਨੇ ਵੀ ਕਿਹਾ ਕਿ ਨਵੇਂ ਨਵੇਂ ਕੀੜੇ ਆ ਰਹੇ ਨਵੇਂ ਨਵੇਂ ਜਿਵੇਂ ਬਿਮਾਰੀਆਂ ਆ ਰਹੀਆਂ ਨੇ ਉਹ ਜਿਹੜਾ ਜ਼ਿਮੀਂਦਾਰਾਂ ਨੂੰ ਜਿਹੜੇ ਖਾਸ ਕਰ ਜਿਹੜੇ ਨਵੀਂ ਖੇਤੀ ਸ਼ੁਰੂ ਕਰਦੇ ਨੇ ਮੱਕੀ ਦੇ ਉਹਨਾਂ ਨੂੰ ਕੋਈ ਹੈਂਡ ਹੋਲਡ ਕਰਨ ਵਾਲਾ ਨਹੀਂ ਹੈਗਾ ਹਾਲਾਂਕਿ ਪੀ ਏ ਯੂ ਵੱਲੋਂ ਬਹੁਤ ਹੀ ਉਪਰਾਲੇ ਕੀਤੇ ਜਾ ਰਹੇ ਨੇ ਜਾਂ ਉਹਨਾਂ ਵੱਲੋਂ ਵੱਖਰੇ ਵੱਖਰੇ ਮੇਲੇ ਲਾ ਕੇ ਜ਼ਿਮੀਂਦਾਰਾਂ ਨੂੰ ਜਿਹੜਾ ਹੈਗਾ ਸਮਝਾਇਆ ਜਾ ਰਿਹਾ ਬਟ ਸਟਿਲ ਜਿਵੇਂ ਕਹਿੰਦੇ ਹਰ ਇੱਕ ਲਿਮਿਟੇਸ਼ਨ ਹੁੰਦੀ ਹੈ ਹਰ ਅਦਾਰੇ ਦੀ ਹਰ ਜ਼ਿਮੀਂਦਾਰ ਨਹੀਂ ਜਾ ਸਕਦਾ। ਅਤੇ ਤੀਜੀ ਜਿਹੜੀ ਕਿ ਕਿਉਂਕਿ ਮੇਰਾ ਮੈਂ ਜੰਮਿਆ ਉਸ ਏਰੀਆ 'ਚ ਜਿੱਥੇ ਮੱਕੀ ਜਿਹੜਾ ਸਾਡਾ ਪੁਸ਼ਤੈਨੀ ਕੀਤਾ ਮਤਲਬ ਇਹ ਰੋਪੜ ਹੁਸ਼ਿਆਰਪੁਰ ਜਿਹੜਾ ਹੈਗਾ ਕਿ ਸਾਨੂੰ ਪਤਾ ਜਿਹੜੀ ਮੱਕੀ ਹੈ ਉਹ ਇੱਕ ਲੇਬਰ ਓਰੀਐਂਟਡ ਕ੍ਰੋਪ ਹੈਗੀ ਹੈ ਮਤਲਬ ਕਈ ਵਾਰ ਇਹ ਜਿਹੜੇ ਜ਼ਿਮੀਂਦਾਰ ਖੇਤੀ ਨਹੀਂ ਕਰਦਾ ਉਹਦੇ ਲਈ ਲੱਗਦਾ ਵੀ ਝੋਨੇ 'ਚ ਜ਼ਿਆਦਾ ਲੇਬਰ ਲੱਗਦੀ ਲਾਉਣ ਨੂੰ ਬਟ ਇਹ ਮੱਕੀ ਵੀ ਜਿਹੜੀ ਹੈਗੀ ਲੇਬਰ ਓਰੀਐਂਟਡ ਕ੍ਰੋਪ ਹੈਗੀ ਹੈ ਜਿਹਦੇ 'ਤੇ ਤੁਸੀਂ ਮੈਕਨਾਈਜੇਸ਼ਨ ਪਲਾਂਟਿੰਗ ਸੌਖੀ ਹੈ ਬਟ ਉਹਨੂੰ ਵੱਢ ਕੇ ਉਹਨੂੰ ਸੁਕਾ ਕੇ ਮੰਡੀ 'ਚ ਲੈ ਕੇ ਜਾਣਾ ਮੈਨੂੰ ਲੱਗਦਾ ਕਿ ਬਹੁਤ ਔਖਾ ਕੰਮ ਹੈ ਮਤਲਬ ਬਹੁਤ ਹੀ ਇਹਨੂੰ ਲੇਬਰ ਚਾਹੀਦੀ ਹੈ ਠੀਕ ਹੈ ਰੋਜ਼ ਮਿਲੀ ਜਿਵੇਂ ਕਹਿੰਦੇ ਵੀ ਮੱਕੀ ਸੁੱਕੇ ਪਾਉਣੀ ਅਤੇ ਫਿਰ ਇਕੱਠੀ ਕਰਨੀ ਅਤੇ ਇਹ ਜਿਹੜੀਆਂ ਦੋ ਤਿੰਨ ਜਿਹੜੀਆਂ ਚੀਜ਼ਾਂ ਹੈਗੀਆਂ ਨੇ
ਤੇ ਜਿਵੇਂ ਇਨਸੈਕਟ ਪੈਸਟ ਹੈ, ਵੀਡਸ, ਡਾਕਟਰ ਚਾਵਲਾ ਜੀ ਨੇ ਵੀ ਜ਼ਿਕਰ ਕੀਤਾ ਇਹਨਾਂ ਦਾ, ਤੇ ਇਹ ਜੇ ਅਸੀਂ ਸਾਰੀਆਂ ਜਿਹੜੀਆਂ ਹੈਗੀਆਂ ਤਿੰਨ ਚਾਰ ਚੀਜ਼ਾਂ, ਅਤੇ ਜਿਹੜਾ ਲਾਸਟ ਹੈਗਾ ਜੇ ਲੋਕਲ ਜਿਹੜੇ ਪ੍ਰੋਸੈਸਿੰਗ ਯੂਨਿਟ ਜਿਹੜੇ ਨਾ ਹੋਣ ਕਰਕੇ, ਇਹ ਜਿਹੜੇ ਜ਼ਿੰਮੇਵਾਰਾਂ ਲੱਗਦਾ ਵੀ ਇਹ ਸਭ ਤੋਂ ਵੱਡੇ ਇਹ ਚੈਲੇਂਜਸ ਨੇ। ਇਹ ਜਿਹੜੇ ਜੇ ਚੈਲੇਂਜਸ ਹੈਗੇ, ਜੇ ਸਾਰੇ ਅਦਾਰੇ ਇਕੱਠੇ ਹੋ ਕੇ ਜੇ ਆਪਾਂ ਇਹਨਾਂ ਨੂੰ ਐਡਰੈਸ ਕਰ ਲੈਂਦੇ ਹਾਂ, ਔਰ ਜਿਹੜਾ ਸਭ ਤੋਂ ਮੈਂ ਨੰਬਰ ਇੱਕ ਦੇ ਗੱਲ ਕੀਤੀ ਹੈ ਕਿ ਜੇ ਮੱਕੀ ਦਾ ਜਿਹੜੀ ਪੈਦਾ ਹੋਈ ਹੈ ਉਹਦਾ ਸਹੀ ਮੁੱਲ ਮਿਲ ਜਾਂਦਾ ਜ਼ਿੰਮੇਦਾਰ ਨੂੰ, ਕਿਉਂਕਿ ਅੱਜ ਦੀ ਡੇਟ 'ਚ ਜਿਹੜਾ ਕੰਪੈਰੀਜ਼ਨ ਹੈਗਾ ਉਹ ਸਿਰਫ ਝੋਨੇ ਦੇ ਨਾਲ ਹੋ ਰਿਹਾ। ਇਹ ਤੋਂ ਇਲਾਵਾ ਕੋਈ ਮੈਨੂੰ ਨਹੀਂ ਲੱਗਦਾ ਕਿ ਪੰਜਾਬ 'ਚ ਕੋਈ ਇੱਦਾਂ ਦੀ ਫਸਲ ਹੈ ਜਿਹਦੇ ਨਾਲ ਕੋਈ ਜ਼ਿੰਮੇਦਾਰ ਜਿਹੜਾ ਹੈਗਾ ਮੱਕੀ ਦਾ ਮੁਕਾਬਲਾ ਕਰਦਾ। ਅਤੇ ਮੈਨੂੰ ਲੱਗਦਾ ਸੀ ਜੇ ਇਹ ਚੈਲੇਂਜ ਜਿਹੜਾ ਅਸੀਂ ਇਕੱਠੇ ਹੋ ਕੇ ਐਡਰੈਸ ਕਰ ਲੈਂਦੇ ਹਾਂ, ਪ੍ਰਾਈਵੇਟ ਅਦਾਰੇ ਆ ਚਾਹੇ ਉਹ ਸਰਕਾਰੀ ਅਦਾਰੇ ਨੇ, ਇੱਕ ਬਹੁਤ ਵੱਡਾ ਜਿਹੜਾ ਜ਼ਿੰਮੇਦਾਰ ਦਾ ਇੱਕ ਸਿਰਦਰਦ ਜਿਹੜੀ ਆਪਾਂ ਉਹਦਾ ਇੱਕ ਹੱਲ ਆਪਾਂ ਲੱਭ ਸਕਦੇ। ਦੂਜਾ ਇਹ ਮੈਂ ਦੁਬਾਰਾ ਰਿਪੀਟ ਹੀ ਕਰਾਂਗਾ, ਜਿਹੜਾ ਮੇਰਾ ਦੂਜੀ ਸਲਾਈਡ ਹੈ, ਮੈਂ ਜਿਵੇਂ ਚਾਵਲਾ ਜੀ ਨੇ ਕਿਹਾ ਸੀਗਾ ਕਿ ਮੱਕੀ ਦਾ ਜਿਹੜਾ ਹੈਗਾ ਜਿਹੜੀ ਖਪਤ ਹੈ ਉਹਦੇ ਬੜੇ ਅੱਜ ਕੱਲ੍ਹ ਮੌਕੇ ਨੇ, ਅਤੇ ਜਿਵੇਂ ਸਭ ਤੋਂ ਵੱਡਾ ਜਿਹੜਾ ਉਹਦੀ ਮੌਕਾ ਹੈਗਾ ਉਹ ਤਾਂ ਪੋਲਟਰੀ ਅਤੇ ਜਿਹੜੀ ਕੈਟਲ ਫੀਡ ਇੰਡਸਟਰੀ ਹੈਗੀ ਇੰਡੀਆ 'ਚ, ਨੰਬਰ ਦੋ 'ਤੇ ਸਟਾਰਚ ਇੰਡਸਟਰੀ ਹੈਗੀ ਹੈ, ਨੰਬਰ 3 'ਤੇ ਜਿਹੜੀ ਹੈਗੀ ਹੈ ਐਥਨੋਲ ਇੰਡਸਟਰੀ ਹੈ, ਚੌਥੇ ਨੰਬਰ 'ਤੇ ਇੱਕ ਬਹੁਤ ਹੀ ਇੰਪੋਰਟੈਂਟ ਜਿਹੜਾ ਹੈਗਾ ਜਿਹਦੇ 'ਤੇ ਮੈਨਾਂ ਤੋਂ ਜਿੰਦਲ ਸਾਹਿਬ ਨੇ ਜ਼ਿਕਰ ਕੀਤਾ ਸੀਗਾ, ਇੱਕ ਸਾਇਲੇਜ ਇੰਡਸਟਰੀ ਜਿਹੜੀ ਹੈਗੀ ਹੈ ਇੱਕ ਪਣਪਰੀ ਹੈਗੀ ਪੰਜਾਬ 'ਚ, ਉਹਦੇ ਬਾਰੇ ਅਸੀਂ ਗੱਲ ਕਰਾਂਗੇ। ਇੱਕ ਮੈਂ ਥੋੜ੍ਹੀ ਜਿੰਨੀ ਕੁ ਮੇਰੀ ਜਾਣਕਾਰੀ ਹੈ, ਮਤਲਬ 20 ਸਾਲ ਹੋ ਗਏ ਮੈਨੂੰ ਸੀਡ ਇੰਡਸਟਰੀ 'ਚ ਕੰਮ ਕਰਦੇ ਨੇ, ਜਦ ਮੈਂ ਪੂਰਾ ਹਿੰਦੁਸਤਾਨ ਦੇਖਦੇ ਉਹਨੂੰ, ਇੱਕ ਅਜੇ ਤੱਕ ਜਿਹੜਾ ਹੈਗਾ, ਮੈਂ ਉਹਦਾ ਇਹ ਨਹੀਂ ਕਹਿੰਦਾ ਵੀ ਕਦੋਂ ਤੱਕ ਉਹਦੀ ਸਾਡੇ ਕੋਲ ਮੌਕਾ ਹੈਗਾ, ਕਿਉਂਕਿ ਅਜੇ ਵੀ ਜਿਹੜੀ ਹਿੰਦੁਸਤਾਨ 'ਚ ਜਿਹੜੀ ਮੱਕੀ ਪੈਦਾ ਕੀਤੀ ਜਾਂਦੀ ਹੈ ਇਹ ਨੌਨ GM ਹੈ। ਜਿਹੜੀ ਗਲੋਬਲ ਜਿਹੜਾ ਸਭ ਤੋਂ ਵੱਧ ਮੱਕੀ, ਚਾਹੇ ਉਹ ਨੌਰਥ ਅਮੈਰੀਕਾ 'ਚ ਜਾਂ ਬ੍ਰਾਜ਼ੀਲ ਜਾਂ ਅਰਜਨਟੀਨਾ ਜਿਹੜਾ ਹੈਗਾ, ਸਭ ਤੋਂ ਵੱਡਾ ਜਿਹੜੇ ਮੁਲਕ ਹੈ ਕਿ ਜਿੱਥੇ ਮੱਕੀ ਪੈਦਾ ਹੁੰਦੀ ਹੈ, ਉੱਥੇ ਜਿਹੜੀ ਮੱਕੀ ਹੈ ਉਹ GM ਮੱਕੀ ਹੈਗੀ ਹੈ, ਜਿਹਨੂੰ ਜੈਨੇਟਿਕ ਮੋਡੀਫਾਈਡ ਮੱਕੀ ਹੈ, ਉਹਦਾ ਜਿਹੜਾ ਇੰਪੋਰਟ ਜਿਹੜਾ ਹੈਗਾ ਹਿੰਦੁਸਤਾਨ 'ਚ ਕਾਫੀ ਮੁਸ਼ਕਲ ਹੈ। ਇਸ ਕਰਕੇ ਜੇ ਨਿੱਗਰ ਡਿਮਾਂਡ ਰਹਿੰਦੀ ਹੈਗੀ ਹੈ ਹਿੰਦੁਸਤਾਨ 'ਚ, ਤਾਂ ਮੈਨੂੰ ਲੱਗਦਾ ਵੀ ਜਿਹੜੀ ਸਾਡੇ ਇੱਥੇ ਮੱਕੀ ਪੈਦਾ ਹੋ ਰਹੀ ਹੈ ਉਹਨੂੰ ਵੀ ਸਹੀ ਮੁੱਲ ਮਿਲ ਸਕਦਾ। ਬਹੁਤ ਜ਼ਿੰਮੀਦਾਰ ਭਰਾਵਾਂ ਨੂੰ ਯਾਦ ਹੋਊਗਾ ਕਿ ਪਿਛਲੇ ਸਾਲ ਜਿਹੜਾ ਹੈਗਾ ਮੰਡੀ 'ਚ ਜਿਹੜੀ ਓਪਨ ਮਾਰਕੀਟ ਜਿਹੜੀ ਮੱਕੀ ਵਿਕੀ ਹੈਗੀ ਹੈ ਉਹਦਾ ਰੇਟ 2000 ਕੁਇੰਟਲ ਤੱਕ ਰਿਹਾ ਹੈ। ਅਤੇ ਇਸ ਕਰਕੇ ਜਿਹੜਾ ਹੈਗਾ ਜਿਹੜਾ ਲੋਕਲ ਪੋਲਟਰੀ ਸਟਾਰਚ ਇੰਡਸਟਰੀ ਐਥਨੋਲ ਇੰਡਸਟਰੀ 'ਤੇ ਜਿੰਨਾ ਕੁ ਮੇਰੀ ਜਾਣਕਾਰੀ ਹੈਗੀ ਹੈ, ਪੰਜਾਬ ਗਵਰਨਮੈਂਟ ਵੱਲੋਂ ਵੀ ਉਪਰਾਲੇ ਕੀਤੇ ਗਏ ਹੈ ਐਥਨੋਲ ਇੰਡਸਟਰੀ ਨੂੰ ਪ੍ਰਮੋਟ ਕਰਨ ਲਈ। ਦੂਜਾ ਮੈਂ ਇਹ ਵੀ ਜਸਟ ਪਿਛਲੇ ਦਿਨ ਹੀ ਪੜ੍ਹਿਆ ਕਿ ਉਹ ਜਿਵੇਂ ਕਹਿ ਸਕਦੇ ਹਾਂ ਵੀ ਇੱਕ ਫੂਡ ਪਾਰਕ ਖੋਲ੍ਹ ਰਹੇ ਨੇ ਜਿੱਥੇ ਕਿ ਜਿਹੜਾ ਸਟਾਰਚ ਇੰਡਸਟਰੀ ਹੈ ਉਹਨੂੰ ਵੀ ਕਿੱਦਾਂ ਪ੍ਰਫੁੱਲਿਤ ਕਰਨਾ ਹੈਗਾ ਉਹਦੇ ਬਾਰੇ ਵੀ ਕੰਮ ਕਰ ਰਹੇ ਹਾਂ। ਅਤੇ ਮੈਂ ਇਹ ਪੂਰਾ ਜਿਹੜਾ ਹੈਗਾ ਕਵਰ ਨਹੀਂ ਕਰਾਂਗਾ, ਬਟ ਜੋ ਮੇਰੀ ਸਮਝ ਦੇ ਹਿਸਾਬ ਨਾਲ ਜਿਹੜਾ ਮੈਨੂੰ ਲੱਗਦਾ ਕਿ ਪੰਜਾਬ 'ਚ ਅਸੀਂ ਦੋ ਚੀਜ਼ਾਂ 'ਤੇ ਜਿਹੜਾ ਹੈਗਾ ਅਸੀਂ ਫੋਕਸ ਕਰ ਸਕਦੇ ਹਾਂ ਅਗਲੇ ਆਉਣ ਵਾਲੇ ਸਾਲਾਂ 'ਚ, ਤਾਂ ਅਸੀਂ ਮੱਕੀ ਨੂੰ ਜਿਹੜਾ ਹੈਗਾ ਅਸੀਂ ਵਧਾ ਸਕਦੇ ਹਾਂ। ਉਹਦੇ 'ਚ ਜਿਹੜਾ ਇੱਕ ਪਹਿਲਾਂ ਤਾਂ ਮੈਨੂੰ ਇਹ ਲੱਗਦਾ ਵੀ ਜਿਹੜੇ ਪੰਜਾਬ ਦੇ ਉਹ ਹਿੱਸੇ ਜਿੱਥੇ ਪਹਿਲਾਂ ਮੱਕੀ ਲੱਗਦੀ ਆਈ ਹੈ ਉਹਨਾਂ 'ਚ ਇੱਕ ਤਾਂ ਜ਼ਿਲ੍ਹਾ ਹੁਸ਼ਿਆਰਪੁਰ ਹੈ, ਅਤੇ ਜੇ ਮੈਂ ਪੁਰਾਣਾ ਜ਼ਿਲ੍ਹਾ ਰੋਪੜ ਕਹਿੰਦਾ ਉਹਦੇ 'ਚ ਹੁਣ ਅੱਜ ਕੱਲ੍ਹ ਜਿਵੇਂ ਜ਼ਿਲ੍ਹਾ ਮੋਹਾਲੀ ਵੀ ਬਣ ਗਿਆ, ਅਤੇ ਜਿਹੜਾ ਪੁਰਾਣਾ ਜ਼ਿਲ੍ਹਾ ਜਲੰਧਰ ਜਾਂ ਹੁਸ਼ਿਆਰਪੁਰ ਤਾਂ ਸੀਗਾ ਮਮਸ਼ਹਿਰ ਲੱਗ ਗਿਆ ਹੈਗਾ, ਉਹ ਇੱਕ ਏਰੀਆ ਹੈ ਵੀ ਜੇ ਅਸੀਂ ਉਹ ਲੋਕ ਪਹਿਲਾਂ ਵੀ ਮੱਕੀ ਲਾਉਂਦੇ ਰਹੇ ਅਤੇ ਉਹ ਲੋਕ ਮੱਕੀ ਤੋਂ ਫੈਮਿਲੀਅਰ ਹੈਗੇ ਆ, ਜੇ ਅਸੀਂ ਉਹਨਾਂ ਨੂੰ ਵਧੀਆ ਮੱਕੀ ਦੇ ਬੀਜ, ਕਿਉਂਕਿ ਇੱਕ ਬਹੁਤ ਹੀ ਹਾਰਡ ਫੈਕਟ ਹੈਗਾ ਚਾਵਲਾ ਜੀ ਨੂੰ ਪਤਾ ਹੋਊਗਾ, ਜਿੰਨੀਆਂ ਵੀ ਮੈਂ ਕੰਪਨੀ ਜਾਣਦਾ ਪ੍ਰਾਈਵੇਟ, ਕਿਉਂਕਿ ਅੱਜ ਦੀ ਡੇਟ 'ਚ ਜਿੰਨੀਆਂ ਵੀ ਹੈ ਜਿੰਨਾ ਵੀ ਬੀਜ ਜਿਹੜਾ ਹੋ ਰਿਹਾ ਉਹ ਪ੍ਰਾਈਵੇਟ ਕੰਪਨੀਆਂ ਤੋਂ ਹੀ ਸਪਲਾਈ ਹੋ ਰਿਹਾ, ਬਟ ਮੇਰੀ ਸਮਝ ਮੁਤਾਬਕ ਕੁਛ ਵੀ ਕੰਪਨੀ ਜਿਹੜੀ ਹੈਗੀ ਪੰਜਾਬ ਦੀ ਮਾਰਕੀਟ ਨੂੰ ਮੁੱਖ ਰੱਖ ਕੇ ਉਹ ਬਰੀਡਿੰਗ ਨਹੀਂ ਕਰ ਰਹੀ। ਅੱਜ ਜਿੰਨੀਆਂ ਵੀ ਕੰਪਨੀਆਂ ਨੇ ਉਹ ਪੰਜਾਬ 'ਚ ਆ ਕੇ ਸਿਰਫ ਟੈਸਟ ਕਰਦੀਆਂ ਨੇ, ਉਹ ਜਿਹੜੀ ਬਰੀਡਿੰਗ ਕਰਦੀਆਂ ਨੇ ਉਹ ਕੋਈ ਹੋਰ ਮਾਰਕੀਟ ਨੂੰ ਧਿਆਨ 'ਚ ਰੱਖਦੀਆਂ, ਅਤੇ ਜੇ ਉਹ ਮੱਕਾ ਉੱਥੇ ਸੂਟ ਕਰਦਾ ਹੈਗਾ ਤਾਂ ਉਹ ਉੱਥੇ ਸਪਲਾਈ ਕੀਤਾ ਜਾਂਦਾ। ਬਟ ਮੈਨੂੰ ਇਹ ਲੱਗਦਾ ਵੀ ਜੇ ਪੰਜਾਬ 'ਚ ਜੇ ਅਸੀਂ ਮੱਕੀ ਨੂੰ ਵਧਾਉਣਾ, ਜਿਵੇਂ ਇਹਨਾਂ ਨੇ ਗੱਲ ਕੀਤੀ ਕਿ ਪੰਜਾਬ 'ਚ ਮੱਕੀ ਦਾ, ਕਿਉਂਕਿ ਪੰਜਾਬ 'ਚ ਬਹੁਤੀ ਜੇ ਅਸੀਂ ਬਾਹਰ ਰੁੱਤ ਦੀ ਮੱਕੀ ਨੂੰ ਸਾਈਡ 'ਤੇ ਰੱਖਦੇ ਸਪਰਿੰਗ ਕੋਰਨ, ਤਾਂ ਬਹੁਤੀ ਮੱਕੀ ਜਿਹੜੀ ਹੈਗੀ ਆ ਉਹ ਲੱਗਦੀ ਹੈਗੀ ਆ ਸੌਣੀ ਮੱਕੀ ਹੈਗੀ,
ਜਿਹੜੀ ਆ 90 ਜਾਂ 95 ਦਿਨ ਚ ਪੱਕ ਜਾਂਦੀ ਤੇ 90 ਤੋਂ 95 ਦਿਨ ਚ ਜਿਹੜੀ ਪੱਕਣ ਵਾਲੀ ਮੱਕੀ ਆ 30 ਜਾਂ 35 ਕੁਇੰਟਲ ਦਾ ਝਾੜ ਜਿਹੜਾ ਹੈਗਾ ਅਸੀਂ ਉਹ ਤੋਂ ਐਕਸਪੈਕਟ ਨਹੀਂ ਕਰਦੇ। ਇਸ ਕਰਕੇ ਇੱਕ ਜਿਹੜਾ ਇੱਕ ਪਹਿਲਾ ਜਿਹੜਾ ਹੰਬੜਾ ਜਿਹਨੂੰ ਆਪਾਂ ਕਹਿ ਸਕਦੇ ਜੇ ਸਾਨੂੰ ਮਾਰਨਾ ਹੋਵੇ ਤੇ ਸਾਨੂੰ ਵੱਧ ਜਿਹੜਾ ਹੈਗਾ ਝਾੜ ਦੇਣ ਵਾਲੀ ਮਦਰ ਕੱਪ ਦੀ ਮੱਕੀ ਤਾਂ ਕਿ ਜਿਹੜੀ ਮੈਕਨਾਈਜ਼ ਜਿਹੜੀ ਹੈਗੀ ਉਹਦੀ ਹਾਰਵੈਸਟਿੰਗ ਹੋ ਸਕੇ ਤੇ ਉਹ ਜਿਹੜੀ 30 ਜਾਂ 35 ਕੁਇੰਟਲ ਜਿਹੜਾ ਝਾੜ ਜਿਹੜਾ ਹੈਗਾ ਉਹਨੂੰ ਦਿਮਾਗ 'ਚ ਰੱਖ ਕੇ ਜੇ ਬੀਡਿੰਗ ਪ੍ਰੋਗਰਾਮ ਦੇ ਜੋ ਵੀ ਚਾਹੇ ਉਹ ਪ੍ਰਾਈਵੇਟ ਕੰਪਨੀਆਂ ਚਾਹੇ ਉਹ ਸਰਕਾਰੀ ਜਿਹੜੇ ਅਦਾਰੇ ਨੇ ਜੇ ਕੰਮ ਕਰਨਗੇ ਤਾਂ ਅਸੀਂ ਉਹ ਇੱਕ ਇੱਦਾਂ ਦੀ ਮੱਕੀ ਦਾ ਬੀਜ ਲੈ ਕੇ ਆ ਸਕਦੇ ਹਾਂ ਜਾਂ ਜੋ ਵਰਾਇਟੀ ਜਾਂ ਹਾਈਬ੍ਰਿਡ ਲੈ ਕੇ ਆ ਸਕਦਾ ਜਿਹੜਾ ਕਿ ਝੋਨੇ ਦੀ ਜਿਹੜੇ ਝਾੜ ਨੂੰ ਟਾਕਰਾ ਦੇ ਸਕਦੇ ਹਾਂ। ਦੈਟ ਇਜ਼ ਅ ਨੰਬਰ ਇੱਕ। ਨੰਬਰ ਦੋ, ਜਿਹੜਾ ਪੰਜਾਬ ਦੇ ਇਹ ਜ਼ਿਲ੍ਹੇ ਜਿਵੇਂ ਹੁਸ਼ਿਆਰਪੁਰ, ਨਵਾਂਸ਼ਹਿਰ ਜਾਂ ਕਪੂਰਥਲਾ, ਇਹ ਇੱਦਾਂ ਦੇ ਜ਼ਿਲ੍ਹੇ ਨੇ ਜਿੱਥੇ ਜ਼ਿਮੀਂਦਾਰਾਂ ਦੇ ਕਾਫ਼ੀ ਜ਼ਿਮੀਂਦਾਰ ਜਿਹੜੀ ਮੁੱਖ ਫਸਲ ਹੈ ਉਹ ਆਲੂ ਹੋ। ਅਤੇ ਆਲੂ ਤੋਂ ਪਹਿਲਾਂ ਪਹਿਲਾਂ ਤਾਂ ਬਹੁਤ ਘੱਟ ਜ਼ਿਮੀਂਦਾਰ ਸੀਗੇ ਜਿਵੇਂ ਉਹ ਕੋਈ ਹੋਰ ਫਸਲ ਲੈਂਦੇ ਸੀਗੇ, ਬਟ ਇੱਕ ਬਹੁਤ ਹੀ ਵਧੀਆ ਜਿਹੜਾ ਰੋਟੇਸ਼ਨ ਬਣ ਸਕਦੀ ਹੈ ਜਿਵੇਂ ਕਹਿ ਸਕਦੇ ਮੱਕੀ, ਘੱਟ ਦਿਨਾਂ 'ਚ ਪੱਕਣ ਵਾਲੀ ਮੱਕੀ ਪਲੱਸ ਆਲੂ, ਦੈਨ ਉਹ ਤੋਂ ਬਾਅਦ ਮੱਕੀ ਵੀ ਹੋ ਸਕਦੀ ਹੈ ਅਤੇ ਉਹ ਤੋਂ ਬਾਅਦ ਫਿਰ ਜਿਹੜਾ ਹੈਗਾ ਜਿਹੜੀ ਅਗਲੀ ਫਸਲ ਜਿਹੜੀ ਹੈ ਜ਼ਿਮੀਂਦਾਰ ਲਾ ਸਕਦਾ। ਅਤੇ ਇੱਕ ਤਰ੍ਹਾਂ ਜਿਹੜੀਆਂ ਤਿੰਨ ਫਸਲਾਂ ਜਿਹੜੀਆਂ ਹੈਗੀਆਂ ਉਹ ਲੈ ਸਕਦਾ। ਅਤੇ ਮੈਨੂੰ ਲੱਗਦਾ ਇੱਕ ਜਿਹੜਾ ਪਹਿਲਾ ਇੱਕ ਮੌਕਾ ਹੈਗਾ ਸਾਨੂੰ ਮੱਕੀ ਪ੍ਰਮੋਟ ਕਰਨ ਦਾ ਉਹ ਇਹਨਾਂ ਏਰੀਆ 'ਚ ਹੈ ਜਿਹੜੇ ਕਿ ਜਿਹਨੂੰ ਮੈਂ ਕਹਿੰਦਾ ਟ੍ਰੈਡੀਸ਼ਨਲ ਏਰੀਆ ਮੱਕੀ ਦਾ। ਅਤੇ ਨੰਬਰ ਦੋ, ਇਹ ਕਿਸੇ ਜ਼ਿਮੀਂਦਾਰ ਜਿਹੜੀ ਕਰੋਪ ਰੋਟੇਸ਼ਨ, ਕਿਉਂਕਿ ਅੱਜ ਜਿਹੜਾ ਘੱਟ ਟਾਈਮ 'ਚ ਪੱਕਣ ਵਾਲਾ ਝੋਨਾ ਕਾਫ਼ੀ ਪ੍ਰਚਲਿਤ ਹੋ ਰਿਹਾ ਕਿਉਂਕਿ ਆਲੂ ਲਾਉਣ ਤੋਂ ਪਹਿਲਾਂ ਲੋਕ ਉੱਧਰ ਵੱਲ ਜਿਹੜੇ ਜਾ ਰਹੇ ਨੇ, ਜੇ ਅਸੀਂ ਉਹਨਾਂ ਨੂੰ ਇੱਕ ਵਧੀਆ ਅਲਟਰਨੇਟਿਵ ਦੇ ਸਕਦੇ ਹਾਂ ਮੱਕੀ ਦਾ ਅਤੇ ਇੱਕ ਦੂਜਾ ਉਪਰਾਲਾ ਹੋ ਸਕਦਾ। ਦੂਜਾ ਜਿਹੜਾ ਸਭ ਤੋਂ ਇੱਕ ਵੱਡੀ ਓਪਰਚੁਨਿਟੀ ਮੈਂ ਦੇਖਦਾ ਪੰਜਾਬ ਦੇ ਵਿੱਚ ਉਹ ਸਾਈਰੇਜ, ਅਤੇ ਜਿੰਦਲ ਸਾਹਿਬ ਨੇ ਵੀ ਇਹਦਾ ਜ਼ਿਕਰ ਕੀਤਾ ਹੈ, ਬਟ ਮੈਂ ਇਸਦੀ ਮੈਂ ਤਸਦੀਕ ਕਰ ਸਕਦਾ ਕਿ ਇਹ ਸਾਈਲੇਜ ਜਿਹੜਾ ਹੈਗਾ ਪਹਿਲਾਂ, ਕਿਉਂਕਿ ਮੈਂ ਵੀ PhD ਤੋਂ ਪੜ੍ਹਿਆ ਹੋਇਆ, ਉਦੋਂ ਵੀ 20 ਸਾਲ ਪਹਿਲਾਂ ਵੀ ਅਚਾਰ ਬਣਾਉਣ ਦੀ ਵਿਧੀ ਜਿਹੜੀ ਪੈਕੇਜ ਐਂਡ ਪ੍ਰੈਕਟਿਸ ਜਾਂ ਇਹ ਪ੍ਰਮੋਟ ਕੀਤੀ ਜਾਂਦੀ ਸੀਗੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵੱਲੋਂ। ਲੇਕਿਨ ਮੈਨੂੰ ਇਹ ਲੱਗਦਾ ਕਿ ਜਿਹੜਾ ਇਹਦਾ ਇੱਕ ਪ੍ਰੋਫੈਸ਼ਨਲ ਜਾਂ ਇਹਨੂੰ ਬਿਜ਼ਨਸ ਜਿਹੜਾ ਮਾਡਲ ਜਿਹੜਾ ਉੱਭਰ ਕੇ ਸਾਹਮਣੇ ਆਇਆ ਉਹ ਕੋਈ 5 ਜਾਂ 6 ਸਾਲ ਪਹਿਲਾਂ ਇਹ ਸੰਭਾਵਨਾ ਜਿਹੜੀ ਹੈਗੀ ਹੈ ਬਣੀ ਹੈਗੀ ਹੈ। ਜਿੰਨੀ ਕੁ ਮੇਰੀ ਨੌਲੇਜ ਹੈ 5 ਸਾਲ ਪਹਿਲਾਂ ਸਿਰਫ ਇੱਕ ਬੇਲਰ ਯੂਨਿਟ ਸੀਗਾ, ਜੋ ਵੀ ਮੈਨੂੰ ਲੱਗਦਾ ਪਿਆ ਸੀ ਉਹਦੇ 'ਚ ਸਾਡੀ ਕੰਪਨੀ ਵੱਲੋਂ ਕਾਫ਼ੀ ਉਹਨਾਂ ਸੱਜਣਾਂ ਦੀ ਹੈਲਪ ਕੀਤੀ ਗਈ ਸੀਗੀ, ਬਟ ਮੈਂ ਅੱਜ ਕਹਿ ਸਕਦਾ ਕਿ ਅੱਜ 20 ਜਾਂ 25 ਬੇਲਰਸ ਨੇ ਪੰਜਾਬ 'ਚ ਜਿਹੜੇ ਕਿ ਸਾਈਲੇਜ ਬਣਾ ਰਹੇ ਨੇ ਅਤੇ ਉਹ ਇੱਕ ਲੋਕਲ ਖਪਤ ਹੀ ਪੂਰੀ ਨਹੀਂ ਕਰ ਰਹੇ, ਬਟ ਮੈਨੂੰ ਇਹ ਲੱਗਦਾ ਕਿ ਉਹ ਘੱਟੋ ਘੱਟ ਪੂਰੇ ਹਿੰਦੁਸਤਾਨ 'ਚ ਜਿੱਥੇ ਵੀ ਜ਼ਰੂਰਤ ਨੇ ਉਹ ਸਪਲਾਈ ਕਰ ਰਹੇ ਨੇ। ਮੈਂ ਪੰਜਾਬ ਦੇ ਇੱਦਾਂ ਦੇ ਜਿਹੜੇ ਇੰਟਰਪ੍ਰੀਨਿਓਰ ਜਾਣਦਾ ਕਿ ਜਿਨ੍ਹਾਂ ਨੇ ਕਰਨਾਟਕਾ 'ਚ ਜਿਹੜਾ ਸਾਈਲੇਜ ਦਾ ਟੈਂਡਰ ਲਿਆ, ਜਿਨ੍ਹਾਂ ਨੇ ਆਂਧਰਾ ਪ੍ਰਦੇਸ਼ ਜਿਹੜਾ ਹੈਗਾ ਸਾਈਲੇਜ ਦਾ ਟੈਂਡਰ ਲਿਆ, ਜਿਨ੍ਹਾਂ ਨੇ ਉੱਤਰਾਖੰਡ ਜਿਹੜਾ ਗਵਰਨਮੈਂਟ ਦੇ ਜਿਹੜੇ ਟੈਂਡਰ ਨੇ ਉਹਨਾਂ 'ਚ ਜਾ ਕੇ ਉਹਨਾਂ ਨੇ ਹਿੱਸਾ ਲਿਆ। ਅਤੇ ਪੰਜਾਬ ਦੀ ਜਿਹੜੀ ਇੱਕ ਤਾਂ ਇਨਫਰਾਸਟ੍ਰਕਚਰ ਹੈਗਾ ਜਿਵੇਂ ਰੋਡ ਦੀ ਆਵਾਜਾਈ, ਇਹ ਪੰਜਾਬ ਇੱਕ ਬਹੁਤ ਵੱਡਾ ਸੈਂਟਰ ਬਣ ਸਕਦਾ ਸਾਈਲੇਜ ਦਾ, ਜਿਹਦੇ ਨਾਲ ਕਿ ਉਹ ਪੂਰੀ ਦੀ ਪੂਰੀ ਜਿਹੜਾ NCR ਏਰੀਆ ਜਿੰਨੇ ਵੀ ਦਿੱਲੀ ਦੇ ਆਸੇ ਪਾਸੇ ਦੀਆਂ ਡੇਅਰੀਆਂ ਨੇ ਜਾਂ ਹਰਿਆਣਾ ਦੇ ਵਿੱਚ ਜਿੰਨੇ ਵੀ ਡੇਅਰੀ ਫਾਰਮਸ ਨੇ, ਮੈਂ ਲੋਕਲ ਦੀ ਗੱਲ ਤਾਂ ਛੱਡ ਹੀ ਰਿਹਾ, ਬਟ ਇਹ ਤੋਂ ਇਲਾਵਾ ਰਾਜਸਥਾਨ ਜਿਹੜਾ ਹੈਗਾ ਉੱਥੇ ਜਿਹੜਾ ਹੈਗਾ ਉਹ 4 ਜਾਂ 5 ਮਹੀਨੇ ਬਿਲਕੁਲ ਜਿਵੇਂ ਤੁਸੀਂ ਹਰੇ ਚਾਰੇ ਦੇ ਛੱਡੋ ਤਾਂ ਸੁੱਕੇ ਚਾਰੇ ਦੀ ਵੀ ਜਿਹੜੀ ਉੱਥੇ ਘਾਟ ਹੁੰਦੀ। ਅਤੇ ਗੁਜਰਾਤ ਜਿਹੜਾ ਕਿ ਬਹੁਤ ਵੱਡਾ ਇੱਕ ਡੇਅਰੀ ਦਾ ਡੇਅਰੀ ਉਤਪਾਦਕ ਮੈਂ ਕਹਿ ਸਕਦਾ ਕਿ ਪ੍ਰਦੇਸ਼ ਹੈਗਾ, ਉੱਥੇ ਲਈ ਪੰਜਾਬ ਇੱਕ ਹੱਬ ਬਣ ਸਕਦਾ ਸਾਈਲੇਜ ਵਾਸਤੇ। ਜਿਹੜਾ ਸਾਈਲੇਜ ਜਿਹੜਾ ਹੈਗਾ ਇੱਕ ਇੱਦਾਂ ਦਾ ਵੀ ਜਿਹਦੇ 'ਚ ਮੱਕੀ ਜਿਹੜਾ ਹੈਗਾ 80 ਦਿਨਾਂ 'ਚ ਜਿਹੜੀ ਹੈਗੀ ਮਚਿਓਰ ਹੋ ਜਾਂਦੀ ਹੈ, ਇੱਕ ਏਕੜ 'ਚ ਜਿਹੜਾ ਬਾਇਓਮਾਸ ਹੈਗਾ ਉਹ 180 ਤੋਂ 200 ਕੁਇੰਟਲ ਜਿਹੜਾ ਹੈਗਾ ਉਹ ਪੈਦਾ ਹੁੰਦਾ। ਅਤੇ ਜੱਲੀ ਜਿਹੜਾ ਰੇਟ ਹੈਗਾ ਉਹ 1.5 ਤੋਂ ਜਿਹੜਾ ਹੈਗਾ 2 ਰੁਪਏ ਕਿਲੋ ਦੇ ਵਿਚਕਾਰ ਰਹਿੰਦਾ ਹੈਗਾ। ਅਤੇ ਉਹਦੇ ਇਲਾਵਾ ਜੇ ਪੰਜਾਬ ਦੀ ਮੈਂ ਗੱਲ ਕਰਾਂ ਜਾਂ ਕਿਤੇ ਵੀ ਜਿਹੜਾ ਹੈਗਾ ਜੇ ਸਾਈਲੇਜ ਪਾਉਂਦੇ ਹੋ, ਜਿਹੜਾ ਇੱਕ ਦੁੱਧ ਦੇ ਵਿੱਚ ਜਿਹੜਾ ਐਫਲਾਟੋਕਸਿਨ ਕਰਕੇ ਹੈ ਉਹਦੀ ਜੇ ਮਿਕਦਾਰ ਜਿਹੜੀ ਹੈਗੀ ਹੈ ਉਹ ਘੱਟਦੀ ਹੈ, ਜਿਹਦੇ ਨਾਲ ਕਿ ਇੱਕ ਓਵਰਆਲ ਜਿਹੜੀ ਸਾਡੀ ਸੁਸਾਇਟੀ ਹੈ ਉਹਨੂੰ ਇੱਕ ਬਹੁਤ ਵੱਡੀ ਕੰਟਰੀਬਿਊਸ਼ਨ ਹੁੰਦੀ ਹੈ। ਬਟ ਜਿਹੜੀ
ਸਾਇਲੇਜ ਜਿਹੜੀ ਜਿਹੜੇ ਅਸੀਂ ਜਿਹੜੇ ਜਿੰਨੇ ਵੀ ਬੇਲਰਸ ਨੇ ਜਿਹੜੇ ਵੀ ਇੰਟਰਪ੍ਰੀਨਿਓਰਸ ਨੇ ਜਿਹੜੇ ਬਿਜ਼ਨਸ ਆ ਜਿਹੜੇ ਚਲਾ ਰਹੇ ਨੇ ਘੱਟੋ ਘੱਟ 25-30 ਜੇ ਅਸੀਂ ਉਹਨਾਂ ਦੀ ਗੱਲ ਕਰਦੇ ਹਾਂ ਤਾਂ ਉਹਨਾਂ ਨਾਲ ਗੱਲ ਕਰਕੇ ਸਾਨੂੰ ਲੱਗਿਆ ਕਿ ਉਹਦੇ 'ਚ ਜਿਹੜਾ ਸਭ ਤੋਂ ਵੱਡਾ ਚੈਲੇਂਜ ਹੈਗਾ ਉਹ ਹੈਗਾ ਵੀ ਅੱਜ ਦੀ ਡੇਟ 'ਚ ਜਿਹੜੀ ਸਾਇਲੇਜ ਵਾਸਤੇ ਬਹੁਤ ਘੱਟ ਵਿੰਡੋ ਅਵੇਲੇਬਲ ਹੁੰਦੀ ਜਿਹੜੀ ਬਾਹਰ ਦੀ ਮਧੂਮੱਖੀ ਥੋੜ੍ਹੀ ਪਛੇਤੀ ਬੀਜੀ ਜਾਂਦੀ ਹੈ ਬਹੁਤਾ ਜਿਹੜਾ 70-80% ਜਿਹੜਾ ਸਾਇਲੇਜ ਉਹ ਤੋਂ ਬਣਨਾ ਉਹਨਾਂ ਨੂੰ ਇਹ ਹੁੰਦਾ ਵੀ ਜੇ ਮੈਨੂੰ ਪੂਰਾ ਸਾਲ ਜਿਹੜਾ ਹੈਗਾ ਮੈਂ ਇਹ ਆਪਣਾ ਮਸ਼ੀਨ ਜਿਹੜੀ ਹੈਗੀ ਮੈਂ ਘੱਟੋ ਘੱਟ 2 ਕਰੋੜ ਦਾ ਜਿਹੜਾ ਮੈਂ ਪਲਾਂਟ ਲਾਇਆ ਜੇ ਉਹਨੂੰ ਮੈਨੂੰ ਚਲਾਉਣਾ ਤਾਂ ਪੂਰੇ ਸਾਲ ਜਿਹੜੀ ਹੈਗੀ ਮੈਨੂੰ ਮੱਕੀ ਉਹਦੇ 'ਚ ਮਿਲਣੀ ਚਾਹੀਦੀ ਦੂਜਾ ਕੀ ਹੋ ਰਿਹਾ ਵੀ ਜਿੰਨੀ ਵੀ ਮਸ਼ੀਨਰੀ ਜਿਹੜੀ ਆ ਰਹੀ ਹੈ ਹਾਲਾਂਕਿ 1-2 ਯੂਨਿਟ ਜਿਹੜੇ ਹੈਗੇ ਆ ਮੈਨੂੰ ਪਤਾ ਗੋਬਿੰਦਗੜ੍ਹ ਲੱਗੇ ਨੇ ਜਿਹਦੇ 'ਚ ਚੋਪਿੰਗ ਵਾਲੇ ਹੈਗੇ ਆ ਬਿਲਿੰਗ ਵਾਲੇ ਯੂਨਿਟ ਹੈਗੇ ਆ ਬਟ ਅਜੇ ਵੀ ਜਿਹੜੇ ਹੈਗੇ ਜਿਹੜੇ ਟਰਕੀ ਵਰਗੇ ਕੰਟਰੀਜ਼ ਹੈ ਉੱਥੋਂ ਇੰਪੋਰਟ ਹੁੰਦੀ ਹੈ ਉਹ ਮਸ਼ੀਨਰੀ ਜਿਹੜੀ ਕਿ ਬਹੁਤ ਮਹਿੰਗੀ ਹੈ ਮੈਨੂੰ ਲੱਗਦਾ ਵੀ ਜੇ ਗਵਰਨਮੈਂਟ ਜਾਂ ਜੋ ਵੀ ਹੈ ਕਿਤੇ ਆਪਾਂ ਉਹਨਾਂ ਨੂੰ ਸਬਸਿਡਾਈਜ਼ ਕਰਕੇ ਉਹਨਾਂ ਨੂੰ ਹੈਲਪ ਕਰੀਏ ਜਾਂ ਲੋਕਲ ਇੱਦਾਂ ਦੀ ਇੰਡਸਟਰੀ ਨੂੰ ਆਪਾਂ ਪ੍ਰਮੋਟ ਕਰੀਏ ਜਿਹੜੇ ਕਿ ਬੇਲਰ ਜਾਂ ਚੋਪਰ ਬਣਾ ਸਕਦੇ ਨੇ ਤਾਂ ਉਹ ਇਸ ਸਾਇਲੇਜ ਨੂੰ ਇੱਕ ਵੱਡਾ ਜਿਹੜਾ ਹੁੰਗਾਰਾ ਮਿਲ ਸਕਦਾ ਤੀਜਾ ਜਿਹੜਾ ਹੈਗਾ ਮੈਂ ਹੁਣੇ ਜ਼ਿਕਰ ਕੀਤਾ ਕਿ ਪੰਜਾਬ 'ਚ ਇੱਦਾਂ ਦਾ ਇੱਕ ਸਟੇਟ ਹੈਗਾ ਇਨਫਰਾਸਟ੍ਰਕਚਰ ਜਿੰਨੇ ਵੀ 4-lane ਰੋਡ ਨੇ GT ਰੋਡ ਬਣਿਆ ਹੈਗਾ ਤੁਸੀਂ ਈਵਨ ਕਿ ਜਿਵੇਂ ਜੋ ਮੇਰੀ ਜਿੰਨੀ ਕੁ ਪੁਰਾਣੀ ਨੌਲੇਜ ਹੈ ਬਠਿੰਡੇ ਤੋਂ ਲੈ ਕੇ ਪੂਰਾ ਰਾਜਸਥਾਨ ਹੋ ਕੇ ਅਹਿਮਦਾਬਾਦ ਬੰਬੇ ਤੱਕ ਜਿਹੜਾ ਰੋਡ ਹੈਗਾ ਉਹ ਉਹਦੇ ਨਾਲ ਜਿਹੜੀ ਸਾਇਲੇਜ ਦੀ ਜਿਹੜੀ ਸਪਲਾਈ ਹੈਗੀ ਹੈ ਉਹ ਤੁਸੀਂ ਬਿਲਕੁਲ ਪੂਰੇ ਅੱਧੇ ਹਿੰਦੁਸਤਾਨ 'ਚ ਜਿਹੜਾ ਹੈਗਾ ਮੈਂ ਸਾਊਥ ਇੰਡੀਆ ਦੀ ਗੱਲ ਨਹੀਂ ਕਰਦਾ ਬਟ ਮੈਨੂੰ ਲੱਗਦਾ ਨੌਰਥ ਦੇ ਬੈਸਟ ਜਿਹੜਾ ਇੰਡੀਆ ਹੈ ਉਹਦੀ ਉਹਨੂੰ ਖਪਾ ਸਕਦਾ ਅਤੇ ਜਿਹੜਾ ਚੌਥਾ ਜਿਹੜਾ ਸਭ ਤੋਂ ਮੈਨੂੰ ਲੱਗਦਾ ਵੀ ਅੱਜ ਦੀ ਡੇਟ 'ਚ ਕਿਉਂਕਿ ਜਿੰਨੇ ਵੀ ਸਾਇਲੇਜ ਦੇ 'ਚ ਆਏ ਨੇ ਬਹੁਤ ਘੱਟ ਨੇ ਜਿਹੜੇ ਕਿ ਆਪ ਜ਼ਿਮੀਂਦਾਰ ਨੇ ਉਹ ਸਾਰੇ ਬਹੁਤ ਹੀ ਵੱਖਰੇ ਏਰੀਏ ਤੋਂ ਆ ਕੇ ਉਹਨਾਂ ਨੇ ਇਹਦੇ 'ਚ ਐਂਟਰੀ ਮਾਰੀ ਹੈ ਅਤੇ ਉਹਨਾਂ ਨੂੰ ਕਿੱਦਾਂ ਅਸੀਂ ਹੈਂਡਹੋਲਡ ਕਰ ਸਕਦੇ ਹਾਂ ਉਹਨਾਂ ਨੂੰ ਟੈਕਨੀਕਲ ਨੌਲੇਜ ਨੰਬਰ 1 ਸਿਰਫ ਉਹਨਾਂ ਨੂੰ ਅਤੇ ਦੂਜਾ ਜਿਹੜੇ ਕਾਫੀ ਜਿਹੜੇ ਜ਼ਿਮੀਂਦਾਰ ਡੇਅਰੀ ਫਾਰਮਰਸ ਨੇ ਉਹ ਆਪਣਾ ਸਾਇਲੇਜ ਜਿਹੜਾ ਬਣਾਉਂਦੇ ਨੇ ਉਹਦੇ 'ਚ ਕਾਫੀ ਟੈਕਨੀਕਲ ਨੌਲੇਜ ਹੈ ਕਿਉਂਕਿ ਇਹਦਾ ਵੀ ਜਿਹੜਾ ਵੱਖਰਾ ਵੱਖਰਾ ਪ੍ਰੋਸੈਸ ਹੈਗਾ ਜਿਵੇਂ ਸਾਇਲੇਜ ਬਣਾਉਣ ਦਾ ਅਤੇ ਉਹਨੂੰ ਜਿਹੜਾ ਹਾਈਬ੍ਰਿਡ ਕਿਹੜਾ ਕਿਉਂਕਿ ਸਾਰੀ ਮੱਕੀ ਜਿਹੜੀ ਆ ਉਹਦੇ ਨਾਲ ਸਾਇਲੇਜ ਜਿਹੜਾ ਹੈਗਾ ਕੁਆਲਿਟੀ ਵਾਲਾ ਨਹੀਂ ਬਣ ਸਕਦਾ ਉਹਦੇ ਲਈ ਵੱਖਰੇ ਜਿਹੜੇ ਹਾਈਬ੍ਰਿਡ ਨੇ ਉਹਨਾਂ ਦੀ ਸਿਲੈਕਸ਼ਨ ਕਿੱਦਾਂ ਦੀ ਹੈ ਠੀਕ ਹੈ ਖੇਤ ਤੁਸੀਂ ਕਿਵੇਂ ਤਿਆਰ ਕਰਨੇ ਨੇ ਠੀਕ ਹੈ ਉਦੋਂ ਕਿਹੜੇ ਸਮੇਂ 'ਤੇ ਕਿਹੜੀ ਅਵਸਥਾ ਦੇ ਵਿੱਚ ਜਿਹੜੀ ਹੈ ਮੱਕੀ ਵੱਢਣੀ ਹੈਗੀ ਹੈ ਠੀਕ ਹੈ ਦੈਨ ਉਹ ਤੋਂ ਬਾਅਦ ਜਿਹੜਾ ਵੀ ਤਾਂ ਕਿ ਉਹਦੀ ਕੁਆਲਿਟੀ ਵਧੀਆ ਰਹੇ ਕਿਹੜਾ ਕਿੰਨਾ ਬੰਕਰ ਬਣਾਉਣਾ ਹੈਗਾ ਕਿਸ ਤਰ੍ਹਾਂ ਜਿਹੜਾ ਹੈਗਾ ਉਹਨੂੰ ਜਿਹੜੀ ਲਾਸਟ ਜਿਹੜੀ ਸਾਇਲੇਜ ਦਾ ਜਿਹੜਾ ਪ੍ਰੋਸੈਸ ਹੈਗਾ ਉਹਨੂੰ ਕੰਪਲੀਟ ਕਰਨਾ ਹੈਗਾ ਉਹਦੇ ਲਈ ਬਹੁਤ ਹੀ ਟੈਕਨੀਕਲ ਜਿਹੜੀ ਹੈਗੀ ਹੈ ਨੌਲੇਜ ਚਾਹੀਦੀ ਜਿਹਦੇ 'ਚ ਮੈਨੂੰ ਇਹ ਲੱਗਦਾ ਪ੍ਰਾਈਵੇਟ ਅਦਾਰੇ ਅਤੇ ਨਾਲ ਦੀ ਨਾਲ ਜਿਵੇਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਜਾਂ ਹੋਰ ਇਸ ਤਰ੍ਹਾਂ ਦੇ ਜਿਹੜੇ ਅਦਾਰੇ ਜਿਹੜੇ ਪਹਿਲਾਂ ਹੀ ਕਿਸਾਨਾਂ ਦੇ ਨਾਲ ਮਿਲ ਕੇ ਕੰਮ ਕਰ ਰਹੇ ਨੇ ਅਤੇ ਉਹ ਇੱਕ ਵੱਡਾ ਜਿਹੜਾ ਹੈਗਾ ਸਹਿਯੋਗ ਦੇ ਸਕਦੇ ਅਤੇ ਇਹ ਮੇਰਾ ਲਾਸਟ ਲਾਈਨ ਸੀਗਾ ਅਤੇ ਮੈਂ ਜਿਹੜਾ ਜਿਹੜੀ ਮੇਰੇ ਸੀਗਾ ਮੈਂ ਜਿੱਥੇ ਕੰਕਲੂਡ ਕਰਨਾ ਚਾਹੁੰਦਾ ਸੀਗਾ ਜਿੱਥੇ ਹੋਰ ਬਹੁਤ ਸੰਭਾਵਨਾਵਾਂ ਨੇ ਜਿਵੇਂ ਡਾਕਟਰ ਚਾਵਲਾ ਜੀ ਨੇ ਮੈਂਸ਼ਨ ਕੀਤਾ ਜਿੱਥੇ ਪੰਜਾਬ ਗਵਰਨਮੈਂਟ ਵੀ ਕੰਮ ਕਰ ਰਹੀ ਹੈ ਐਗਰੀਕਲਚਰ ਯੂਨੀਵਰਸਿਟੀ ਵੀ ਕੰਮ ਕਰ ਰਹੀ ਹੈ ਬਟ ਮੈਨੂੰ ਇਹ ਲੱਗਦਾ ਵੀ ਜਿਹੜਾ ਇੱਕ ਸਾਇਲੇਜ ਜਿਹੜਾ ਹੈਗਾ ਜੇ ਆਪਾਂ ਇਹਨੂੰ ਚੰਗੀ ਤਰ੍ਹਾਂ ਪ੍ਰਮੋਟ ਕਰਦੇ ਹਾਂ ਤਾਂ ਕਾਫੀ ਲੋਕੀ ਜਿਹੜੇ ਹੈਗੇ ਆ ਕਿਉਂਕਿ ਇੱਥੇ ਜਿਹੜਾ ਝੋਨੇ ਦਾ ਅਤੇ ਜਿਹੜਾ ਬਿਲਕੁਲ ਬਹੁਤ ਵਧੀਆ ਬਦਲ ਹੈ ਕਿਉਂਕਿ ਜਿੱਥੇ ਜਿਹੜਾ ਪ੍ਰੋਫਿਟੇਬਿਲਟੀ ਹੈ ਉਹਨੂੰ MSP ਦੀ ਲੋੜ ਨਹੀਂ ਹੈ ਕਿਉਂਕਿ ਪ੍ਰਾਈਵੇਟ ਸੈਕਟਰ ਜਾਂ ਪ੍ਰਾਈਵੇਟ ਖਪਤ ਹੀ ਕਾਫੀ ਹੈ ਕਿ ਉਹ ਜਿਹੜਾ ਜ਼ਿਮੀਂਦਾਰ ਜਿਹੜਾ ਬਣਾ ਰਿਹਾ ਹੈ ਜਾਂ ਉਹ ਸਾਇਲੇਜ 'ਚ ਵੇਚ ਰਿਹਾ ਕਿਉਂਕਿ 80 ਦਿਨ ਦੀ ਕਰੋਪ ਜਿਹੜਾ ਉਹਨੂੰ 30-35 ਹਜ਼ਾਰ ਰੁਪਏ ਜੇ ਬਣ ਰਿਹਾ ਹੈਗਾ ਮੈਨੂੰ ਲੱਗਦਾ ਇਹ ਤੋਂ ਵਧੀਆ ਕੋਈ ਹੋਰ ਅਲਟਰਨੇਟਿਵ ਨਹੀਂ ਹੋ ਸਕਦਾ ਅਤੇ ਦੂਜਾ ਜਿਹੜਾ ਮੈਂ ਜ਼ਿਕਰ ਕੀਤਾ ਹੈ ਕਿ ਜ਼ਿਮੀਂਦਾਰ ਨੂੰ ਜੇ ਆਪਾਂ ਚੋਇਸ ਦੇਈਏ ਕਿ ਇੱਕ ਬਦਲ ਲੈ ਕੇ ਉਹਨਾਂ ਏਰੀਆਂ 'ਚ ਜਿਹੜੇ ਟ੍ਰੈਡੀਸ਼ਨਲ ਪਹਿਲਾਂ ਮੱਕਾ ਲਾਉਂਦੇ ਸੀਗੇ ਉਹ ਝੋਨੇ 'ਚ ਜਿਹੜੇ ਹੈਗੇ ਆ ਉਹ ਕਨਵਰਟ ਹੋਏ ਪਿਛਲੇ 5 ਸਾਲ ਜਾਂ 10 ਸਾਲਾਂ 'ਚ ਉਹ ਉੱਥੇ ਆਪਾਂ ਇੱਕ ਤਰ੍ਹਾਂ ਪ੍ਰਮੋਟ ਕਰ ਸਕਦੇ ਹਾਂ ਅਤੇ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਉਹਨਾਂ ਜ਼ਿਮੀਂਦਾਰ ਭਰਾਵਾਂ ਦਾ ਜਿਹੜੇ ਇਸ ਸੈਮੀਨਾਰ 'ਚ ਜੁੜੇ ਨੇ ਅਤੇ ਪੈਨਲਿਸਟ ਦਾ ਅਤੇ ਸਭ ਤੋਂ ਲਾਸਟ ਮੈਂ CII ਦਾ ਜਿਨ੍ਹਾਂ ਨੇ ਮੌਕਾ ਦਿੱਤਾ ਹੈ ਕਿ ਜਿੱਥੇ ਕਿ ਮੈਂ ਜਿੰਨੀ ਕੁ ਮੇਰੀ ਨੌਲੇਜ ਹੈਗੀ ਹੈ ਮੈਂ ਇੱਥੇ ਸ਼ੇਅਰ ਕਰ ਸਕਾਂ ਅਤੇ ਮੈਂ ਆਪਣਾ ਨੰਬਰ ਜਾਂ ਜਦੋਂ ਵੀ ਕੋਈ ਵੀ ਸਾਡੇ ਨਾਲ ਜਿਹੜਾ ਹੈਗਾ ਕੋਈ ਲਿੰਕ ਕਰਨਾ ਚਾਹੁੰਦੇ ਹਾਂ ਅਤੇ ਉਹ ਸਾਡਾ ਕੰਪਨੀ ਦੀ ਸਾਈਟ 'ਤੇ ਜਾ ਕੇ ਕੋਟੀਵਾ ਜਾ ਕੇ ਕਰ ਸਕਦੇ ਨੇ ਪਾਈਨੀਅਰ ਸੀਟ ਜਾ ਕੇ ਕਦੇ ਵੀ ਕਰ ਸਕਦੇ ਨੇ ਬਹੁਤ ਬਹੁਤ ਧੰਨਵਾਦ ਤੁਹਾਡਾ
ਥੈਂਕ ਯੂ ਗੁਰਪ੍ਰੀਤ ਜੀ, ਤੁਸੀਂ ਬਹੁਤ ਹੀ ਵਧੀਆ ਪੰਜਾਬੀ ਵਿੱਚ ਕਿਸਾਨਾਂ ਨੂੰ ਸਮਝਾਇਆ, ਕਿਉਂਕਿ ਤੁਹਾਨੂੰ ਜਦੋਂ ਮਿਲਿਆ ਤੁਸੀਂ ਜ਼ਿਆਦਾ ਇੰਗਲਿਸ਼ 'ਚ ਗੱਲ ਕਰਦੇ ਹੋ, ਕੋਈ ਐਡੇ ਵੱਡੇ ਅਫਸਰ ਹੋ ਤੇ, ਲੇਕਿਨ ਪੰਜਾਬੀ 'ਚ ਜ਼ਿਮੀਦਾਰ ਨੂੰ ਸਮਝਾਉਣਾ ਇੱਕ ਬਹੁਤ ਵਧੀਆ ਲੱਗਿਆ। ਬਾਕੀ ਆ ਸਾਈਲੇਜ ਦਾ ਤਾਂ ਮੈਂ ਕਿਸਾਨ ਵੀਰਾਂ ਨੂੰ ਕਹੂੰਗਾ ਵੀ ਇਸ ਬਾਰੇ ਜੇ ਕਿਤੇ ਸਾਈਲੇਜ ਕਿਤੇ ਸ਼ੁਰੂ ਹੋਇਆ ਉੱਥੇ ਜਾ ਕੇ ਵਿਜ਼ਿਟ ਵੀ ਕਰਨ। ਬਹੁਤ ਵਧੀਆ ਤੁਹਾਡੀ ਪ੍ਰੈਜੈਂਟੇਸ਼ਨ ਸੀ, ਤੇ ਮੈਂ ਕਿਉਂਕਿ ਟਾਈਮ ਥੋੜ੍ਹਾ, ਮੈਂ ਹੁਣ ਜੋਗਿੰਦਰ ਸਿੰਘ ਜੀ ਨੂੰ ਕਹੂੰਗਾ ਵੀ ਜਿੰਨਾ ਵੀ ਸ਼ਾਰਟ ਟਾਈਮ ਦੇ ਵਿੱਚ ਆਪਣਾ ਮੈਸੇਜ, ਕਿਉਂਕਿ ਜੋਗਿੰਦਰ ਜੀ ਬਹੁਤ ਸੀਨੀਅਰ ਸਾਡੇ ਦੱਸਣਗੇ, ਮੈਂ ਜੋਗਿੰਦਰ ਜੀ ਨੂੰ ਬੇਨਤੀ ਕਰਾਂਗੀ 5-7 ਮਿੰਟਾਂ ਵਿੱਚ ਆਪਣਾ ਜੋ ਵੀ ਕਹਿਣਾ ਚਾਹੁੰਦੇ ਆ ਕਿਸਾਨਾਂ ਨੂੰ ਮੈਸੇਜ ਦੇਣ। ਜੋਗਿੰਦਰ ਸਿੰਘ ਜੀ ਸੇ ਸਾਹਿਬ, ਹਾਂਜੀ ਆ ਰਿਹਾ ਜੀ, ਹਾਂਜੀ ਹਾਂਜੀ ਜੋਗਿੰਦਰ ਜੀ, ਤੁਹਾਡਾ ਫਲਾਵਰ ਦਿਖਾਈ ਦੇ ਰਿਹਾ। ਹਾਂਜੀ 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 ਜੀ, ਰਿਸਪੈਕਟਡ ਪੈਨਲਿਸਟ ਐਂਡ ਸਮੁੱਚੇ ਕਿਸਾਨ, ਬੜਾ ਵਧੀਆ ਮੌਕਾ ਮਿਲਿਆ ਅੱਜ ਸਾਰੇ ਵਿਚਾਰ ਵਟਾਂਦਰੇ ਕਰਨ ਦੇ ਮੱਕੀ ਦੇ ਬਾਰੇ ਵਿੱਚ, ਕਿਉਂਕਿ ਜੇ ਆਪਾਂ ਮੱਕੀ ਵੱਲ ਨੂੰ ਪ੍ਰਮੋਟ ਹੋਵਾਂਗੇ ਤਾਂ ਹੀ ਪੰਜਾਬ ਨੂੰ ਬਚਾ ਸਕਦੇ ਹਾਂ ਮੈਂ ਸਮਝਦਾ। ਅਤੇ ਪਰ ਇਹਦੇ ਵਿੱਚ ਸਾਨੂੰ ਬਹੁਤ ਵੱਡੇ ਚੈਲੇਂਜ ਆ ਰਹੇ ਨੇ ਮੱਕੀ ਵਾਸਤੇ, ਕਿਉਂਕਿ ਮੈਂ ਤਕਰੀਬਨ ਹਰ ਸਾਲ 50 ਏਕੜ ਤੋਂ ਲੈ ਕੇ 70 ਏਕੜ ਤੱਕ ਮੱਕੀ ਦੀ ਕਾਸ਼ਤ ਕਰਦਾ, ਅਤੇ ਮੈਂ ਇਹਦੇ ਵਿੱਚ ਸਾਈਲੇਜ ਇੰਡਸਟਰੀ ਨਾਲ ਵੀ ਲਿੰਕ ਰੱਖਿਆ ਹੋਇਆ, ਅਤੇ ਬਾਕੀ ਫਲੈਕਸ ਦੀਆਂ ਕੰਪਨੀਆਂ ਵਿੱਚੋਂ ਮੱਕੀ ਲਾਈ ਜਾਂਦੀਆਂ ਨੇ ਕਈ ਵਾਰ, ਜਿੱਦਾਂ ਪੈਪਸੀ ਕੁਰਕਰੇ ਵਗੈਰਾ ਬਣਾਉਂਦੀਆਂ ਉਹਦੀ ਡਿਮਾਂਡ ਵੀ ਹੁੰਦੀ ਹੈ, ਅਤੇ ਫੂਡ ਇੰਡਸਟਰੀ ਵਿੱਚ ਵੀ ਜਾਂਦੀ ਹੈਗੀ ਆ, ਕੈਟਲ ਫੀਡ 'ਚ ਵੀ ਜਾਂਦੀ ਹੈ, ਪੋਲਟਰੀ 'ਚ ਵੀ ਜਾਂਦੀ ਹੈਗੀ ਆ। ਪਰ ਇਹ ਸਾਰਾ ਕੁਛ ਹੋਣ ਦੇ ਬਾਵਜੂਦ ਵੀ ਮੱਕੀ ਪੰਜਾਬ 'ਚ ਪ੍ਰਮੋਟ ਨਹੀਂ ਹੋ ਸਕੀ, ਉਹਦਾ ਕਾਰਨ ਕੀ ਹੈਗਾ? ਮੇਨ ਕਾਰਨ ਇਹ ਹੈਗਾ ਕਿ ਜਿਸ ਤਰ੍ਹਾਂ ਮੇਰੇ ਤੋਂ ਪਹਿਲਾਂ ਹੁਣੇ ਪੱਥਰ ਸਾਹਿਬ ਨੇ ਦੱਸਿਆ ਦੇ ਬੜੇ ਅੱਛੇ ਬੀਜ ਹੈਗੇ ਆ, ਮੈਂ ਮੰਨਦਾ, ਪਰ ਦੁੱਖ ਦੀ ਗੱਲ ਇਹ ਹੈਗੀ ਆ ਕਿ ਜਿੰਨਾ ਅਸੀਂ ਮੱਕੀ ਨੂੰ ਪ੍ਰਮੋਟ ਕੀਤਾ ਪੰਜਾਬ ਦੇ ਵਿੱਚ ਹੁਣ ਤੱਕ, ਉਹ ਸਾਰਾ ਮੱਕੀ ਅਸੀਂ ਫਰਵਰੀ 'ਚ ਕਾਸ਼ਤ ਕਰ ਰਹੇ ਹਾਂ। ਔਰ ਵਿੰਟਰ ਕਰੋਪ ਨੂੰ ਪਾਲਣ ਵਾਸਤੇ ਮੱਕੀ ਮਾਰਚ ਅਪ੍ਰੈਲ ਪੂਰਾ ਹਾਈ ਟੈਂਪਰੇਚਰ ਹੁੰਦਾ ਜਦੋਂ ਅਸੀਂ ਉਹਨੂੰ ਪਾਲਦੇ ਹਾਂ, ਉਹ ਸਾਡਾ ਪਾਣੀ ਹੋਰ ਖਤਮ ਕਰ ਰਹੀ ਆ, ਕਿਉਂਕਿ ਯੂਨੀਵਰਸਿਟੀ ਨੇ ਵਿੰਟਰ ਕਰੋਪ ਪ੍ਰਮੋਟ ਨਹੀਂ ਕੀਤੀ ਸੀ, ਸਾਨੂੰ ਰੋਜ਼ ਸੀ ਜੂਨ 'ਚ ਮੱਕੀ ਲਾ ਕੇ ਜੁਲਾਈ ਅਗਸਤ ਬਰਸਾਤ ਦੇ ਵਿੱਚ ਪਾਲਣ ਦੀ, ਕਿਉਂਕਿ ਅਸੀਂ ਉਹਦਾ ਜਿਹੜਾ ਕੰਪੇਅਰ ਕਰਨਾ ਝੋਨੇ ਨਾਲ ਕਰਨਾ ਉਹਨੂੰ, ਜਿਹੜੀ ਸਾਡੀ ਬਰਸਾਤ ਦੀ ਕਰੋਪ ਹੈ ਜੂਨ 'ਚ ਸੋਇੰਗ ਕਰਦੇ ਹਾਂ ਉਹ ਬਹੁਤ ਘੱਟ ਲੱਗ ਰਹੀ ਆ, ਔਰ ਫਰਵਰੀ ਵਾਲੀ ਬਹੁਤ ਜ਼ਿਆਦਾ ਲੱਗ ਰਹੀ ਆ। ਚਾਹੀਦਾ ਇਹ ਸੀ ਕਿ ਸਾਨੂੰ ਬਰਸਾਤ ਵਾਲੀ ਪ੍ਰਮੋਟ ਕਰਦੇ, ਝੋਨੇ ਦਾ ਬਦਲ ਲੈਂਦੇ ਅਸੀਂ ਉਹ ਤੋਂ। ਅੱਜ ਜੋ ਮੱਕੀ ਪੰਜਾਬ ਦੇ ਵਿੱਚ ਲੱਗ ਰਹੀ ਆ, ਮੈਂ ਸਮਝਦਾ ਵੀ ਸਿਰਫ ਆਲੂ ਬੈਲਟ 'ਚ ਲੱਗ ਰਹੀ ਆ, ਚਾਹੇ ਹੁਸ਼ਿਆਰਪੁਰ ਹੈ, ਚਾਹੇ ਲੁਧਿਆਣਾ ਡਿਸਟ੍ਰਿਕਟ, ਚਾਹੇ ਜਲੰਧਰ ਹੈ, ਸਿਰਫ ਅੱਜ ਮੱਕੀ ਆਲੂ ਵਾਲੇ ਫੀਲਡ 'ਚ ਲੱਗ ਰਹੀ ਆ। ਬਾਕੀ ਦੀ ਗੱਲ ਸਾਈਲੇਜ ਦੀ, ਜਿਹੜਾ ਬੰਦਾ ਸਾਈਲੇਜ ਵਾਸਤੇ ਮੱਕੀ ਲਗਾਉਂਦਾ ਫਾਰਮਰ, ਉਹ ਵੀ ਫਰਵਰੀ 'ਚ ਲਾ ਕੇ ਉਹਨੂੰ ਜੂਨ 'ਚ ਕੱਟ ਕੇ ਫਿਰ ਉੱਥੋਂ ਝੋਨਾ ਲੱਗਦਾ, ਝੋਨੇ ਦਾ ਬਦਲ ਨਹੀਂ ਆਪਾਂ ਕਹਿ ਸਕਦੇ ਉਹਨੂੰ, ਝੋਨਾ ਨਹੀਂ ਕਿਸਾਨ ਨੇ ਛੱਡਿਆ, ਮੱਕੀ ਜ਼ਰੂਰ ਲੈ ਲਈ ਸਾਈਲੇਜ ਵਾਸਤੇ, ਜ਼ਰੂਰ ਮਾਰਕੀਟ 'ਚ ਕੱਢਤੀ, ਪਰ ਲਾਇਆ ਫਿਰ ਵੀ ਝੋਨਾ ਹੀ ਆ ਉੱਥੇ, ਤੁਹਾਨੂੰ ਉਹ ਵੀ ਸੋਚਣੀ ਪਏਗੀ। ਦੂਜੀ ਮੱਕੀ ਹੈਗੀ ਆ ਜੂਨ 'ਚ ਅਸੀਂ ਸੋਇੰਗ ਕਰਦੇ ਹਾਂ, ਜੋ ਹੁਸ਼ਿਆਰਪੁਰ 'ਚ ਲੱਗਦੀ ਹੈ ਬਹੁਤੀ ਕਰਕੇ, ਉੱਥੇ ਵੀ ਜੂਨ ਤੋਂ ਬਾਅਦ ਜੁਲਾਈ ਅਗਸਤ ਤੱਕ ਮੱਕੀ ਕੰਪਲੀਟ ਕਰਕੇ ਸਤੰਬਰ ਦੇ ਵਿੱਚ ਆਲੂ ਲੱਗਦਾ, ਉਹਦਾ ਵੀ ਮੇਨ ਮੁੱਦਾ ਆਲੂ ਕਰਕੇ ਹੀ ਹੈ। ਸੋ ਮੇਰੇ ਕਹਿਣ ਤੋਂ ਭਾਵ ਇਹ ਹੈ ਕਿ ਜੋ ਮੱਕੀ ਪੰਜਾਬ 'ਚ ਲੱਗਦੀ ਉਹ ਸਿਰਫ ਆਲੂਆਂ ਕਰਕੇ ਲੱਗਦੀ ਹੈ। ਚਾਹੀਦਾ ਇਹ ਸੀਗਾ ਕਿ ਅਸੀਂ ਝੋਨੇ ਦੇ ਬਦਲ ਵਜੋਂ ਲੈਂਦੇ, ਝੋਨੇ ਦੇ ਬਦਲ ਵਜੋਂ ਅਸੀਂ ਇਸ ਕਰਕੇ ਅਸੀਂ ਮਾਰਕੀਟ ਦੇ ਵਿੱਚ ਉਹਦੀ ਇਨਕਮ ਕੰਪੀਟ ਕਰਦੇ ਹਾਂ ਤਾਂ ਉਹ ਝੋਨੇ ਨੂੰ ਬਹੁਤ ਪਿੱਛੇ ਰਹਿ ਜਾਂਦੀ ਹੈ। ਉਹਦੇ ਕੁਛ ਫੈਕਟਰ ਨੇ, ਕੁਛ ਕਾਰਨ ਹੈਗੇ ਨੇ, ਕਿਉਂਕਿ ਸਾਡੀ ਜਿਹੜੀ ਮੱਕੀ ਦੀ ਕੋਸਟ ਆਫ ਪ੍ਰੋਡਕਸ਼ਨ ਬਹੁਤ ਜ਼ਿਆਦਾ ਆ। ਜਿੱਦਾਂ ਪੱਥਰ ਸਾਹਿਬ ਬੈਠੇ ਦੱਸਦੇ ਆ ਕਿ ਇਹਨਾਂ ਨੇ ਜਦੋਂ ਦੇਖੋ ਮੱਕੀ ਦਾ ਬੀਜ ਅਸੀਂ ਲੈਂਦੇ ਹਾਂ ਤਾਂ ਸਾਡਾ 4,000 ਰੁਪਏ ਸੀਡ ਮੱਕੀ ਦਾ ਕਿੱਲੇ 'ਚ ਪੈਂਦਾ, 4 ਕਿਲੋ 40 ਰੁਪਏ ਦੀ ਫਾਰਮ ਨੂੰ ਮਿਲਦੀ ਹੈ ਪਰ ਕੇ ਜੀ, 10 ਕਿਲੋ ਸੀਡ ਪਾਉਂਦੇ ਹਾਂ ਅਸੀਂ, 4,000 ਸਾਡਾ ਸੀਡ ਹੀ ਪੈ ਗਿਆ। ਫਿਰ ਪੰਜਾਬ ਦੇ ਵਿੱਚ ਲੈਂਡ ਲੀਜ਼ ਸਾਰੇ ਹਿੰਦੁਸਤਾਨ ਨਾਲੋਂ ਵੱਧ ਹੈ, 3 ਕਰੋਪਸ ਅਸੀਂ ਲੈਂਦੇ ਹਾਂ, ਤਕਰੀਬਨ 45,000 ਤੋਂ 50,000 ਰੁਪਏ ਤੱਕ ਲੀਜ਼ ਹੈ, 15,000 ਰੁਪਏ ਪਰ ਕਰੋਪ ਸਾਡੀ ਲੀਜ਼ ਬਣ ਜਾਂਦੀ ਹੈ, 20,000 ਤਾਂ ਸਾਡਾ ਹੀ ਹੋ ਗਿਆ। ਉਸ ਤੋਂ ਬਾਅਦ ਜੀ ਪੋਸਟ ਹਾਰਵੈਸਟਿੰਗ ਦੀ ਗੱਲ ਕੀਤੀ ਸੀ, ਪੋਸਟ ਹਾਰਵੈਸਟਿੰਗ ਦੇ ਉੱਤੇ ਵੀ ਸਾਡਾ 10,000 ਰੁਪਏ ਖਰਚਾ ਆ ਰਿਹਾ। ਮਤਲਬ ਮੇਰੇ ਕਹਿਣ ਤੋਂ ਬਾਅਦ ਮੇਰੇ ਕੋਲ ਪੂਰੀ ਡਿਟੇਲ ਆ, ਕਿਹੜੇ ਡਾਟੇ ਲਿਖੇ ਹੋਏ ਨੇ ਸਾਰੇ,
ਸਾਰੀ ਖਾਦ ਉਹਦੀ, ਸਾਰਾ ਉਹਦਾ ਪ੍ਰੈਪਰੇਸ਼ਨ ਲੈਂਡ ਦੀ, ਸਾਰਾ ਸੀਡ ਤੇ ਉਹਦੀ ਜਿਹੜੀ ਲੇਬਰ ਹੈਗੀ ਆ, ਇਨਸੈਕਟੀਸਾਈਡ ਪੈਸਟੀਸਾਈਡ ਉਹਦੀ ਹਾਰਵੈਸਟਿੰਗ, ਉਹ ਤੋਂ ਬਾਅਦ ਡਰਾਈ ਜੋ ਕਰਦੇ ਡਰਾਈਰ ਦੇ ਚੈੱਕ ਸੁਕਾਉਣੀ, ਅਸੀਂ ਸਾਰਾ ਕੁਛ ਕਰ ਕਰਾ ਕੇ ਅਸੀਂ 50,000 ਰੁਪਏ ਤੋਂ ਨੇੜੇ ਪਹੁੰਚ ਜਾਂਦੇ ਹਾਂ ਅਸੀਂ ਕੋਸਟ ਆਫ ਪ੍ਰੋਡਕਸ਼ਨ ਸਾਡੀ ਜਿਹੜੀ ਹੈਗੀ ਪਰ ਏਕੜ ਦੀ। 35 ਕੁਇੰਟਲ ਸਾਡੀ ਐਵਰੇਜ ਆ ਰਹੀ ਹੈ ਫਰਵਰੀ ਵਾਲੀ ਦੀ, ਜੂਨ ਜੁਲਾਈ ਵਾਲੀ ਹੈ, ਸਪਤੰਬਰ ਵਾਲੀ ਆਪਾਂ ਕਹਿੰਦੇ ਹਾਂ ਬਰਸਾਤ ਵਾਲੀ ਜਿਹਨੂੰ ਆਪਾਂ ਝੋਨੇ ਦੇ ਨਾਲ, ਉਹਦੀ ਸਾਡੀ ਐਵਰੇਜ 20 ਕੁਇੰਟਲ ਦੀ ਆ ਰਹੀ ਆ। ਹੁਣ 20 ਕੁਇੰਟਲ ਜਿਹੜੀ ਮੱਕੀ ਹੈਗੀ ਆ ਉਹਨੂੰ ਅਸੀਂ 2,000 ਰੁਪਏ ਵੇਚੇ ਕਿੱਦਾਂ ਸਰਵਾਈਵ ਫਾਰਮਰ। ਗਰਮੀ ਵਾਲੀ ਜਿਹੜੀ ਹੈਗੀ ਆ ਉਹਨੇ ਨਾਲ ਸਾਡਾ ਪਾਣੀ ਮੁਕਾ ਦਿੱਤਾ, ਨਾਲੇ ਸਾਨੂੰ ਜੁਲਾਈ ਜੂਨ ਜੁਲਾਈ 'ਚ ਵੱਢ ਕੇ ਅਸੀਂ ਮੰਡੀ 'ਚ ਰੋਲੇ ਉਹਦੇ ਨਾਲ। ਜਿਹੜੇ ਸਾਡੇ ਡਰਾਇਰ ਲੱਗੇ ਸੀਗੇ ਉਹ ਸਾਨੂੰ ਸੀ ਕਿ ਪੰਜਾਬ ਦੇ ਵਿੱਚ ਵੱਡੇ ਹਾਥੀ ਬਰਲੇ ਹਾਥੀ ਚਿੱਟੇ ਹਾਥੀ 100 ਰੁਪਏ ਕੁਇੰਟਲ ਸਾਨੂੰ ਮੱਕੀ ਸੁਕਾਉਣ ਦਾ ਖਰਚਾ ਆ ਰਿਹਾ ਹੈ, ਔਰ ਉਹ ਜਿਹੜਾ ਖਰਚਾ 100 ਰੁਪਏ ਕੁਇੰਟਲ ਦਾ ਉਹ ਟੋਟਲ ਗਿੱਲੇ ਵੇਟ ਦੇ ਉੱਤੇ ਆ ਰਿਹਾ ਹੈ। ਗਿੱਲੀ ਮੱਕੀ 45-47 ਕੁਇੰਟਲ ਹੁੰਦੀ ਆ, 100 ਰੁਪਏ ਕੁਇੰਟਲ 4700 ਰੁਪਏ ਸਾਡਾ ਸੁਕਾਉਣ ਦਾ ਖਰਚਾ ਆ ਗਿਆ ਮੱਕੀ ਦਾ। ਟਰਾਂਸਪੋਰਟੇਸ਼ਨ ਵੱਖਰੀ ਹੈ, ਹਾਰਵੈਸਟਿੰਗ ਸਾਡੀ 6-7,000 ਰੁਪਏ ਦੀ ਵੱਖਰੀ ਹੈ। ਸੋ 50,000 ਰੁਪਏ ਸਾਡਾ ਕੋਸਟ ਆਈ, ਮੱਕੀ ਸਾਡੀ ਨਿਕਲੀ 35 ਕੁਇੰਟਲ, ਵਿਕੀ ਸਾਡੀ 1,000 ਰੁਪਏ 35,000 ਦੀ, ਕਿੱਦਾਂ ਅਸੀਂ ਬਾਇਬਲ ਕਰ ਰੱਖ ਲਾਂਗੇ ਸਮਝ ਲਾਂਗੇ। ਤੋ ਇੱਥੇ ਆ ਕੇ ਸਾਨੂੰ ਫਿਰ ਨੁਕਸਾਨ ਹੋ ਗਿਆ। ਦੂਜੇ ਪਾਸੇ ਡਰਾਇਰ ਸਾਨੂੰ ਵੱਡੇ ਵੱਡੇ ਦੇ ਦਿੱਤੇ, ਉੱਥੇ ਹੁਣ ਅਸੀਂ ਦੇਖਿਆ ਇੱਕ ਟਰਾਲੀ ਸੁਕਾਉਣ ਵਾਸਤੇ 6 ਘੰਟੇ ਲੱਗਦੇ ਆ। ਇੱਕ ਡਰਾਇਰ ਦਿਹਾੜੀ ਦੇ ਵਿੱਚ 500 ਕੁਇੰਟਲ 600 ਕੁਇੰਟਲ ਮੱਕੀ ਸੁਕਾਉਂਦਾ ਹੈ। ਹੁਣ ਤੁਸੀਂ ਦੱਸੋ 600 ਕੁਇੰਟਲ 6 ਟਰਾਲੀਆਂ ਕੋਲ ਸੁਕਾਈਆਂ ਮੰਡੀ ਦੇ ਵਿੱਚੋਂ ਇੱਕ ਡਰਾਇਰ ਨੇ, ਉੱਥੇ ਲਾਈਨਾਂ ਲੱਗ ਜਾਂਦੀਆਂ ਨੇ, ਮੱਕੀ ਟਰਾਲੀ ਖੜੀ, ਧੂੰਆਂ ਨਿਕਲਦਾ, ਗਰਮ ਹੋ ਜਾਂਦੀ ਹੈ, ਫੋਲਣ ਨੂੰ ਮੱਕੀ ਮੰਡੀਆਂ ਜਗ੍ਹਾ ਨਹੀਂ ਹੁੰਦੀ, ਕਿਉਂਕਿ ਸਾਰੇ ਬੰਦੇ ਚਾਹੁੰਦੇ ਆ ਕਿ ਜੂਨ ਦੇ ਵਿੱਚ ਮੱਕੀ ਕੱਟ ਕੇ ਅਸੀਂ ਝੋਨਾ ਲਾਉਣਾ। ਹੁਣ ਪ੍ਰੋਬਲਮ ਤਾਂ ਅਸੀਂ ਸੋਲਵ ਕਰਨੀ ਸੀ ਝੋਨੇ ਦੀ, ਅਸੀਂ ਨਵੀਂ ਪ੍ਰੋਬਲਮ ਹੋਰ ਕ੍ਰੀਏਟ ਕਰ ਲਈ, ਫਾਰਮਰ ਹੋਰ ਰੁਝਾ ਤਾ ਉਹਦੇ ਵਿੱਚ। ਦੂਜਾ ਅਸੀਂ ਗੱਲ ਕੀਤੀ ਸੀਗੀ ਆਪਣੇ ਸਾਇਲੇਜ ਇੰਡਸਟਰੀ ਦੀ, ਸਾਇਲੇਜ ਇੰਡਸਟਰੀ ਜਿਹੜੀ ਹੈਗੀ ਆ ਸਾਡੇ ਕੋਲ ਮੱਕੀ ਦਾ ਵੇਟ ਆ ਜਿਹੜਾ ਸਾਇਲੇਜ ਵਾਸਤੇ 150 ਕੁਇੰਟਲ ਤੋਂ ਲੈ ਕੇ 180 ਕੁਇੰਟਲ ਤੱਕ ਐਵਰੇਜ ਆ ਰਿਹਾ, 200 ਰੁਪਏ ਕੁਇੰਟਲ ਸਭ ਤੋਂ ਪ੍ਰੋਕਿਓਰਮੈਂਟ ਕਰਦੇ ਆ ਵੱਧ ਤੋਂ ਵੱਧ, ਉਹ ਵੀ ਸਾਡਾ 30-35,000 ਰੁਪਏ ਬਣਦਾ। ਕੋਸਟ ਫਿਰ ਸਾਡੀ 40-42,000 ਤੋਂ ਵੱਧ ਜਾਂਦੀ ਆ, ਜੇ ਅਸੀਂ ਪੋਸਟ ਹਾਰਵੈਸਟ ਕੱਢ ਦਈਏ 10,000 ਰੁਪਏ ਤਾਂ ਵੀ 40,000 ਰੁਪਏ ਕੋਸਟ ਬਣਦੀ ਹੈ। ਸਾਡੀ ਸੈਲਰੀ ਮੱਕੀ ਵਿਕੀ 35,000 ਦੀ, ਫਿਰ ਸਾਡਾ ਲੋਸ ਹੋ ਗਿਆ। ਨਾ ਤਾਂ ਅਸੀਂ ਸਟਾਰਚ ਇੰਡਸਟਰੀ ਵੱਲ ਨੂੰ ਤੁਰੇ ਹਾਂ, ਸਾਡੇ ਕੋਲ ਸੋਚੀ ਤਾਂ ਸਟਾਰਚ ਫਗਵਾੜੇ ਤੋਂ ਪਹਿਲਾਂ ਕੋਈ ਇੰਡਸਟਰੀ ਨਹੀਂ ਹੈਗੀ ਹੋਰ। ਦੂਜਾ ਐਥਨੋਲ ਇੰਡਸਟਰੀ ਅਸੀਂ ਲਾਈ, 15 ਸਾਲ ਤੋਂ ਅਸੀਂ ਰੌਲਾ ਪਾ ਰਹੇ ਹਾਂ ਕਿ ਮੱਕੀ ਪ੍ਰਮੋਟ ਕਰੋ, ਮੱਕੀ ਪ੍ਰਮੋਟ ਕਰੋ, ਅਸੀਂ ਮੱਕੀ ਪ੍ਰਮੋਟ ਕਰਨ ਵਾਸਤੇ ਹੱਲ ਕੋਈ ਲੱਭਿਆ ਨਹੀਂ। ਐਥਨੋਲ ਇੰਡਸਟਰੀ ਆ 10 ਸਾਲ ਪਹਿਲਾਂ ਲਾਉਣੀ ਚਾਹੀਦੀ ਸੀਗੀ, ਅਤੇ ਉਸ ਤੋਂ ਬਾਅਦ ਸਟਾਰਚ ਇੰਡਸਟਰੀ ਸਾਡੇ ਕੋਲ ਨਹੀਂ ਕੋਈ, MSP ਅਸੀਂ ਮੱਕੀ ਦੀ ਪੂਰੀ ਨਹੀਂ ਦੇ ਰਹੇ, ਮੇਜ਼ ਦੀ ਫਲੈਕਸ ਦੀ ਸਾਡੀ ਡਿਮਾਂਡ ਹੈਗੀ ਆ, ਉਹ ਮੱਕੀ ਦੀ ਕੁਆਲਿਟੀ ਨਹੀਂ ਸਹੀ ਸੂਟ ਕਰ ਰਹੀ ਉਹਨਾਂ ਨੂੰ। ਡਰਾਇਰ ਸਾਡੇ ਕੋਲ ਵੱਡੇ, ਅਸੀਂ ਹਾਥੀ ਬੰਨ ਲਏ, ਸਾਨੂੰ ਚਾਹੀਦੇ ਛੋਟੇ ਡਰਾਇਰ ਫਾਰਮਰ ਨੂੰ। ਸਾਡੇ ਕੋਲ 20-25 ਏਕੜ ਦਾ ਫਾਰਮਰ ਜਿਹੜਾ ਉਹ 2-3 ਲੱਖ ਰੁਪਏ ਡਰਾਇਰ ਲੈ ਲਵੇ, ਆਪਣਾ ਸੁਕਾ ਕੇ ਮੰਡੀ ਮਾਰ ਲੈ ਜੇ, ਉਸ ਪਾਸੇ ਤੁਰੇ ਨਹੀਂ ਅਸੀਂ। ਸਾਨੂੰ ਨਿਊਮੈਟਿਕ ਮਸ਼ੀਨਾਂ ਲੈਣੀਆਂ ਪੈ ਗਈਆਂ 6-6 ਲੱਖ ਰੁਪਏ ਦੀ ਮੱਕੀ ਬੀਜਣ ਵਾਸਤੇ, ਹੁਣ ਮੱਕੀ ਵਾਇਬਲ ਨਹੀਂ ਹੈਗੀ। ਅਸੀਂ ਇੰਨਾ ਮੈਕੇਨਿਜ਼ਮ ਵੱਲ ਚਲੇ ਗਏ, ਬਹੁਤ ਵੱਡੀ ਇਨਵੈਸਟਮੈਂਟ ਕਰ ਲਈ, ਪਰ ਮਾਰਕੀਟਿੰਗ ਦੇ ਵਿੱਚ ਜਾ ਕੇ ਫਿਰ ਪਿੱਟ ਗਏ ਅਸੀਂ। ਫਾਰਮਰ ਨੇ ਅੱਜ ਤੱਕ ਪ੍ਰੋਡਕਸ਼ਨ ਚ ਵਾਪਸ ਕਰਦੀ ਹੈ, ਹਰ ਵਾਰ ਅਸੀਂ ਮਾਰਕੀਟ ਤੋਂ ਡੁੱਬੇ ਹਾਂ। ਸੋ ਇਹ ਗੱਲ ਜਿਹੜੀ ਹੈਗੀ ਆ ਮਾਰਕੀਟ ਵੱਲ ਸਾਨੂੰ ਸੋਚਣਾ ਪਏਗਾ, ਸਾਡੀ ਲੈਂਡ ਲੀਜ਼ ਜਾ ਰਹੀ ਆ, ਸਾਡਾ ਕੰਪੀਟੀਟਰ ਬਿਹਾਰ ਬੈਠਾ, ਉੱਥੋਂ 900 ਰੁਪਏ ਮੱਕੀ ਪੰਜਾਬ 'ਚ ਪਹੁੰਚ ਰਹੀ ਆ, ਸਾਡਾ ਕੰਪੀਟੀਟਰ ਆ ਜਿਹੜਾ ਉੱਥੇ ਲੈਂਡ ਲਈ 3,000 ਰੁਪਏ, ਲੇਬਰ ਉੱਥੇ ਸਾਡੇ ਨਾਲ ਸਸਤੀ, ਲੈਂਡ ਦੀ ਜਿਹੜੀ ਉੱਥੇ ਸਾਡੀ ਫਰਟੈਲਿਟੀ ਉਹ ਜ਼ਿਆਦਾ ਸਾਡੇ ਨਾਲੋਂ। ਫਿਰ ਉਹ ਮੱਕੀ ਨੂੰ ਉਹ ਸੁਕਾ ਕੇ ਪੁਰਾਣਾ ਤਰੀਕਾ ਜਿਹੜਾ ਮੱਕੀ ਦੇ ਗਰੇ ਲਾਉਂਦੇ ਸੀ ਮਾਰੇ ਲਾਉਂਦੇ ਸੀ, ਕੁਆਲਿਟੀ ਬਣਾ ਕੇ ਮਾਰਕੀਟ 'ਚ ਆਉਂਦੀ ਹੈ, ਅਸੀਂ 3 ਕਰੋਪ ਲੈਣ ਲੱਗੇ ਲੈਂਡ ਲਈ ਜ਼ਿਆਦਾ ਹੋਣ ਕਰਕੇ, ਸਾਨੂੰ ਅਸੀਂ ਟਾਈਮ ਹੀ ਨਹੀਂ ਦਿੰਦੇ ਮੱਕੀ ਨੂੰ, ਅਸੀਂ ਗਿੱਲੀ ਵੱਢ ਵੱਢ ਇੰਡਸਟਰੀ ਦੇ ਫੀਡ ਇੰਡਸਟਰੀ। ਹੁਣ ਜਿਹੜੀ ਫੀਡ ਇੰਡਸਟਰੀ ਜੇ ਪੋਲਟਰੀ ਇੰਡਸਟਰੀ ਆ ਉਹ 1,500 ਰੁਪਏ ਤੋਂ ਉੱਪਰ ਜਾਣ ਨੂੰ ਤਿਆਰ ਨਹੀਂ, ਕਿਉਂਕਿ ਉੱਪਰ ਜਾ ਕੇ ਉਹਨੂੰ ਬਾਜਰਾ 1,500-1,600 ਰੁਪਏ ਮਿਲਦਾ, ਕਣੀ ਮਿਲਦੀ ਹੈ ਚੌਲ ਦੀ ਉਹਦੇ ਉੱਤਰ ਪੈਂਦੀ ਹੈ, ਮੱਕੀ ਡਿਮਾਂਡ ਫਿਰ ਘੱਟ ਜਾਂਦੀ ਉੱਥੇ ਜਾ ਕੇ। ਸੋ ਇਹ ਸਾਰੇ ਪਹਿਲੂ ਦੇਖਦੇ ਹੋਏ ਮੱਕੀ ਸਾਡੀ ਪ੍ਰਮੋਟ ਨਹੀਂ ਹੋ ਰਹੀ, ਇਹਦੇ ਵਿੱਚ ਸਾਨੂੰ ਚਾਹੀਦਾ ਕੀ ਆ, ਸਾਨੂੰ ਜਿਹੜੇ ਸਾਡੇ ਡਰਾਇਰ ਨੇ ਸਬਸਿਡਾਈਜ਼ ਕੀਤੇ ਜਾਣ। ਸਾਨੂੰ ਸੀਡ ਦੇ ਉੱਤੇ ਸਬਸਿਡੀ ਦਿੱਤੀ ਸੀ 4 ਸਾਲ ਪਹਿਲਾਂ ਪੰਜਾਬ ਗਵਰਨਮੈਂਟ ਨੇ, ਉਹ ਸਾਰਾ ਸੀਡ ਅਸੀਂ ਲਿਆ, ਲੋਕਾਂ ਨੇ ਲੈ ਕੇ ਲਾ ਲਿਆ, ਲਾਉਣ ਤੋਂ ਬਾਅਦ ਉਹ ਮੱਕੀ ਵੇਚਦੀ ਅਚਾਰ ਨੂੰ, ਕਿਉਂਕਿ ਝੋਨਾ ਲਾਉਣਾ ਜ਼ਿਮੀਦਾਰ ਨੇ,
ਮੱਕੀ ਸਾਈਲੇਜ ਨੂੰ ਚਲੀ ਗਈ, ਸਰਕਾਰ ਬਾਅਦ ਡਾਟੇ ਇਕੱਠੀ ਕਰਦੀ ਫਿਰੇ ਕਿ ਮੱਕੀ ਅੰਜੇ ਬੀਜ ਗਿਆ ਸੀ, ਕਿੱਥੇ ਮੰਡੀ 'ਚ ਮੱਕੀ ਆਈ ਨਹੀਂ, ਮੰਡੀ 'ਚ ਮੱਕੀ ਕਿਉਂ ਆਊਗੀ ਜੀ ਜਦੋਂ ਫਾਰਮਰ ਨੇ ਪਹਿਲਾਂ ਪੈਸੇ ਕਮਾ ਲਿਆ, ਝੋਨਾ ਫੇਲਾ ਲਿਆ ਉਹਨੇ। ਦੇਖੋ ਗੱਲ, ਹਰ ਬੰਦਾ ਕੰਮ ਕਰ ਰਿਹਾ ਪੈਸੇ ਵਾਸਤੇ, ਚਾਹੇ ਕੋਈ ਮਾਟੀ ਦੇ ਹੇਲ ਕੰਪਨੀਆਂ ਹੈ, ਚਾਹੇ ਕੋਈ ਪੈਨੀ ਆਦਾ, ਚਾਹੇ ਕੋਈ ਹੋਰ ਜੋ ਆਏ ਨੇ ਪੈਸੇ ਕਮਾਉਣ ਆਏ ਨੇ। ਇਸੇ ਤਰ੍ਹਾਂ ਫਾਰਮਰ ਨੇ ਵੀ ਪੈਸੇ ਕਮਾਉਣੇ ਨੇ ਆਪਣੇ ਬਿਜ਼ਨਸ ਦੇ ਵਿੱਚੋਂ, ਜੇ ਉਹਨੂੰ ਬਿਜ਼ਨਸ ਵਾਇਬਲ ਨਹੀਂ ਕਿਉਂ ਕਰੂਗਾ ਉਹ। ਸੋ ਇਹਦੇ ਵਿੱਚ ਕੀ ਹੈਗਾ, ਇਹਦੇ ਵਿੱਚ ਸਰਕਾਰ ਨੂੰ ਸਬਸਿਡਾਈਜ਼ ਕਰਨਾ ਚਾਹੀਦਾ ਡਰਾਈਵਰ ਨੂੰ, ਔਰ ਜਿਹੜੀ ਜਿਹੜੀ ਸਬਸਿਡੀ ਦੇਣੀ ਹੈ ਸਾਨੂੰ ਮੱਕੀ ਦੇ ਉੱਤੇ, ਉਹ ਸਾਡੀ ਸਿੱਧੀ ਫਾਰਮ ਜੇ ਨਾਲ ਅਟੈਚ ਕੀਤੀ ਜਾਵੇ, ਤਾਂ ਕਿ ਇੱਕ ਤਾਂ ਸਾਨੂੰ ਪਤਾ ਲੱਗੂ ਕਿ ਮੱਕੀ ਸਾਡੇ ਕੋਲ ਕਿੰਨੀ ਬਿਜਾਈ ਸੀ, ਕਿੰਨੀ ਮੱਕੀ ਮੰਡੀ 'ਚ ਆਈ ਸਾਡੇ ਕੋਲ, ਦੂਜੇ ਅੰਕੜੇ ਸਹੀ ਆਉਣਗੇ ਕਿ ਇੰਨਾ ਅਸੀਂ ਰਕਬਾ ਬਜਾਇਆ ਸੀ, ਇੰਨੀ ਮੱਕੀ ਸਾਡੇ ਕੋਲ ਮੰਡੀ 'ਚ ਪਹੁੰਚ ਗਈ, ਇੰਨਾ ਸਾਡਾ ਪਰ ਯੀਲਡ ਪਰ ਏਕੜ ਸਾਨੂੰ ਯੀਲਡ ਮਿਲੀ ਆ, ਉਹ ਸਾਰੇ ਡਾਟਾ ਕਲੈਕਟ ਹੋ ਜਾਣਗੇ। ਸੀਡ ਸਬਸਿਡੀ ਦਿੰਦੇ ਹਾਂ, ਬਾਅਦ 'ਚ ਅਸੀਂ ਕਹਿੰਦੇ ਸਾਡੀ ਪ੍ਰੋਡਕਸ਼ਨ ਕਿੱਥੇ ਗਈ, ਸਾਰਾ ਸਿਸਟਮ ਨੂੰ ਚੇਂਜ ਕਰਨ ਦੀ ਲੋੜ ਆ। ਐਥਨੋਲ ਪਲਾਂਟ ਅਸੀਂ 15 ਸਾਲ ਤੋਂ, ਮੈਂ ਮੱਕੀ ਵਿਕਾਸ ਬੋਰਡ ਦਾ ਡਾਇਰੈਕਟਰ ਰਿਹਾ 5 ਸਾਲ ਪੰਜਾਬ ਦਾ, ਅਟਕਾ ਰੌਲਾ ਪਾਇਆ ਕਿ ਇਹਨੂੰ ਇੰਡਸਟਰੀ ਨੂੰ ਤੋਰੋ ਇਸ ਪਾਸੇ ਨੂੰ, ਐਥਨੋਲ ਦੇ ਪਲਾਂਟ ਲਾ ਦਿਓ। ਹੁਣ ਜਿਹੜੀ ਸਾਇਲੇਜ ਇੰਡਸਟਰੀ ਹੈ, ਹੁਣ ਤੁਸੀਂ ਦੇਖੋ 2 ਰੁਪਏ ਕਿਲੋ ਸਾਥ ਮੱਕੀ ਲਈ ਜਾ ਰਹੀ ਹੈ, 1 ਰੁਪਏ ਤੋਂ ਲੈ ਕੇ 1.5 ਰੁਪਏ ਕਿਲੋ ਦਾ ਕੋਸਟ ਕਰਦਾ ਸਾਇਲੇਜ ਬਣਾਉਣ 'ਤੇ ਪਰ ਕੇ ਜੀ 'ਤੇ, 3.5 ਰੁਪਏ ਪੈਂਦੀ ਆ, ਉਹ ਵੇਚ ਰਹੇ ਨੇ 5.5-6 ਰੁਪਏ, ਉਹ ਤਾਂ ਆਪਣਾ ਮਾਰਜਨ ਡਬਲ ਕਰ ਲਿਆ ਉਹਨਾਂ ਨੇ, ਤਾਂ ਝੋਨੇ ਦਾ ਬਦਲ ਲੱਭਣਾ ਪਏਗਾ। ਔਰ ਮੈਂ ਸਮਝਦਾ ਪੰਜਾਬ ਨੂੰ ਕਲਸਟਰ ਬਣਾਉਣੇ ਚਾਹੀਦੇ ਨੇ ਪੰਜਾਬ ਦੇ ਵਿੱਚ, ਪੰਜਾਬ ਸਰਕਾਰ ਨੂੰ, ਦਰਿਆਵਾਂ ਦੇ ਨੇੜੇ ਜ਼ਮੀਨ ਹੈ ਜਿੱਥੇ ਪਾਣੀ 15-20 ਫੁੱਟ 'ਤੇ, ਉੱਥੇ ਝੋਨਾ ਅਲਾਓ ਕਰ ਦਿਓ। ਜਿੱਥੇ ਜਿੱਦਾਂ ਸੰਗਰੂਰ ਹੈਗਾ, ਪਟਿਆਲਾ ਹੈਗਾ, ਪਾਣੀ 60-100 ਫੁੱਟ 'ਤੇ ਹੈ, ਉੱਥੇ ਮੱਕੀ ਪ੍ਰਮੋਟ ਕਰੋ। ਹੁਣ ਦੇਖੋ ਥਨੋਲ ਦੀ ਗੱਲ ਚੱਲ ਰਹੀ ਹੈ, ਘਿਓ ਨਹੀਂ ਪਲਾਂਟ ਲੈ ਥਨੋਲ ਦਾ, ਅਸੀਂ ਹੁਣ ਤੱਕ ਗੱਲਾਂ ਅਸੀਂ ਕਰਦੇ ਹਾਂ ਪਰ ਪ੍ਰੈਕਟੀਕਲੀ ਕੁਛ ਨਹੀਂ। ਮੈਂ ਬੇਬੀ ਕੌਰ ਦਾ ਬੜਾ ਕੰਮ ਕੀਤਾ, ਏਅਰਟੈਲ ਨੂੰ ਬੜੀ ਦਿੱਤੀ ਹੈ ਬੇਬੀ ਕੌਰ ਜਾ ਕੇ ਲਾਡੂ ਵਾਲ, ਆਖਰ ਉਹ ਵੀ ਫੇਲ ਹੋਈ ਆ। ਬੇਬੀ ਕੌਰ ਦਾ ਕੰਮ ਬੜਾ ਕਰਦਾ ਮੈਂ, ਸਿਰਫ ਅਸੀਂ ਇਸ ਕਰਕੇ ਮਾਰ ਖਾ ਰਹੇ ਹਾਂ ਕਿ ਅਸੀਂ ਆਲੂ ਲਾਉਣਾ ਹੁੰਦਾ, ਮਤਲਬ ਅਸੀਂ ਬਿਲਕੁਲ ਨਾ ਲਈਏ ਮੱਕੀ ਨੂੰ। ਇਸ ਕਰਕੇ ਜੋ ਮੱਕੀ ਜੇ ਪ੍ਰਮੋਟ ਕਰਨੀ ਹੈਗੀ ਆ ਤਾਂ ਬਹੁਤ ਡੀਪਲੀ ਸੋਚਣਾ ਪਏਗਾ, ਗਰਾਊਂਡ ਲੈਵਲ ਤੋਂ ਸੋਚਣਾ ਪਏਗਾ ਇਹਦੇ ਬਾਰੇ। ਬਿਲਕੁਲ ਜੀ, ਸਿੰਘ ਜੀ ਤੁਸੀਂ ਗੱਲਾਂ ਬਹੁਤ ਅੱਛੀਆਂ ਤੁਸੀਂ ਦੱਸ ਰਹੇ ਹੋ, ਕਿਉਂਕਿ ਪਲਾਂਟ ਦੇ ਬਾਰੇ ਵੀ ਗੱਲ ਕਰ ਰਹੇ ਹੋ, ਲੇਕਿਨ ਟਾਈਮ ਸ਼ਾਰਟ ਹੋਣ ਕਰਕੇ ਆਪਾਂ ਥੋੜਾ ਜਿਹਾ ਵੀ ਇੱਕ ਜਿਹੜਾ ਤੁਹਾਡਾ ਮੈਸੇਜ ਆ ਰਿਹਾ ਹੈ, ਮੇਰਾ ਖਿਆਲ ਹੈ ਸਾਰੇ ਸੁਣ ਵੀ ਰਹੇ ਨੇ, ਤੇ ਟਾਈਮ ਸ਼ਾਰਟ ਕਰਕੇ ਥੋੜਾ ਜਿਹਾ ਲੱਗ ਰਿਹਾ ਵੀ ਤੁਹਾਡਾ ਲੰਬਾ ਕਿਤੇ ਨਾ ਕਿਤੇ ਮੈਸੇਜ ਐਗਰੋਟੈਕ ਵਾਲਿਆਂ ਨੂੰ ਚਾਹੀਦਾ, ਸੀਆਈਆਈ ਨੂੰ ਵੀ, ਤੁਹਾਨੂੰ ਸਪੈਸ਼ਲ ਕਿਤੇ ਟਾਈਮ ਦੇ ਕੇ ਤੇ ਲੰਬੀ ਮੱਕੀ ਦੇ ਬਾਰੇ ਡਿਸਕਸ਼ਨ ਹੋਏ, ਤੁਸੀਂ ਬਹੁਤ ਸੋਹਣਾ ਦੱਸਿਆ। ਬਾਕੀ ਮੇਰੀ ਬੇਨਤੀ ਹੈ ਕਿਉਂਕਿ ਟਾਈਮ ਸ਼ਾਰਟ ਕਰਕੇ, ਹਾਂਜੀ ਲਾਸਟ ਮੈਸੇਜ ਜਿਹੜਾ ਤੁਸੀਂ ਦੇਣਾ ਤੇ ਉਹ ਦੇ ਦਿੱਤੀ, ਪਾਣੀ ਵੀ ਮੁਕਾ ਲਿਆ, ਜ਼ਮੀਨ ਦੀ ਲੈਂਡ ਆਪਣੀ ਖਰਾਬ ਕਰ ਲਈ, ਬਿਮਾਰ ਕਰ ਲਈ, ਅਸੀਂ ਹਾਰਡ ਲੇਅਰ ਵੀ ਪੈਦਾ ਕਰ ਲਈ, ਹੁਣ ਅਸੀਂ ਕਦੇ ਪਲਾਓ ਲੈਂਦੇ ਹਾਂ, ਕਦੇ ਨਿਮੈਟਿਕ ਪਲਾਂਟਰ ਲੈਂਦੇ ਹਾਂ, ਉਧਰੋਂ ਤੁਰ ਪਏ ਅਸੀਂ, ਜੋ ਅਸੀਂ ਜੋ ਸਾਡਾ ਹੱਲ ਕੱਢਣਾ ਚਾਹੁੰਦੇ ਅਸੀਂ ਕੱਢਿਆ ਨੀ ਹਾਲ ਤੱਕ। ਸੋ ਮੱਕੀ ਨੂੰ ਜੇ ਪ੍ਰਮੋਟ ਕਰਨਾ ਹੈ, ਇਹਦੇ ਉੱਤੇ ਸਬਸਿਡਾਈਜ਼ ਕਰਨਾ ਪਏਗਾ, ਔਰ ਜਿਹੜੀ ਕ੍ਰੋਪ ਦੂਜੀ ਰੋਟੇਸ਼ਨ 'ਚ ਲਿਆਉਂਦੇ ਹਾਂ ਅਸੀਂ ਕਲਸਟਰ ਬਣਾ ਕੇ ਵੀ, ਉਹਦੇ ਵਿੱਚ ਵੀ ਘੱਟੋ ਘੱਟ ਸੋਚਣਾ ਪਏਗਾ ਕਿ ਹਰ ਕਲਸਟਰ ਦੇ ਵਿੱਚ ਜੋ ਪ੍ਰੋਡਿਊਸ ਕਰਦਾ ਫਾਰਮਰ, ਉਹਨਾਂ ਦੀ ਰਕਮ ਪੈਰਲਲ ਬਰਾਬਰ ਹੋਵੇ, ਤਾਂ ਕਿ ਫਾਰਮਰ ਦੂਜੇ ਪਾਸੇ ਨੂੰ ਉਤਸ਼ਾਹਿਤ ਨਾ ਹੋਵੇ। ਬਹੁਤ ਵਧੀਆ ਤੁਸੀਂ ਦੱਸੇ ਹੋ ਜੋਗਿੰਦਰ ਸਿੰਘ ਜੀ, ਥੈਂਕ ਯੂ ਤੁਹਾਡਾ, ਮੈਂ ਬਹੁਤ ਧੰਨਵਾਦ ਕਰਦਾ, ਤੁਸੀਂ ਇਹ ਗੱਲਾਂ ਤੁਹਾਡੀਆਂ ਬੂਹੇ ਨੋਟ ਕੀਤੀਆਂ ਜਾ, ਕਿਉਂਕਿ ਮੈਂ ਇਹੀ ਹੈ ਵੀ ਤੁਹਾਡਾ ਬਹੁਤ ਹੀ ਧੰਨਵਾਦ ਕੀਤਾ ਜਿਹੜਾ ਕਰ ਰਿਹਾ ਇਸ ਕਰਕੇ, ਤੇ ਪਲੱਸ ਮੈਂ ਕਹਿਣਾ ਚਾਹੁੰਦਾ ਵੀ ਆਉਣ ਵਾਲੇ ਸਮੇਂ ਵਿੱਚ ਫਿਰ ਡਿਸਕਸ਼ਨ ਹੋਏਗੀ, ਮੈਂ ਚਾਹੁੰਦਾ ਵੀ ਇਹਦੇ 'ਚ ਸਾਰੀਆਂ ਪ੍ਰਾਈਵੇਟ ਸੈਕਟਰ ਕੰਪਨੀਆਂ ਗੌਰਮੈਂਟ ਇਕੱਠੇ ਹੋ ਕੇ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਵਿੱਚ ਹੋਣਾ ਚਾਹੀਦਾ, ਜਿਹਦੇ ਵਿੱਚ ਇਕੱਠੇ ਹੋ ਕੇ ਕੰਪਨੀਆਂ ਨੂੰ, ਮੈਂ ਦੇਖਿਆ ਬਿਹਾਰ ਦੇ ਵਿੱਚ ਜਾਂ ਦੂਜੀਆਂ ਸਟੇਟਾਂ 'ਚ ਪ੍ਰਾਈਵੇਟ ਸੈਕਟਰ ਵੀ ਬਹੁਤ ਵਧੀਆ ਕੰਮ ਕਰ ਰਿਹਾ, ਤੇ ਉਹਦੇ 'ਚ ਮੈਂ ਇੱਕ ਪ੍ਰੈਜੈਂਟੇਸ਼ਨ ਮਾਰਕੀਟ ਲਿੰਕੇਜ ਦੀ ਦਿਖਾਊਂਗਾ ਛੋਟੀ ਜਿਹੀ, ਕਿਉਂਕਿ ਆਲਰੇਡੀ ਮਾਰਕੀਟ ਕਿਵੇਂ ਲਿੰਕ ਕੀਤਾ ਗਿਆ ਜਾ ਰਿਹਾ, ਕਿਉਂਕਿ ਹੁਣ ਕੰਪਨੀਆਂ ਵੀ, ਹਾਂਜੀ ਅੱਜ ਸੈਂਕੜੇ ਕੰਪਨੀਆਂ ਮਾਰਕੀਟ ਹਾਈਬ੍ਰਿਡ ਸੀਡ ਵੇਚ ਰਹੀਆਂ ਨੇ, ਸਾਡੇ ਕੋਲ ਹਾਈਬ੍ਰਿਡ ਸੀ ਟੈਸਟ ਕਰ ਰਹੇ ਵੀ ਲੋਡ ਰਹੀ ਪੰਜਾਬ ਦੇ ਵਿੱਚ, ਕਿ ਉਹ ਹਾਈਬ੍ਰਿਡ ਹੈ ਵੀ ਤੇ ਦੂਜਾ ਹੀ ਆ। ਸੋ ਸਾਨੂੰ ਬਹੁਤ ਕੁਝ ਕਰਨ ਦੀ ਲੋੜ ਹੈ ਇਹਦੇ ਵਿੱਚ, ਬਹੁਤ ਕੁਝ ਕਰਨ ਦੀ ਲੋੜ ਹੈ ਹਾਲੇ।
ਪਰ ਸਾਨੂੰ ਕਰਨਾ ਪਏਗਾ, ਹਰ ਹੱਥ ਚ ਕਰਨਾ ਪਏਗਾ, ਨਹੀਂ ਅਦਰਵਾਈਜ਼ ਪੰਜਾਬ ਡੁੱਬ ਜਾਏਗਾ, ਕਿਉਂਕਿ ਸਾਡੇ ਕੋਲ ਪਾਣੀ ਨਾ, ਸਾਨੂੰ ਆਉਣ ਵਾਲੇ ਨਸਲਾਂ ਨੇ ਮਾਫ਼ ਨਹੀਂ ਕਰਨਾ। ਠੀਕ, ਚਲੋ ਥੈਂਕ ਯੂ ਭੰਡਾਰ ਨੇ ਬੜੀ ਮਿਹਨਤ ਕਰਦੇ, ਮੈਂ ਕਦੀ ਸੁੱਤੇ ਹੋਏ ਨਹੀਂ ਦੇਖਿਆ, 24 ਘੰਟੇ ਇਹਨਾਂ ਦਾ ਮੈਂ ਕੰਮ ਦੇਖਿਆ। ਮੈਂ ਰੀਲੀ ਮੈਂ ਇਹਨਾਂ ਦੇ ਫਾਰਮ ਤੇ ਗਿਆ, ਮਤਲਬ ਇਹਨਾਂ ਦੇ, ਇਹਨਾਂ ਨੂੰ ਯਾਦ ਹੋਵੇ ਕਿਉਂਕਿ ਇਹਨਾਂ ਨੇ ਮੈਨੂੰ ਆਪਣੇ ਫਾਰਮ ਤੇ ਬੁਲਾਇਆ ਵੀ ਸੀਗਾ, ਔਰ ਮੈਨੂੰ ਬਹੁਤ ਅੱਛਾ ਲੱਗਿਆ ਸੀ ਇਹਨਾਂ ਦੇ ਫਾਰਮ ਤੇ, ਇਹਨਾਂ ਦਾ ਕੋਲਡ ਸਟੋਰ ਦੀ ਇੰਨੀ ਹਾਈ ਟੈਕ, ਮੈਂ ਅੱਜ ਤੱਕ ਕੋਲਡ ਸਟੋਰ ਨਹੀਂ ਦੇਖਿਆ। ਮੈਂ ਕਿਸਾਨਾਂ ਨੂੰ ਕਹੂੰਗਾ ਕਿ ਜੋਗਿੰਦਰ ਸਿੰਘ ਜੀ ਦੇ ਫਾਰਮ ਤੇ ਜਾ ਕੇ ਜਿਹੜਾ ਖੇਤੀ ਦੇਖ ਆਵੇ ਨਾ, ਉਸ ਤੋਂ ਵਧੀਆ ਖੇਤੀ ਕੋਈ ਨਹੀਂ ਆ। ਉਹ ਜ਼ਿਮੀਦਾਰ ਨੇ ਸਿੱਖਣਾ ਹੋਵੇ ਤਾਂ ਉਹਨਾਂ ਦੇ ਫਾਰਮ ਤੇ ਜਾ ਕੇ ਦੇਖ ਕੇ ਆਵੇ ਵੀ ਕਿਵੇਂ ਇਹ ਖੇਤੀ ਕਰਦੇ, ਕਿਵੇਂ ਬੂਟਿਆਂ ਨਾਲ ਗੱਲਾਂ ਕਰਦੇ ਨੇ। ਤੇ ਧੰਨਵਾਦ ਜੀ, ਧੰਨਵਾਦ ਚੱਲੇ। ਤੇ ਬਾਕੀ ਮੈਂ ਸਰਪ੍ਰੀਤ ਨੂੰ ਮੇਰੀ ਪ੍ਰੈਜੈਂਟੇਸ਼ਨ ਜੀ ਥੋੜੀ ਜਿਹੀ ਦਿਖਾਣਗੇ। ਸਰਪ੍ਰੀਤ, ਮਾਰਕੀਟ ਲਿੰਕੇਜ ਦੀ ਪ੍ਰੈਜੈਂਟੇਸ਼ਨ ਆ ਰਹੀ ਹੈ ਜੀ। ਸਰਪ੍ਰੀਤ, ਮੈਂ ਚਾਹੁੰਦਾ ਕਿਵੇਂ ਮਾਰਕੀਟ ਚ ਗੱਲ ਕਰ ਰਹੇ ਸੀਗੇ ਵੀ ਮਾਰਕੀਟ ਲਿੰਕੇਜ ਦੀ ਗੱਲ ਕੀਤੀ ਜਾਵੇ, ਕਿਉਂਕਿ ਮੈਂ ਖੰਨਾ ਮਾਰਕੀਟ ਦੇਖਿਆ ਪਿਛਲੇ ਸਾਲ, ਜਿਵੇਂ ਗੁਰਪ੍ਰੀਤ ਜੀ ਵੀ ਕਹਿ ਰਹੇ ਸੀ ਵੀ 2000 ਦਾ ਰੇਟ ਸੀਗਾ, ਬਹੁਤ ਸਾਰੇ ਵਪਾਰੀ ਆਏ ਸੀ, ਬੜੇ ਲੋਕ ਖੁਸ਼ ਸੀਗੇ, ਲੇਕਿਨ ਐਤਕੀ ਮਾਰਕੀਟ ਦਾ ਜਿਹੜਾ ਰੇਟ ਹੈ ਉਹ ਮਤਲਬ ਉਹੋ ਜਿਹਾ ਨਹੀਂ ਮਿਲ ਰਿਹਾ ਜਿਹੜਾ ਕਿ ਬਿਲਕੁਲ ਮੈਂ ਉਹੀ ਇਸੇ ਕਰਕੇ ਹਾਂਜੀ ਹਾਂਜੀ ਮੈਂ ਤੁਹਾਨੂੰ ਪ੍ਰੈਜੈਂਟੇਸ਼ਨ ਦਿਖਾ ਜੇ ਆਪਾਂ 35 ਕੁਇੰਟਲ ਮੱਕੀ ਗਿਣੀਏ 1200 ਰੁਪਏ ਕੁਇੰਟਲ ਲਾਸ, 40000 ਰੁਪਏ ਪਰ ਏਕੜ ਲਾਸ ਹੋ ਗਿਆ ਫਾਰਮਰ 40000। ਇਸੇ ਕਰਕੇ ਮੈਂ ਜਿਹੜੀ ਇਹ ਪ੍ਰੈਜੈਂਟੇਸ਼ਨ ਦਿਖਾ ਰਿਹਾ ਮਾਰਕੀਟ ਲਿੰਕੇਜ, ਕਿਉਂਕਿ ਸੰਜੰਟਾ ਫਾਊਂਡੇਸ਼ਨ ਨੇ ਇੱਕ, ਕਿਉਂਕਿ ਫਾਊਂਡੇਸ਼ਨ ਜਿਹੜੀ ਕੰਪਨੀਆਂ ਇਸ ਤਰ੍ਹਾਂ ਦੀਆਂ ਕਈ ਕੰਪਨੀਆਂ ਨੂੰ ਆਉਣਾ ਚਾਹੀਦਾ ਵੀ ਮਾਰਕੀਟ ਲਿੰਕੇਜ ਵਿੱਚ ਐਗਰੀ ਇੰਟਰਪ੍ਰੀਨਿਓਰਸ਼ਿਪ ਦਾ ਕੰਮ, ਜਿਵੇਂ ਕਿ ਉਹਨਾਂ ਨੇ ਐਗਰੀ ਇੰਟਰਪ੍ਰੀਨਿਓਰਸ਼ਿਪ ਦਾ ਉੱਥੇ। ਪਟਲ ਸਾਹਿਬ ਨੇ ਬੇਨਤੀ ਕਰਦਾ ਮੈਂ ਸਾਨੂੰ ਉਹ ਸੀਡ ਦਿਓ ਜਿਹੜੇ ਸਾਡੇ ਜੂਨ ਚ ਲਾਉਣ ਦੇ ਨਾਲ ਬਰਸਾਤ ਦੇ ਵਿੱਚ ਹਾਈ ਯੀਲਡ ਦੇਣ, ਕਿਉਂਕਿ ਸਾਡੇ ਉਹ ਜਿਹੜੀ ਜੂਨ ਚ ਮੱਕੀ ਲਾਉਂਦੇ ਅਸੀਂ ਬਰਸਾਤ ਕੰਪੀਟ ਕਰਨਾ ਝੋਨੇ ਨੂੰ, ਉਹ ਮੱਕੀ ਦੀ ਯੀਲਡ ਨਹੀਂ ਹੈਗੀ। ਬਿਲਕੁਲ ਬਿਲਕੁਲ, ਇਹੀ ਮੈਂ ਸ਼ਾਇਦ ਕਹਿਣ ਦੀ ਕੋਸ਼ਿਸ਼ ਕੀਤੀ ਕਿ ਅੱਜ ਤੱਕ ਉਹ ਸਾਡੇ ਕੋਲ ਬੀ ਨਹੀਂ ਹੈ। ਹਾਂਜੀ ਹਾਂ ਪੱਕਾ, ਅਸੀਂ ਪਰਮਾਨੈਂਟ ਮੱਕੀ ਦਾ ਪੰਗਾ ਲੈਣ ਪੰਜਾਬ ਚ ਲੈਣ ਲੱਗੇ, ਅਸੀਂ ਹੋਰ ਨੁਕਸਾਨ ਕਰਦੇ ਪੰਜਾਬ ਦੇ ਪਾਣੀ ਦਾ। ਚਲੋ ਜੋਗਿੰਦਰ ਸਿੰਘ, ਆਪਾਂ ਇਹਦੇ ਬਾਰੇ ਬਾਅਦ ਚ ਕਰ ਲੈਂਦੇ ਹਾਂ, ਬਸ ਮੈਂ 5 ਮਿੰਟ ਦੀ ਜ਼ਿਆਦਾ ਲੰਬਾ ਨਹੀਂ ਹੈ, ਸਿਰਫ ਮਾਰਕੀਟ ਲਿੰਕੇਜ ਦੇ ਬਾਰੇ ਥੋੜ੍ਹਾ ਜਿਹਾ, ਕਿਉਂਕਿ ਆਲਰੇਡੀ ਰਾਜਸਥਾਨ ਵਿੱਚ ਬਿਹਾਰ 'ਚ ਐਗਰੀ ਇੰਟਰਪ੍ਰੀਨਿਓਰਸ਼ਿਪ ਜਿਹੜੇ ਬੰਦੇ ਐਗਰੀ ਦਾ ਕੰਮ ਕਰਨਾ ਚਾਹੁੰਦੇ ਆ ਵੀ ਇਹੋ ਜਿਹਾ ਮਾਰਕੀਟ ਲਿੰਕੇਜ ਦਾ, ਅਤੇ ਉਹਦੇ ਨਾਲ ਉਹ ਫਸਲ ਦਾ ਰੇਟ ਚੰਗਾ ਦਵਾ ਸਕਦੇ ਨੇ। ਨੈਕਸਟ ਇਹ ਕਿਉਂ ਮਾਰਕੀਟ ਦੀ ਸਟਰਕਚਰ ਚਾਹੀਦਾ ਹੈ ਨੈਕਸਟ ਪ੍ਰੈਜੈਂਟ ਵੀ ਅਗੇ ਪ੍ਰੋਡਿਊਸ ਲਈ ਕੀ ਕਿਉਂ ਜ਼ਰੂਰੀ ਹੈ। ਚੈਲੇਂਜ ਜਿਹੜੇ ਫਾਰਮਰ ਨੂੰ ਆ ਰਹੇ ਨੇ, ਤੁਸੀਂ ਦੇਖਿਆ ਹੀ ਹੋਣਾ ਵੀ ਜੇ ਮਾਰਕੀਟ ਵਿੱਚ ਜਾਂਦਾ, ਕਿਉਂਕਿ ਮੈਂ ਸੰਜੰਟਾ ਫਾਊਂਡੇਸ਼ਨ 'ਚ ਹੁਣ ਮੈਂ ਪ੍ਰੋਜੈਕਟ ਪੰਜਾਬ ਦਾ ਸ਼ੁਰੂਆਤ ਕੀਤਾ, ਮੈਂ ਰਾਹੁਲ ਹੈ ਸਾਡੇ ਜਿਹੜੇ ਮਾਰਕੀਟ ਲਿੰਕੇਜ ਦਾ ਇੰਡੀਆ ਦਾ ਦੇਖ ਰਹੇ ਨੇ, ਉਹਨਾਂ ਨੇ ਮੈਨੂੰ ਸ਼ੇਅਰ ਕੀਤੀ ਹੈ ਪ੍ਰੈਜੈਂਟੇਸ਼ਨ। ਉਹਨਾਂ ਨੇ ਕਿਹਾ ਵੀ ਟ੍ਰੇਡਰ ਡੋਮੀਨੈਂਟ ਮਾਰਕੀਟ ਹੈ, ਟ੍ਰੈਡੀਸ਼ਨਲ ਮਿਸਲੀਡਿੰਗ ਹੁੰਦੀ ਹੈ ਕਈ ਵਾਰੀ ਵੇਟ ਦੇ ਬਾਰੇ ਵੀ, ਅਤੇ ਕਈ ਵਾਰੀ ਲੰਬੇ ਏਰੀਏ 'ਚੋਂ ਜੇ ਸਮਰਾਲੇ ਤੋਂ ਖੰਨੇ ਲੈ ਕੇ ਜਾਂਦੇ, ਕਈ ਲੋਕ ਦੂਰੋਂ ਤੋਂ, ਉਹ ਵੀ ਪ੍ਰੋਬਲਮ ਆਉਂਦੀ, ਉਹ ਵੀ ਚੈਲੇਂਜ ਆਉਂਦਾ। ਕਈ ਵਾਰੀ ਰੇਟ ਜਿਵੇਂ ਹੁਣ ਤੁਸੀਂ ਕਹਿੰਦੇ ਪਿਛਲੇ ਸਾਲ 2000 ਐਤਕੀ ਰੇਟ ਉਹਨੂੰ ਜਿਹੜਾ ਆਫਰ ਨਹੀਂ ਮਿਲ ਰਿਹਾ, ਕਈ ਵਾਰੀ ਆਪਾਂ ਨੂੰ ਅਵੇਲੇਬਿਲਿਟੀ ਸਟੋਰੇਜ ਦੀ ਨਹੀਂ ਮਿਲਦੀ ਸਪੇਸ, ਕਈ ਵਾਰੀ ਆਪਾਂ ਅੱਜ ਕੱਲ੍ਹ ਦੇਖਿਆ ਜਾਵੇ ਇਹ ਵੀ ਪ੍ਰੋਬਲਮ ਹੈ। ਇੱਕ ਨੌਲੇਜ ਜਿਹੜੀ ਆ ਸੋਰਟਿੰਗ, ਗ੍ਰੇਡਿੰਗ ਤੇ ਪੈਕਿੰਗ ਦੀ, ਗ੍ਰੇਡਿੰਗ ਕਿਵੇਂ ਹੋਣੀ ਚਾਹੀਦੀ ਹੈ। ਹਾਂਜੀ, ਮੱਕੀ ਮੈਂ ਜਿਹੜੀ ਮਈ ਜੂਨ ਚ ਕੱਟੀ ਆ, ਮੇਰੇ ਕੋਲ ਹੁਣ ਤੱਕ 2000 ਕੁਇੰਟਲ ਮੱਕੀ ਮੈਂ ਰੱਖੀ ਬੈਠਾ ਘਰ, ਸਟੋਰੇਜ ਹੈ ਨਾ ਤਾਂ ਹੀ, ਨਹੀਂ ਤਾਂ ਬੜਾ ਉਹੀ ਰੇਟ ਚੰਗਾ ਮਿਲ ਜਾਏਗਾ। ਥੋੜੇ ਚੈਲੇਂਜ ਨੇ, ਬਾਇਰ ਨੂੰ ਕੀ ਚਾਹੀਦਾ, ਜਿਹੜਾ ਖਰੀਦਣ ਵਾਲਾ ਉਹਨੂੰ ਚਾਹੀਦਾ ਹੁੰਦਾ ਵੀ ਮੈਨੂੰ ਰਾਈਟ ਕੁਆਲਿਟੀ ਮਿਲੇ, ਟਾਈਮਲੀ ਡਿਲੀਵਰੀ ਮਿਲੇ, ਵਹੀਕਲ ਲੋਡ ਕੁਆਲਿਟੀ ਕੁਆਂਟਿਟੀ ਮਿਲੇ, ਪ੍ਰੋਪਰ ਲੋਜਿਸਟਿਕ ਪ੍ਰੋਪਰ ਉਹਨੂੰ ਹੋਣਾ ਚਾਹੀਦਾ, ਪ੍ਰੋਡਕਟ ਦੀ ਹਾਈਜੀਨ, ਮਤਲਬ ਪ੍ਰੋਡਕਟ ਕਿਤੇ ਗਿੱਲਾ ਉਹ ਨਾ ਹੋਵੇ, ਜੋ ਫਾਰਮਰ ਦੀ ਕਮਿਟਮੈਂਟ ਹੈ ਤੇ ਬੈਂਕ ਦਾ ਟ੍ਰਾਂਸਫਾਰਮ, ਕਿਵੇਂ ਬੈਂਕ ਅਕਾਊਂਟ ਵਿੱਚ ਪੈਸੇ ਜਾਣੇ। ਨੈਕਸਟ, ਇਹ ਜਿਹੜਾ ਐਗਰੀ ਇੰਟਰਪ੍ਰੀਨਰਸ਼ਿਪ ਦਾ ਮੈਂ ਦੱਸਿਆ ਬਿਹਾਰ ਵਿੱਚ ਜਾਂ ਰਾਜਸਥਾਨ 'ਚ ਕੰਮ ਸ਼ੁਰੂ ਹੋਇਆ, ਇਹਦੇ 'ਚ
ਕਿਵੇਂ ਜ਼ਿਮੀਦਾਰ ਦੀ ਹੈਲਪ, ਕਿਉਂਕਿ ਮੈਂ ਹੁਣ ਜੇ ਅਗਰ ਖੰਨਾ ਮਾਰਕੀਟ ਜਾਂ ਸਮਰਾਲਾ ਖੰਨਾ ਜਿੱਥੇ ਇੱਥੇ ਮੱਕੀ ਲੱਗਦੀ ਆ ਉੱਥੇ ਐਗਰੀ ਇੰਟਰਪ੍ਰਨਰਸ਼ਿਪ ਦਾ ਹੁਣ ਕਟੀਵਾ ਵਾਲਿਆਂ ਨਾਲ ਵੀ ਅਸੀਂ ਜੁਆਇੰਟਲੀ ਕੰਮ ਕਰ ਰਹੇ ਹਾਂ ਐਗਰੀ ਇੰਟਰਪ੍ਰਨਰਸ਼ਿਪ 'ਤੇ, ਉਹਦੇ 'ਚ ਅਸੀਂ ਕੋਸ਼ਿਸ਼ ਕਰਾਂਗੇ ਵੀ ਬਾਇਰ ਅਤੇ ਜ਼ਿਮੀਦਾਰ ਦਾ ਅਸੀਂ ਚੰਗਾ ਗੱਲਬਾਤ ਕਰਕੇ ਉਹਨਾਂ ਦਾ ਸੌਦਾ ਕਰਾਈਏ। ਇੱਦਾਂ ਕੰਪਨੀਆਂ ਨੂੰ ਅੱਗੇ ਆਉਣਾ ਪਏਗਾ, ਉਹਨੂੰ ਕਿਸ ਤਰ੍ਹਾਂ ਫਸਲ ਜਿਹੜੀ ਹੈ ਉਹਦੇ ਬਾਰੇ ਜਾਣਕਾਰੀ, ਕਿੰਨਾ ਉਸ ਜਗ੍ਹਾ 'ਤੇ ਏਕੜ ਹੈ ਉਹਨੂੰ ਨੌਲੇਜ ਹੋਣੀ ਚਾਹੀਦੀ, ਕਿਉਂਕਿ ਇੱਕ ਬੰਦੇ ਨੂੰ ਮਿਡਲ ਵਿੱਚ ਬਣਨਾ ਪੈਣਾ, ਕਿਉਂਕਿ ਜ਼ਿਮੀਦਾਰ ਨੂੰ ਇਹ ਨਹੀਂ ਪਤਾ ਵੀ ਸਿੱਧਾ ਮਾਰਕੀਟ 'ਚ ਜਾਂਦਾ ਉਹਨੂੰ ਇਹ ਹੁੰਦਾ ਵੀ ਉਹ ਵੇਚਣ ਲਈ ਨਹੀਂ ਕਿਵੇਂ ਵੀ ਮੰਡੀ 'ਚ ਸੁੱਟਣ ਹੀ ਜਾਣ ਵਾਲੀ ਗੱਲ ਹੋ ਜਾਂਦੀ ਹੈ। ਉਹਨਾਂ ਨੂੰ ਟ੍ਰੇਨਿੰਗ ਹੋਣੀ ਚਾਹੀਦੀ ਹੈ ਵੀ ਪੈਰਾਮੀਟਰ ਕੀ, ਮੋਇਸਚਰ ਕਿੰਨਾ ਹੋਣਾ ਚਾਹੀਦਾ, ਫੰਗਸ ਕੀ ਹੋਣੀ ਚਾਹੀਦੀ ਹੈ, ਇਹ ਸਾਰੀਆਂ ਟ੍ਰੇਨਿੰਗ ਜਿਹੜੀਆਂ ਹੋਣੀਆਂ ਬਹੁਤ ਜ਼ਰੂਰੀ ਹੈ। ਇਹ ਮਾਰਕੀਟ ਲਿੰਕੇਜ ਵਿੱਚ ਹਰ ਚੀਜ਼ ਦੀ ਲੋੜ ਹੈ ਐਗਰੀ, ਜਿਵੇਂ ਆਪਾਂ ਨੂੰ ਉਹਨੂੰ ਲਿੰਕੇਜ ਵਿੱਚ ਡਿਲੀਵਰੀ ਕਿਵੇਂ ਦਵਾਉਣੀ, ਕਿਵੇਂ ਵਪਾਰੀ ਦਾ ਵੀ ਉਹਨੂੰ ਪਤਾ ਹੋਣਾ ਚਾਹੀਦਾ, ਜ਼ਿਮੀਦਾਰ ਦਾ ਵੀ ਪਤਾ ਕਿਵੇਂ, ਕਮ ਸੇ ਕਮ ਅਗਰ ਪਿਛਲੇ ਸਾਲ 80,000 ਰੁਪਈਆ ਕਿੱਲੇ ਦਾ ਬਚਿਆ ਰਹਿ ਕੇ 30,000 ਨਹੀਂ ਹੋਣਾ ਚਾਹੀਦਾ, ਜਦਕਿ ਉਹਨੂੰ ਹਰ ਜਗ੍ਹਾ 'ਤੇ ਕੰਪਨੀਆਂ ਨੂੰ ਵਿੱਚ ਆਉਣਾ ਪਏਗਾ, ਉਹਨੂੰ ਇਹ ਜਿਹੜੇ 5 ਸਿਸਟਮ ਨੇ ਉਹਦੇ 'ਚ ਚੱਲਣਾ ਪੈਣਾ ਵੀ ਐਗਰੀ ਪੈਕੇਜ ਦਾ ਕਿਵੇਂ ਹੈ, ਪ੍ਰੋਸੈਸਿੰਗ ਕਰਨੀ ਕਿੱਥੇ ਹੋ ਸਕਦੀ ਹੈ, ਸਟਾਰਚ ਦੀ ਕਿੱਥੇ ਮਾਰਕੀਟ ਹੈ, ਇਹ ਕੰਪਨੀਆਂ ਦੇ ਬੰਦਿਆਂ ਨੂੰ ਵਿੱਚ ਪੈਣਾ ਪਊਗਾ ਤਾਂ ਹੀ ਮਾਰਕੀਟ ਵਿੱਚ ਅੱਗੇ, ਨਹੀਂ ਤਾਂ ਜੇ ਸਿੱਧਾ ਜ਼ਿਮੀਦਾਰ ਮੰਡੀ ਵਿੱਚ ਟ੍ਰੇਡਰ ਕੋਲ ਜਾਂਦਾ ਤਾਂ ਉਹ ਵਾਲੀ ਗੱਲ ਨਹੀਂ ਬਣੇਗੀ। ਜੇ ਕੰਪਨੀਆਂ ਕੋਈ ਫਾਊਂਡੇਸ਼ਨ ਕੰਪਨੀਆਂ ਵਿੱਚ ਆਉਣਗੀਆਂ ਤਾਂ ਮੇਰਾ ਖਿਆਲ ਹੈ ਕਿਸਾਨ ਨੂੰ ਬਹੁਤ ਫਾਇਦਾ ਮਿਲ ਸਕਦਾ, ਉਹਨੂੰ ਆਉਣ ਵਾਲੇ ਟਾਈਮ ਵਿੱਚ ਅੱਛੀ ਉਹ ਇਨਵੈਸਟ ਵੀ ਕਰ ਸਕਦਾ, ਉਹ ਮੱਕੀ ਦੇ ਵਿੱਚ ਆ ਸਕਦਾ। ਹਾਂਜੀ, ਨੈਕਸਟ ਸਲਾਈਡ। ਉਹਨੂੰ ਇਹ ਜਿਹੜੀ ਹੁਣ ਡੇਲੀ ਐਗਰੀ ਇੰਟਰਪ੍ਰਨਰਸ਼ਿਪ 'ਚ ਉਹਨੂੰ ਉਹ ਕੈਲਕੂਲੇਟ ਕਰਕੇ ਦੱਸੇ ਵੀ ਤੇਰੀ ਜਿਹੜੀ ਨੋਨ ਪੈਰੀਸ਼ੇਬਲ ਹੈ ਵੀ ਜੇ ਤੂੰ ਇੰਨੇ ਕੁਇੰਟਲ ਲੈਣਾ ਇੰਨਾ ਤੈਨੂੰ ਪ੍ਰੋਫਿਟ ਹੋਊਗਾ, ਪੂਰਾ ਉਹਨੂੰ ਦੱਸੇ ਪਰ ਮਹੀਨੇ ਦਾ, ਤਾਂ ਹੀ ਉਹ ਮੱਕੀ 'ਚ ਆਊਗਾ। ਜਿਵੇਂ ਹੁਣ ਤੁਸੀਂ ਜੋਗਿੰਦਰ ਸਿੰਘ ਜੀ ਉਹਨਾਂ ਨੇ ਪੂਰੀ ਮੱਕੀ ਦਾ ਪੂਰਾ ਇਕਨੋਮਿਕਸ ਦਾ ਡਾਟਾ ਕੱਢਤਾ, ਇਕੋਨਮਿਸਟ ਬੈਠੇ ਹੋਣ ਤੋਂ ਬਕਾਇਦਾ ਉਹ ਤਾਂ ਹੀ ਲਾਉਣਗੇ ਠੇਕੇ ਦੀ ਵੀ ਦੱਸਤੀ ਜ਼ਮੀਨ ਦੀ, ਉਹ ਬਕਾਇਦਾ ਕੰਪਨੀਆਂ ਨੂੰ ਦੱਸਣਾ ਪਊਗਾ ਵੀ ਇੰਨਾ ਪੈਸਾ ਤੂੰ ਐਨੂਅਲ 13 ਸਾਲ ਦੇ ਵਿੱਚ ਆਊਗਾ ਤਾਂ ਹੀ ਤੂੰ ਅੱਗੇ ਮੱਕੀ ਜਿਹੜੀ ਹੈ ਉਸ ਵਿੱਚ ਆਉਣਾ ਚਾਹੀਦਾ। ਉਹ ਮੇਰਾ ਖਿਆਲ ਕੰਪਨੀਆਂ ਇਹ, ਮੈਂ ਪ੍ਰੋਜੈਕਟ ਬੜੇ ਤਰੀਕੇ ਨਾਲ ਪ੍ਰਾਊਡਲੀ ਮੈਂ ਅਸੈਪਟ ਕੀਤਾ ਔਰ ਮੈਂ ਆਉਣ ਵਾਲੇ ਸਾਲ ਵਿੱਚ ਪੰਜਾਬ ਵਿੱਚ ਕਹੂੰਗਾ ਇਸ ਪ੍ਰੋਜੈਕਟ ਨੂੰ ਜਿੱਥੇ ਮੈਂ ਇਹੋ ਜਿਹੇ ਬੰਦਿਆਂ ਨੂੰ ਲਾ ਸਕਾਂ ਜਿਹੜੇ ਮੱਕੀ ਦੇ ਸੌਦੇ ਕਰਾ ਸਕਣ, ਜਿਵੇਂ ਬਿਹਾਰ ਵਿੱਚ ਕੰਪਨੀ ਨੇ ਉੱਥੇ 400-500 ਬੰਦੇ ਨੂੰ ਲਾਇਆ ਹੋਇਆ। ਨੈਕਸਟ ਲਾਈਨ ਰਾਈਟ ਥੋੜ੍ਹੀ ਜਿਹੀ, ਇਹਦੇ 'ਚ ਇਹ ਆ ਵੀ ਉਹਨੂੰ ਮਾਰਕੀਟ ਵਿੱਚ ਕੀ ਉਹਨੂੰ ਦੱਸ ਸਕਦੇ ਵੀ ਰਿਵੀਜ਼ਨ ਕਰੋਪ ਐਸਟੀਮੇਸ਼ਨ ਕਿੰਨਾ, ਰਾ ਮਟੀਰੀਅਲ ਕੁਨੈਕਟ 5 ਲੋਕਲ ਬਾਇਰ ਔਰਗਨਾਈਜ਼, ਆਪੇ ਉਹ ਇਹੀ ਜਿਹੜਾ ਉਹ ਦੱਸੂਗਾ ਵੀ ਇੱਥੇ ਆਹ ਔਰਗਨਾਈਜ਼ਰ ਬਾਇਰ ਨੇ, ਇੱਥੇ ਟਰਾਂਸਪੋਰਟਰ ਕਿਹੜਾ ਵਧੀਆ, ਕੁਆਲਿਟੀ ਪੈਰਾਮੀਟਰ ਕੀ ਨੇ, ਕੀ ਉਹਨੂੰ ਪ੍ਰੋਕਿਓਰਮੈਂਟ ਕਿੰਨਾ, ਜੇ ਜਲਦੀ ਮਾਰਕੀਟ ਲਿਆ ਤਾਂ ਕੀ ਰੇਟ ਮਿਲਦਾ, ਅਤੇ ਪੇਮੈਂਟ ਪ੍ਰੋਸੈਸ ਕੀ ਹੈ। ਇਹ ਜਿਹੜੀਆਂ 7-8 ਚੀਜ਼ਾਂ ਹੈਗੀਆਂ ਏਜ ਨੂੰ ਬਕਾਇਦਾ ਉੱਥੇ ਜਿਹੜਾ ਬੰਦਾ ਲਾਇਆ ਹੋਊਗਾ ਕੰਪਨੀ ਨੇ ਉਹ ਬਕਾਇਦਾ ਜ਼ਿਮੀਦਾਰ ਨੂੰ ਦੱਸੂਗਾ, 100 ਜ਼ਿਮੀਦਾਰ ਨੂੰ ਇੱਕ ਏਜ ਜਾ ਕੇ ਮੱਕੀ ਵਾਲੇ ਨੂੰ ਸਮਝਾਵੇ ਅਤੇ ਤੂੰ ਮੱਕੀ ਲਾਈ ਹੈ ਆਹ ਮਾਰਕੀਟ ਵਿੱਚ ਤੈਨੂੰ ਇਹ ਹੋਊਗਾ। ਨੈਕਸਟ ਅਗਲੀ ਸਲਾਈਡ, ਇਹਦੇ 'ਚ ਇਹੀ ਹੈ ਵੀ 5 ਸੂਤਰੀ ਏਜ ਮੈਂ ਦੱਸਿਆ ਵੀ ਕੀ ਮਾਰਕੀਟ ਦੇ ਵਿੱਚ ਪੈਰਾਮੀਟਰਸ ਹੈ, ਵੀ ਆਈਡੈਂਟੀ ਕੁਨੈਕਟ ਬਾਇਰ ਦਾ ਪਤਾ ਲੱਗਣਾ ਚਾਹੀਦਾ, ਉਹਨੂੰ ਵੈਲਿਊ ਚੇਨ ਇਨਵੈਂਸ਼ਨ ਹੋਣੀ ਪੈਦੀ, ਲੀਗਲ ਕੰਪਲਾਈਂਸਿਸ ਕੀ ਹੈ, ਡਾਕੂਮੈਂਟ ਕਿਹੜੇ ਕਿਹੜੇ ਚਾਹੀਦੇ ਆ, ਕੀ ਕੁਆਲਿਟੀ ਪੈਰਾਮੀਟਰ ਚਾਹੀਦੇ ਆ, ਟ੍ਰੇਨਿੰਗ ਦੇਣੀ ਜ਼ਰੂਰੀ ਆ ਹਰ ਇੱਕ ਨੂੰ ਮਾਰਕੀਟ ਦੀ ਲਿੰਕੇਜ ਬਾਰੇ। ਮਾਰਕੀਟ ਲਿੰਕੇਜ ਸਿੱਖਣਾ ਚਾਹੀਦਾ ਆਪਣੇ ਵੀ ਮਾਰਕੀਟ ਨੂੰ, ਅਗਰ ਆਪਾਂ ਮੱਕੀ ਲਾਈ ਹੈ ਤਾਂ ਕਿੱਥੇ ਵੇਚਣੀ, ਜੇ ਜ਼ਿਮੀਦਾਰ ਨੂੰ ਪਤਾ ਹੋਣਾ ਚਾਹੀਦਾ APMC ਮਾਰਕੀਟ ਕੀ ਹੈ। ਅੱਛਾ, ਫਿਰ ਉਹਨੂੰ ਇਹ ਵੀ ਹੋਣਾ ਚਾਹੀਦਾ ਵੀ ਨੋਨ ਪੈਰੀਸ਼ੇਬਲ ਅਗਰ ਚੀਜ਼ ਹੈ ਤਾਂ ਉਹਦੇ 'ਚ ਉਹਨੂੰ ਮਿਨੀਮਮ ਪ੍ਰਾਈਜ਼ ਕੀ ਮਿਲ ਰਿਹਾ ਉੱਥੇ ਪਤਾ ਹੋਣਾ, ਮੈਕਸੀਮਮ ਪ੍ਰਾਈਜ਼ ਪਰ ਕੁਇੰਟਲ ਹਰ ਚੀਜ਼ ਦੀ, ਮਾਇਸਚਰ, ਫੰਗਸ, ਬਰੋਕਨ, ਇਹ ਸਾਰੀਆਂ ਨੌਲੇਜ ਜਿਹੜੀਆਂ ਆਉਣ ਵਾਲੇ ਟਾਈਮ ਵਿੱਚ ਰੱਖਣੀਆਂ ਅੱਛੀਆਂ ਜ਼ਰੂਰੀ ਹੈ। ਨੈਕਸਟ, ਤਾਂ ਹੀ ਪ੍ਰਾਈਜ਼ ਅੱਛਾ ਮਿਲੇਗਾ। ਪੇਮੈਂਟ ਲਈ ਹੈ, ਮੋਡ ਆਫ ਪੇਮੈਂਟ ਉਹਨੂੰ ਪਤਾ ਹੋਣਾ ਚਾਹੀਦਾ ਵੀ ਮੈਨੂੰ ਪੇਮੈਂਟ ਲੈਣੀ ਕਿਵੇਂ ਆ, ਇਹ ਤਾਂ ਹੈ ਨਹੀਂ ਵੀ ਮੱਕੀ ਤੁਸੀਂ ਦੇ ਆਏ ਅਤੇ ਉੱਥੇ ਕਿਵੇਂ ਬੈਂਕ ਟ੍ਰਾਂਸਫਰ ਹੋਏਗਾ, ਕਿੱਦਾਂ ਪੇਮੈਂਟ ਆਏਗੀ, ਪੇਮੈਂਟ ਦੀ ਪੂਰੀ ਟਾਈਮ ਲਾਈਨ ਹੋਣੀ ਚਾਹੀਦੀ, ਪੇਮੈਂਟ ਰਿਸੈਪਟ ਕਿਵੇਂ ਹੋ ਰਹੀ ਹੈ, ਇਹ ਸਾਰੀਆਂ ਚੀਜ਼ਾਂ ਐਗਰੀ ਇੰਟਰਪ੍ਰਨਰਸ਼ਿਪ ਨੂੰ ਫਾਰਮਰ ਦੇ ਨਾਲ ਡਿਸਕਸ ਕਰਨਾ ਪਏਗਾ। ਨੈਕਸਟ, ਇਹਦੇ 'ਚ ਇਹੀ ਹੈ ਵੀ ਜ਼ਿਮੀਦਾਰ ਕੀ ਚਾਹੁੰਦਾ ਅਤੇ ਉਹ ਕੀ ਚਾਹੁੰਦਾ ਹੈ, ਰਿਲੇਸ਼ਨਸ਼ਿਪ ਬਹੁਤ ਜ਼ਰੂਰੀ ਹੈ। ਜ਼ਿਮੀਦਾਰ ਇਹ ਚਾਹੁੰਦਾ ਵੀ ਮੇਰੀ ਫਸਲ ਵਿਕ ਜਾਏ ਜਾਂਦਿਆਂ, ਬਾਇਰ ਚਾਹੁੰਦਾ ਮੈਨੂੰ ਵਧੀਆ ਮਾਇਸਚਰ ਨਾ ਹੋਵੇ। ਇਹਦੇ 'ਚ ਟਰੱਸਟ, ਬਿਲੀਵ, ਓਨਰਸ਼ਿਪ, ਕਮਿਊਨੀਕੇਸ਼ਨ, ਕਮਿਟਮੈਂਟ ਅਤੇ ਲੋਗ, ਇਹ ਨਾ ਆਪ ਰਿਲੇਸ਼ਨ
ਕਿਹੜਾ ਬਾਰਡਰ ਵਧੀਆ, ਚਾਹੇ ਸਾਈਲੇਜ ਦਾ ਬਿਜ਼ਨਸ ਕਰਨਾ ਚਾਹੇ ਕਿਸੇ ਦਾ ਕਰਨਾ। ਨੈਕਸਟ ਸਲਾਈਡ, ਨੈਕਸਟ ਸਲਾਈਡ ਪਲੀਜ਼। ਇਹ ਮੈਂ ਇਹੀ ਸੀਗਾ ਵੀ ਮਾਰਕੀਟ ਲਿੰਕੇਜ ਵਿੱਚ ਆਪਾਂ ਨੂੰ ਸਿੱਖਣਾ ਚਾਹੀਦਾ। ਇਹ ਸਲਾਈਡ ਮੈਂ ਪਹਿਲੀ ਵਾਰੀ, ਕਿਉਂਕਿ ਮੈਨੂੰ ਕੰਪਨੀ ਨੇ ਹੁਣ ਪਿੱਛੇ, ਕਿਉਂਕਿ ਹਾਲੇ ਅਸੀਂ ਨੈਕਸਟ ਈਅਰ ਸ਼ੁਰੂ ਕਰ ਰਹੇ ਹਾਂ, ਮੈਂ ਕੋਸ਼ਿਸ਼ ਕਰੂੰਗਾ ਜਿੰਨੀ ਤੋਂ ਜਲਦੀ ਮੱਕੀ ਦਾ ਕੰਮ ਇਹੋ ਜਿਹਾ ਐਗਰੀ ਇੰਟਰਪ੍ਰੀਨਰਸ਼ਿਪ ਜਿਹੜੇ ਖੇਤੀ ਦੇ ਸਹਾਇਕ ਧੰਦੇ ਮੁੰਡੇ ਕਰ ਸਕਣ, ਉਹਨਾਂ ਨੂੰ ਇਹੋ ਜਿਹਾ ਉਹ ਮੱਕੀ ਦੇ ਅੱਗਿਓਂ ਸੌਦੇ ਕਰਵਾ ਕੇ ਜਾਂ ਕੋਈ ਬਾਇਰ ਵਧੀਆ ਲੱਭਣ। ਮੈਂ ਦੇਖਿਆ ਪਿਛਲੇ ਸਾਲ ਖੰਨਾ ਮੰਡੀ ਵਿੱਚ ਕਮ ਸੇ ਕਮ ਵੀ 40-50 ਵਪਾਰੀ ਮੈਨੂੰ ਮਿਲੇ ਜਿਹੜੇ ਕਿ ਮੈਨੂੰ ਅਸੀਂ ਮੱਕੀ ਖਰੀਦਣ ਆਏ, ਅਤੇ ਐਤਕੀ ਕੋਈ ਵਪਾਰੀ ਨਜ਼ਰ ਹੀ ਨਹੀਂ ਆਇਆ ਸੀ। ਜੇ ਕੋਈ ਦੇਖਿਆ ਜਾਵੇ ਤਾਂ ਬੰਦਾ ਉਹ ਪਤਾ ਨਹੀਂ, ਤੁਸੀਂ ਜਿਵੇਂ ਗੱਲ ਕਰਦੇ ਕਿ ਉਹ ਬਿਹਾਰ ਵਾਲੇ ਲੋਕਾਂ ਨਾਲ ਗੱਲ ਹੋਈ ਹੈ, ਇੱਧਰ ਹੋ ਨਹੀਂ। ਅਤੇ ਮੈਨੂੰ ਦੁੱਖ ਹੁੰਦਾ, ਪੰਜਾਬ ਦੇ ਫਾਰਮਰ ਸਭ ਤੋਂ ਜ਼ਿਆਦਾ ਮਿਹਨਤੀ ਨੇ, ਔਰ ਉਹਨੂੰ ਮੱਕੀ ਦਾ ਰੇਟ ਚੰਗਾ ਮਿਲਣਾ ਚਾਹੀਦਾ। ਬਹੁਤ ਵਧੀਆ ਰੇਟ ਮਿਲੇਗਾ ਮਾਰਕੀਟ ਵਿੱਚ, ਉਹ ਚੰਗੀ ਤਰ੍ਹਾਂ ਜਾ ਕੇ ਵੇਚ ਸਕੇ, ਜਿਵੇਂ ਹੁਸ਼ਿਆਰਪੁਰ ਮਾਰਕੀਟ ਵਿੱਚ। ਹਾਂਜੀ, ਬਿਲਕੁਲ, ਇਹ ਚੀਜ਼ਾਂ ਜਿਹੜੀਆਂ ਹੈਗੀਆਂ ਆਪਾਂ ਨੂੰ ਇਸੇ ਬਾਰੇ ਜ਼ਿਮੀਂਦਾਰ ਨੂੰ ਬਹੁਤ ਸੋਚਣਾ ਪਵੇਗਾ। ਮੈਂ ਇਸੇ ਕਰਕੇ ਕਹਿੰਦਾ ਵੀ ਕਿਸਾਨ ਵੀ ਇੰਨੀ ਮਿਹਨਤ ਨਾ ਕੀਤਾ, ਉਹਨੂੰ ਮੁੱਲ ਚੰਗਾ ਮਿਲੇ, ਔਰ ਕੰਪਨੀਆਂ ਨੂੰ ਅਤੇ ਗੌਰਮੈਂਟ ਨੂੰ ਇਹ ਸਾਰਿਆਂ ਨੂੰ ਇਕੱਠਾ ਹੋ ਕੇ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ 'ਚ ਇੱਕ ਅਦਾਰਾ ਐਸਾ ਬਣੇ ਜਿਹਦੇ 'ਚ CII ਇਹਦੇ 'ਚ ਜੋ ਕੰਨਫੈਡਰੇਸ਼ਨ ਆਫ ਇੰਡੀਆ ਜਿਹਨਾਂ 'ਚ ਐਗਰੋਟੈਕ ਹੈ, ਉਹਨਾਂ ਨੂੰ ਇਕੱਠੇ ਹੋ ਕੇ ਇਹ ਚੀਜ਼ ਇੱਕ ਐਸਾ ਮਾਡਲ ਬਣਾਉਣਾ ਚਾਹੀਦਾ ਜਿਹਦੇ 'ਚ ਮੱਕੀ ਦਾ ਬਿਜ਼ਨਸ ਜਿੰਨੀ ਮਿਹਨਤ ਨਾਲ PAU ਕੰਮ ਕਰੀ ਹੈ ਜਾਂ ਜਿੱਦਾਂ ਵਧੀਆ ਉਹ ਦੱਸ ਰਹੀ ਹੈ ਆਉਣ ਵਾਲੇ ਟਾਈਮ 'ਚ ਮੱਕੀ ਦੇ ਸਕੋਪ 'ਤੇ, ਬਹੁਤ ਵਧੀਆ ਕੰਮ ਹੋ ਸਕਦਾ। ਇਹ ਮੇਰੀ ਪ੍ਰੈਜੈਂਟੇਸ਼ਨ ਸੀ, ਅਤੇ ਮੈਂ ਹੁਣ ਸਰਪ੍ਰੀਤ ਨੂੰ ਕਹੂੰਗਾ ਵੀ ਕੋਈ ਮੈਸੇਜ ਲਾਸਟ ਹੈ ਤਾਂ ਤੁਸੀਂ ਦੇਣਾ ਜਾਂ ਮੈਂ ਦੱਸਣਾ ਚਾਹੁੰਦਾ। ਸਰਪ੍ਰੀਤ, ਜ਼ਿਆਦਾ ਹੋ ਗਿਆ ਮੇਰੇ ਖਿਆਲ ਸਰ, ਤੁਸੀਂ ਮੈਸੇਜ ਦੇ ਦਿਓ ਲਾਸਟ ਮੈਸੇਜ, ਬਿਕੋਜ਼ ਟਾਈਮ ਆਲਰੇਡੀ ਖਤਮ ਹੋ ਚੁੱਕਿਆ ਹੈਗਾ। ਓਕੇ, ਮੈਂ ਸਾਰੇ ਪੈਨਲਿਸਟ ਦਾ, ਜਿਹੜੇ ਵੀ ਪੈਨਲਿਸਟ PAU ਦੇ, ਡਾਕਟਰ ਚਾਵਲਾ, ਡਾਕਟਰ ਜਿੰਦਲ, ਭੱਠਲ ਸਾਹਿਬ ਸਾਡੇ PAU ਦੇ ਅਲੁਮਨਾਈ ਨੇ, ਬਹੁਤ ਵਧੀਆ ਪੰਜਾਬੀ 'ਚ ਉਹਨਾਂ ਨੇ ਜ਼ਿਮੀਂਦਾਰ ਨੂੰ ਸਮਝਾਇਆ, ਜੋਗਿੰਦਰ ਸਿੰਘ ਸ਼ੇਹ ਜੀ, ਕਿਉਂਕਿ ਮੈਂ ਇਹਨਾਂ ਦੇ ਫਾਰਮ 'ਤੇ ਵੀ ਗਿਆ, ਬਹੁਤ ਵਧੀਆ ਖੇਤੀ ਕਰ ਰਹੇ ਨੇ, ਬਹੁਤ ਮਿਹਨਤੀ ਕਿਸਾਨ ਨੇ, ਇਹਨਾਂ ਦਾ ਸਾਰਿਆਂ ਦਾ ਧੰਨਵਾਦ ਕਰਦਾ। ਸਭ ਤੋਂ ਜ਼ਿਆਦਾ ਕਿਸਾਨ ਵੀਰਾਂ ਦਾ, ਜਿੰਨੇ ਵੀ ਕਿਸਾਨ ਵੀਰ ਇਸ ਵਿੱਚ ਜੁੜੇ ਆ, ਬੇਨਤੀ ਹੈ ਬੂਟਿਆਂ ਨਾਲ ਗੱਲਾਂ ਕਰੋ, ਮਿਹਨਤ ਕਰੋ। ਔਰ ਮੈਂ ਇਹੀ ਹੈ ਵੀ ਜਿਵੇਂ ਹੁਣ ਆਉਣ ਵਾਲੇ ਸਮੇਂ ਵਿੱਚ ਮੈਂ USA ਲਾਸਟ ਈਅਰ ਮੱਕੀ ਦੇ ਦੇਖ ਕੇ ਹਾਂ, ਵਰਲਡ ਫੂਡ ਪ੍ਰਾਈਸ 'ਤੇ ਗਿਆ ਸੀ 2018 'ਚ, ਅਤੇ ਮੈਂ ਦੇਖ ਕੇ ਆਇਆ ਸੀ ਉੱਥੇ ਮੱਕੀ ਸਟੇਟ ਵਿੱਚ ਇੰਨੇ ਵਧੀਆ ਉੱਥੇ ਪਲਾਂਟ ਲੱਗੇ ਹੋਏ ਸੀ ਸਟਾਰਚ ਦੇ, ਐਥਨੋਲ ਦੇ, ਅਤੇ ਮੈਂ ਇਹੋ ਜਿਹਾ ਸੁਪਨਾ ਦੇਖਣਾ ਚਾਹੁੰਦਾ ਵੀ ਹੁਸ਼ਿਆਰਪੁਰ ਲੱਗੇ, ਜਿੱਥੇ ਜਿੱਥੇ ਮੱਕੀ ਹੋਈ ਉੱਥੇ ਉੱਥੇ ਇਹੋ ਜਿਹੇ ਪਲਾਂਟ ਲੱਗਣ ਆਉਣ ਵਾਲੇ ਸਮੇਂ 'ਚ, ਕਿਸਾਨਾਂ ਨੂੰ ਮੱਕੀ ਦਾ ਰੇਟ ਚੰਗਾ ਮਿਲੇ, ਜੋ ਕਿ ਆਪਾਂ ਪਾਣੀ ਦਾ ਲੈਵਲ ਵੀ ਠੀਕ ਹੋ ਸਕੇ, ਔਰ ਬਹੁਤ ਸਾਰੀਆਂ ਪ੍ਰੋਬਲਮ ਤੋਂ ਸੋਲਵ ਕਰੇ। ਮੈਂ ਕਿਸਾਨਾਂ ਦਾ ਧੰਨਵਾਦ ਕਰਦਾ, ਔਰ ਮੈਂ ਜੋ ਵੀ ਕੁਐਸਚਨ ਆਨਸਰ ਹੋਣਗੇ ਮੇਰਾ ਖਿਆਲ ਉਹ ਭੇਜ ਦਿੱਤੇ ਜਾਣਗੇ, CII ਪੂਰਾ ਅਰੇਂਜ ਕਰ ਰਹੀ ਹੈ, ਡਾਕਟਰ ਜਿੰਦਰ ਨੂੰ ਜਾਂ ਡਾਕਟਰ ਚਾਵਲਾ ਨੂੰ ਜਾਂ ਜੋਗਿੰਦਰ ਜੀ ਨੇ ਬਹੁਤ ਵਧੀਆ, ਜਾਂ ਗੁਰਪ੍ਰੀਤ ਜੀ ਨੂੰ, ਜਾਂ ਮੇਰੇ ਬਾਰੇ ਕੋਈ ਕੁਐਸਚਨ ਹੋਵੇ ਤਾਂ ਪਲੀਜ਼ ਆਪਣੇ ਕੁਐਸਚਨ CII ਨਾਲ ਸ਼ੇਅਰ ਕਰੋ। ਅਤੇ ਐਗਰੋਟੈਕ 'ਚ ਜੁੜਨ ਲਈ ਕਿਸਾਨਾਂ ਦਾ ਧੰਨਵਾਦ। ਐਗਰੋਟੈਕ ਵਿੱਚ ਅੱਗੇ ਆਪਾਂ ਮੇਲਾ ਚੰਡੀਗੜ੍ਹ ਇਕੱਠੇ ਹੁੰਦੇ ਸੀ, ਐਤਕੀ ਹੁਣ ਦੇਖੋ ਆਪਾਂ ਔਨਲਾਈਨ ਹੋਏ ਹਾਂ, ਕਿਉਂਕਿ ਪ੍ਰੋਬਲਮ ਤੁਹਾਨੂੰ ਪਤਾ ਹੀ ਹੈ। ਲੇਕਿਨ ਮੈਂ ਅਰਦਾਸ ਕਰਦਾ ਕਿ ਆਉਣ ਵਾਲੇ ਟਾਈਮ ਵਿੱਚ ਆਪਾਂ ਫਿਰ ਉੱਥੇ ਇਕੱਠੇ ਹੋਵਾਂਗੇ, ਕਿਉਂਕਿ ਮੈਂ ਹਰ ਸਾਲ ਕਿਸਾਨ ਗੋਸ਼ਟੀ 'ਚ ਹਿੱਸਾ ਲੈਣਾ, ਅਤੇ ਚੰਡੀਗੜ੍ਹ ਇਕੱਠੇ ਹੋਵਾਂਗੇ ਆਉਣ ਵਾਲੇ ਟਾਈਮ ਵਿੱਚ। ਮੈਂ ਬਹੁਤ ਬਹੁਤ ਧੰਨਵਾਦ ਕਰਦਾ, ਥੈਂਕ ਯੂ ਸੋ ਮਚ। ਫਤਿਹ ਬੁਲਾਉਣਾ, ਪ੍ਰੈਜੈਂਟੇਸ਼ਨ ਕੀ ਦੇ ਦਿੱਤੀ।